ਕੁਝ ਲੋਕੀ ਇਹ ਵੀ ਬੋਲਦੇ ਆ ਕਿ ਪਜਾਮਾ ਪਾੰਦੀ ਕੀ ਲੋਰਸੀ ਮਤਲਬ ਟਾਈਟ ਟਰੈਕ ਪੈਂਟ ਪਾੰਦੀ ਕੀ ਲੋਰਸੀ ਯਾਰ ਉਹਦੀ ਚੋਇਸ ਹੈ ਹਮ ਆਬਵੀਅਸਲੀ ਉਹਨੇ ਅਗਰ ਵਰਕਆਊਟ ਕਰਨਾ ਹੈ ਉਹ ਆਪਣੀ ਫਿਜ਼ੀਕ ਨੂੰ ਕਿਸੇ ਸ਼ੇਪ ਚ ਦੇਖਣਾ ਚਾਹੁੰਦੀ ਹੈ ਤੋ ਆਬਵੀਅਸਲੀ ਉਹ ਕਪੜੇ ਸੋ ਕੁਝ ਹੁੰਦੇ ਨੇ ਜਿਹੜੇ ਡਰੱਗਸ ਜਿਹੜੇ ਬੈਨ ਵੀ ਨੇ ਉਹ ਕੰਜ਼ੂਮ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਇਹਦੀ ਨੋਲੇਜ ਹੈ ਤੁਹਾਨੂੰ ਵੀ ਕਿਦਾਂ ਥੇਰ ਇਜ਼ ਨੋ ਸ਼ਾਰਟਕਟ ਟੂ ਫਿਟਨੈਸ राइट बहुत इजीली हम ये एक कुछ सेकंड में बोल देते हैं कि इसकी तो स्टीरोड बॉडी है पर वो बॉडी भी बनाने के लिए उस बंदे की मेहनत लगती है वैसी एक्सरसाइज करनी पड़ती है वैसी डाइट लेनी पड़ती है सो so, ऐसे ही कैजुअली नहीं बोलना है उन्होंने जो भी स्टफ लिया है वो उनकी अपनी एडमायरेशन है सो so, गलत चीज शॉर्टकट के कर कंज्यूम करके तगड़ी बॉडी बनाओगे तो फिर ऊपर जाओगे कितना सीधा यह गल है ਤਦ ਤੁਸੀਂ ਵਿਆਹ ਕਰਾ ਲਓਗੇ ਫਿਰ ਤੁਹਾਨੂੰ ਕਹਿਣਗੇ ਬੱਚਾ ਕਰਾ ਲੈ ਸੋ ਦੇਰ ਮੈਂ ਤਾਂ ਕਹਿੰਦੇ ਤੇਰੀ ਕਹਿੰਦੇ ਤੂੰ ਇੱਥੇ ਪਹੁੰਚ ਗਿਆ ਹੁਣ ਹੁਣ ਤੂੰ ਵਿਆਹ ਹੋਣ ਤੋਂ ਬਾਅਦ ਬਸ ਖੁਸ਼ਖਬਰੀ ਬਸ ਇਤਨਾ ਹੀ ਹੁੰਦਾ ਹੈ ਓਕੇ ਅ ਮੈਂ ਜਿੰਨਾ ਸਰਚ ਕੀਤਾ ਵੀ ਐਸ਼ਲੀ ਕੋਰ ਆ ਨਾਮ ਤੁਹਾਡਾ ਹਾਂਜੀ ਬੜਾ ਯੂਨੀਕ ਜਿਹਾ ਨੇਮ ਆ ਐਸ਼ਲੀ ਕੋਰੀ ਹੈ ਹਾਂਜੀ ਪਾਸਪੋਰਟ ਨੇਮ ਹੈ ਹਾਂਜੀ ਐਸ਼ਲੀ ਕੋਰ ਯੈਸ ਕਿਨੇ ਰੱਖਿਆ ਸੀ ਫਾਦਰ ਸਾਹਿਬ ਦੀ ਫਰੈਂਡ ਯੂ ਐਸ ਤੋਂ ਆਈ ਸੀਗੇ ਸੋ ਉਹਨਾਂ ਨੇ ਜਸਟ ਜਨਰਲੀ ਇਦਾਂ ਕਿਹਾ ਕਿ ਆ ਕੀ ਕੁੜੀ ਦਾ ਨਾਮ ਰੱਖਿਆ ਹੈ ਕੁਝ ਯੂਨੀਕ ਜਿਹਾ ਰੱਖੋ ਪਹਿਲਾਂ ਕੁਝ ਹੋਰ ਬੋਲਦੇ ਸੀਗੇ ਸੋ ਉਹਨਾਂ ਨੂੰ ਲੱਗਿਆ ਯਾਰ ਇਹ ਤਾਂ ਬੜਾ ਮੁੰਡਿਆਂ ਮੁੰਡਿਆਂ ਵਰਗਾ ਨਾਮ ਹੈ ਕਿ ਆ ਕੀ ਹੋਇਆ ਪ੍ਰਦੀਪ ਕੌਰ ਆ ਕੀ ਹੋਇਆ ਤੇ ਉਹਨਾਂ ਨੇ ਕਿਹਾ ਕਿ ਫਾਦਰ ਸਾਹਿਬ ਕਹਿੰਦੇ ਕਿ ਕੀ ਰੱਖੂ ਫਿਰ ਮੈਂ ਮੈਂ ਸੋਚਿਆ ਸੀਗਾ ਕਿ ਹਿਸਟਰੀ ਬੇਸਿਕਲੀ ਇਹ ਹੈ ਕਿ देयर वाज अ ਸੈਕੰਡ ਬੇਬੀ ਆਲਸੋ ਆਫਟਰ ਮਾਈ ਬ੍ਰਦਰ ਸੋ ਉਹ ਮੁੰਡਾ ਹੀ ਸੀਗਾ ਤੇ ਹੀ ਦੇਨ ਲਿਵ ਫੋਰ ਮੋਰ ਥੈਨ 15 ਡੇਸ ਤੇ ਉਹਦਾ ਨਾਮ ਪ੍ਰਦੀਪ ਸੋਚਿਆ ਸੀ ਤੇ ਦੇਨ ਆਈ ਵਾਸ ਬੌਰਨ ਆਫਟਰ 7 ਇਅਰਸ ਤੇ ਉਹਨੇ ਉਹੀ ਨਾਮ ਚੱਕ ਕੇ ਮੈਨੂੰ ਕਹਤਾ ਕਿ ਉਹਨੇ ਮੇਰੀ ਕੁੜੀ ਮੇਰਾ ਮੁੰਡਾ ਹੈ ਲਾਈਕ ਇਨ 댓 ਵੇ ਤੇ ਮੈਨੂੰ ਪ੍ਰਦੀਪ ਬੋਲਣਾ ਸ਼ੁਰੂ ਕਰਤਾ ਸੀਗਾ ਬਟ ਟਿਲ ਦੇਨ ਮਾਈ ਤਾਈ ਜੀਸ ਫਰੈਂਡ ਉਹ ਸਭ ਯੂ ਐਸ ਤੋਂ ਆਈ ਸੀਗੇ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਕੁਝ ਡਿਫਰੈਂਟ ਜਿਹਾ ਨਾਮ ਰੱਖੋ ਇਸ ਕੁੜੀ ਤੇ ਡਿਫਰੈਂਟ ਜੀ ਵਾਈਬ ਹੈ ਛੋਟੀ ਜੀ ਤੇ ਸੀਗੀ ਮੈਂ ਉਹਨਾਂ ਨੇ ਗੋਦੀ ਚੱਕਿਆ ਤੇ ਕਹਿੰਦੇ ਨਹੀਂ ਨਹੀਂ ਇਹ ਬੜੀ ਡਿਫਰੈਂਟ ਜੀ ਲੱਗ ਰਹੀ ਹੈ ਮੈਨੂੰ ਛੋਟੇ ਸਾਰੇ ਤੇ ਇਹਦਾ ਕੁਝ ਡਿਫਰੈਂਟ ਨਾਮ ਰੱਖੋ ਉਦੋਂ ਐਸ਼ਲੇ ਵਾਸ ਡਿਸਾਈਡਡ ਆਲ ਆਫ ਸਡਨ ਮਜ਼ਾਕ ਚ ਨਾਮ ਰੱਖਿਆ ਗਿਆ ਸੀ ਨੋ ਵਨ ਵਾਸ ਅਵੇਅਰ ਕਿ ਇਦਾਂ ਲਾਈਕ ਆਫਟਰ 7 ਈਅਰਸ ਮਤਲਬ ਯੂ ਆਰ ਦੀ ਫਰਸਟ ਚਾਈਲਡ ਹੈ ਨਾ ਅਗਰ ਮੰਨਿਆ ਜਾਵੇ ਮੈਂ ਆਮ ਦੀ ਸੈਕન્ડ ਥਰਡ ਚਾਈਲਡ ਥਰਡ ਚਾਈਲਡ ਓਕੇ ਮੇਰਾ ਬ੍ਰਦਰ ਮੇਰੇ ਤੋਂ 7 ਸਾਲ ਵੱਡਾ ਹੈ ਓਕੇ ਯੈਸ ਸੋ ਪਪਾ ਦੀ ਏਜ ਕਿੰਨੀ ਹੋਂ ਹੀ ਇਜ਼ 66 66 ਅੱਛਾ ਮੈਨੂੰ ਲੱਗਦਾ ਤੁਸੀਂ ਬਹੁਤ ਗਰੂਮਡ ਫੈਮਿਲੀ ਤੋਂ ਹੋ ਪਤਾ ਨਹੀਂ ਹੁਣ ਸ਼ਾਇਦ ਮੈਂ ਵੀ ਤੁਸੀਂ ਖੁਦ ਇਹ ਆਇਡੈਂਟੀਟੀ ਬਣਾ ਲਈਆ ਕਿ ਲਾਈਕ ਵੀ ਪਪਾ ਕੀ ਕਰਦੇ ਨੇ ਵੈਸੇ ਮੇਰੇ ਫਾਦਰ ਸਾਹਿਬ ਦਾ ਬਿਜ਼ਨਸ ਹੈਗਾ ਸੋ ਵੀ ਆਰ ਇਨਟੂ ਪੋਲਟਰੀ ਬਿਜ਼ਨਸ ਐਂਡ ਗਰੂਮਡ ਇਨ ਦ ਸੈਂਸ ਲਾਈਕ ਵਾਟ ਡੂ ਯੂ ਥੋਟ ਗਰੂਮਡ ਮੈਂ ਫਸਟ ਟਾਈਮ ਮਿਲੇਆ ਮੈਂ ਨਾ ਤੇ ਗਰੂਮਡ ਲਾਈਕੀ ਵੈਲ ਮੈਂਟੇਨਡ ਵੀ ਪਿਛੋਂ ਬਿਲੋਂਗਿੰਗਸ ਵੀ ਵਧੀਆ ਹੀ ਆ ਵੀ ਡੇਡੀ ਦਾ ਕੰਮ ਵੀ ਓਕੇ ਹੀ ਆ ਪਹਿਲਾਂ ਤੋਂ ਵੀ ਠੀਕ ਆ ਪੁੱਤਰ ਜੋ ਕਰਨਾ ਕਰੋ ਨਹੀਂ ਇਦਾਂ ਸੈਟਲਡ ਫੈਮਿਲੀ ਜਿੱਦਾਂ ਹਾਂ ਹਾਂ ਮਤਲਬ ਯੂ ਕੈਨ ਸੇ ਆਈ ਵਾਸ ਬ੍ਰੋਟਨ ਅਪ ਇਨ ਮਿਡਲ ਕਲਾਸ ਫੈਮਿਲੀ ਓਨਲੀ ਸੋ ਇਟ ਵਾਸ ਆਫਟਰ ਮਾਈ ਕਾਲਜ ਆਈ ਆਲਵੇਸ ਵਾਂਟਡ ਟੂ ਵਰਕ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਸੀਗਾ ਕਿ ਮੈਂ ਕੰਮ ਕਰਨਾ ਹੈ ਨਾ ਜੌਬ ਸੋ ਆਈ ਡਿਡ ਮਾਈ ਮਾਸਟਰਸ ਮਾਸਟਰਸ ਤੋਂ ਬਾਅਦ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਇੱਕ ਹੰਗਰ ਸੀਗਾ ਟੂ ਅਰਨ ਕਿ ਆਈ ਵਾਂਟ ਟੂ ਅਰਨ ਸਮਥਿੰਗ ਆਈ ਵਾਂਟ ਟੂ ਹੈਵ ਮਾਈ ਐਸੈਟਸ ਤੇ ਉਹ ਹੰਗਰ ਸੀਗਾ ਜਿਨੇ ਮੈਨੂੰ ਇੰਨਾ ਰਿਫਾਈਨ ਕੀਤਾ ਹੈ ਐਂਡ ਯੈਸ ਆਫ ਕੋਰਸ ਪੇਰੈਂਟਸ ਨੇ ਬਹੁਤ ਸੈਕਰੀਫਾਈਸ ਕੀਤਾ ਹੈ ਪੜਾਣ ਲਈ ਵੀ ਐਂਡ ਗਰੋ ਕਰਨ ਲਈ ਵੀ ਬਿਕਾਜ਼ ਜਿਹਦੇ ਕੋਲ ਹੁੰਦਾ ਹੈ ਉਹ ਆਪਣੇ ਬੱਚੇ ਲਈ ਅਗਰ ਕੁਝ ਕਰੇ ਦੈਟ ਇਜ਼ ਡਿਫਰੈਂਟ ਬਟ ਜਿਹਦੇ ਕੋਲ ਨਹੀਂ ਹੁੰਦਾ ਉਹ ਆਪਣੇ ਬੱਚੇ ਲਈ ਇੱਕ ਵੈਲ ਐਜੂਕੇਸ਼ਨ ਦਿੰਦਾ ਹੈ ਦੈਟ ਇਜ਼ ਕੰਪਲੀਟਲੀ ਅ ਡਿਫਰੈਂਟ ਸਟੋਰੀ ਸੋ ਇਦਾਂ ਦੀ ਲਾਈਫ ਰਹੀ ਹੈ ਨਹੀਂ ਬਹੁਤ ਵਧੀਆ ਮੈਂ ਤਾਂ ਖੁਦ ਵੀਡੀਓਜ਼ ਦੇਖਦਾ ਤੇ ਕਾਲਜ ਤੁਹਾਡਾ ਪਟਿਆਲਾ ਤੋਂ ਜੀ 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 ਵਾਹ ਸ਼ੁਰੂਆਤ ਤੁਸੀਂ ਭੰਗੜੇ ਤੋਂ ਕੀਤੀ ਸੀ ਨਹੀਂ ਕਾਰਪੋਰੇਟ ਮੇਰੀ ਕਾਰਪੋਰੇਟ ਜੌਬ ਲਈਏ ਤਾਂ ਭੰਗੜਾ ਤੇ ਮੈਂ ਜੌਬ ਦੇ ਨਾਲ-ਨਾਲ ਕਰਦੀ ਸੀ ਇਟ ਵਾਸ ਯੂ ਕੈਨ ਸੇ 6 ਵਜੇ ਤੋਂ ਬਾਅਦ ਫ੍ਰੀ ਹੋ ਕੇ ਕੁਐਸਚਨ ਆਂਦਾ ਸੀ ਮਾਈਂਡ ਦੇ ਵਿੱਚ ਕਿ ਵਾਟ ਟੂ ਡੂ ਕੀ ਕਰਾਂ ਚੰਡੀਗੜ੍ਹ ਦੇ ਵਿੱਚ ਸੋ ਇਟ ਵਾਸ ਲਾਈਕ ਕਿ ਪਾਰਕ ਚਲੇਗੇ ਜਿਮ ਕਰ ਲਿਆ ਜਿਮ ਦਾ ਸ਼ੌਂਕ ਸੀਗਾ ਫਿਟਨੈਸ ਐਥਲੀਟ ਮੈਂ ਪਹਿਲਾਂ ਵੀ ਰਹੀ ਹਾਂ so i was i used to be runner bhajna 500 meter 100 meters jime hunda hai so i was in athlete field basketball playing and all so mainu siga ki ki karangi after 6 pm so i started practicing my own sessions uthon one of the gym owner saw me doing my practices and he picked me up ki tussi mere gym de classes lo hmm. so that is how i came into limelight lokane dekhna shuru kita acha ek randi hai pangda ya something and then

ਔਰ ਕਿੰਨੀ ਪ੍ਰਡਿਕਸ਼ਨਸ ਜੇ ਅਸੰਪਸ਼ਨਸ ਯਾਂ ਕਰੀ ਜਾਂਦਾ ਨਾ ਬੰਦਾ ਐਵੇਂ ਸੋਚੀ ਜਾਂਦਾ ਇਹੋ ਓਕੇ ਤੁਹਾਡੀ ਸਟੱਡੀ ਹੋਈ ਉਸ ਤੋਂ ਬਾਅਦ ਤੁਸੀਂ ਲਾਈਕ ਸਟ੍ਰੀਮ ਕਿਹੜਾ ਸੀ ਤੁਹਾਡਾ ਕਾਮਰਸ ਕਾਮਰਸ ਸਟੂਡੈਂਟ ਓਕੇ ਕਾਮਰਸ ਸਟੂਡੈਂਟ ਉਸ ਤੋਂ ਬਾਅਦ ਕੁਝ ਗ੍ਰੈਜੂਏਸ਼ਨ MBA ਮਾਸਟਰਸ ਗੋਲਡ ਮੈਡਲਿਸਟ 2015 ਬੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਓਕੇ ਯੈਸ ਮਤਲਬ ਤੁਸੀਂ ਸਟੱਡੀ ਵੀ ਪੂਰੇ ਐਂਡ ਲੈਵਲ ਦੀ ਕੀਤੀ ਉਸ ਤੋਂ ਬਾਅਦ ਤੁਸੀਂ ਕਾਰਪੋਰੇਟ ਚ ਗਏ ਉਸ ਤੋਂ ਬਾਅਦ ਜਿਮਿੰਗ ਲਾਈਨ ਚ ਵੀ ਆਏ ਹੋ ਦੈਨ ਤੁਸੀਂ ਇੱਕ ਇਨਫਲੂਐਂਸਰ ਵੀ ਹੈਗੇ ਹੋ ਲਾਈਕ ਅ ਤੁਸੀਂ ਇਨਫਲੂਐਂਸ ਕਰਦੇ ਹੋ ਸਾਰਿਆਂ ਨੂੰ ਵੀ ਲਾਈਕ ਇਨਸਪਾਇਰ ਕਰਦੇ ਹੋ ਕਾਫੀ ਊਮੈਨਸ ਨੂੰ ਜਿਮ ਵਾਸ ਨੈਵਰ ਅ ਡੈਸਟੀਨੀ ਫਾਰ ਮੀ ਮਤਲਬ ਮੈਂ ਇਦਾਂ ਨਹੀਂ ਸੋਚ ਕੇ ਜਿਮ ਸਟਾਰਟ ਕੀਤਾ ਸੀ ਕਿ ਇੱਕ ਦਿਨ ਆਪੋਜ਼ਿਟ ਹੋ ਜਾਏਗਾ ਕਿ ਮੈਂ ਜਿਮ ਫੀਲਡ ਹੀ ਮੇਰਾ ਇੱਕ ਐਕਸਪੈਲ ਫੀਲਡ ਹੋ ਜਾਏਗਾ ਸੋ ਜਿਮ ਮੈਂ ਆਪਣੇ ਸ਼ੌਂਕ ਲਈ ਜਾਂਦੀ ਸੀ ਐਂਡ ਡਾਂਸ ਵੀ ਮੈਂ ਆਪਣੇ ਲਈ ਕਰਦੀ ਸੀ ਆਲਦੋ ਮੈਨੂੰ ਆਂਦਾ ਸੀਗਾ ਬਟ ਆਈ ਨੈਵਰ ਯੂਜ਼ ਟੂ ਟੀਚ ਕਿਉਂਕਿ ਪਹਿਲਾਂ ਇਦਾਂ ਦਾ ਟ੍ਰੈਂਡ ਨਹੀਂ ਸੀਗਾ ਸੋ ਦੈਨ ਲੇਟ ਇਨ 2013 ਜ਼ੁੰਬਾ ਦਾ ਕਾਫੀ ਟ੍ਰੈਂਡ ਇੰਡੀਆ ਵਿੱਚ ਐਂਟਰ ਹੋਇਆ ਸੀਗਾ ਸੋ ਜਦੋਂ ਮੈਂ ਜਿਮ ਜਾਂਦੀ ਸੀ ਸੋ एवरीवन ਵਾਸ ਕ੍ਰੇਜ਼ੀ ਅਬਾਊਟ ਦਿਸ ਜ਼ੁੰਬਾ ਕਿ ਜ਼ੁੰਬਾ ਹੈ ਜ਼ੁੰਬਾ ਹੈ ਜ਼ੁੰਬਾ ਹੈ ਸੋ 2013 14 ਐਂਡ 15 ਇਹ 3 ਇਅਰਸ ਇਟ ਵਾਸ ਥੈਟ ਟਾਈਮ ਕਿ ਮੇਰੇ ਦਿਮਾਗ 'ਚ ਸਟ੍ਰਾਈਕ ਕੀਤਾ ਕਿ ਯਾਰ ज़ुम्बा ਲਈ ਲੋਕੀ ਨਾ ਕ੍ਰੇਜ਼ ਦਿਖਾ ਰਹੇ ਨੇ ਤੇ ਆਪਣਾ ਭੰਗੜਾ ਜਾਂ ਆਪਣਾ ਜਿਹੜਾ ਸਟਾਈਲ ਹੈ ਪੰਜਾਬੀਆਂ ਦਾ ਵਾਈ ਨਾਟ दैट ਜ਼ੁम्ਬਾ ਇਜ਼ ਲਾਈਕ ਡਾਂਸਿੰਗ ਔਨ ਬਾਲੀਵੁੱਡ Song ਸੀ ਜ਼ੁम्ਬਾ ਇਜ਼ ਅ ਡਿਫਰੈਂਟ ਫੀਲਡ ਉਹ ਇੱਕ ਇੰਟਰਨੈਸ਼ਨਲ ਬੰਦਾ ਸੀਗਾ ਜਿਨੇ ਇਸ ਚੀਜ਼ ਨੂੰ ਡਿਜ਼ਾਈਨ ਕੀਤਾ ਇਟਸ ਅ ਯੂ نو ਸਟਡੀ ਉਨੇ ਪੂਰਾ ਡਿਜ਼ਾਈਨ ਕੀਤਾ ਹੈ ਉਹਦੇ ਗਾਣੇ ਵੀ ਆਪਣੇ ਕੋਰੀਓਗ੍ਰਾਫੀ ਡਿਫਰੈਂਟ ਲੈਵਲ ਤੋਂ ਆਉਂਦੀ ਹੈ ਸੋ ਜ਼ੁੰਬਾ ਇਜ਼ ਯੈਸ ਇਟਸ ਅ ਮਿਕਸਚਰ ਆਫ देयर ਓਨ ਸੰਗਸ ਜੋ ਖੁਦ ਬਣਾਉਂਦੇ ਨੇ ਲ ਸੱਚਕਲ ਬਾਲੀਵੁੱਡ ਦੇ ਵਿੱਚ ਵੀ ਕਸਟਮਾਈਜ਼ ਹੋਣਾ ਸ਼ੁਰੂ ਕੀ ਹੈ ਹੋ ਗਿਆ ਹੋਇਆ ਹੈ ਇਹਦੇ ਵਿੱਚ ਸੋ ਉਹ ਕ੍ਰੇਜ਼ ਮਤਲਬ ਡਿਫਰੈਂਟਲੀ ਮੈਨੂੰ ਦਿਖ ਗਿਆ ਸੀ ਚੰਡੀਗੜ੍ਹ ਦੇ ਵਿੱਚ ਹਰ ਜਿਹੜੀ ਨਵੀਂ ਚੀਜ਼ ਚੰਡੀਗੜ੍ਹ ਆਂਦੀ ਉਹਦਾ ਕ੍ਰੇਜ਼ ਤੁਹਾਨੂੰ ਪਤਾ ਹੈ ਕਾਫੀ ਕੁਝ ਲਿਖਿਆ ਹੁੰਦਾ ਵੀ ਵੀ ਆਰ ਗੁੱਡ ਇਨ ਬੋਲੀਹੋਪ ਹਾਂ ਯੈਸ ਜ਼ੁੰਬਾ zumba yes zumba fitness this is a basically a fitness program jo ik baro aaya hoya hai so oh bahut crazy si ga te us time te mere dimag te sudden strike hoyi hai cheez ki why not pangra hm ki yaar apna punjabi log aan te why not pangra apna is cheez nu chhad ke apna zumba bollywood apna baki cheezan adopt kar rahe aan te eh vi hona chahida main ohna nu bura nahi bol rahi but this should also be a craze among people ki hame ye bhi karna ਇੱਕ ਦਿਨ ਇਹ ਕਰਨਾ ਹੈ ਇੱਕ ਦਿਨ ਉਸ ਟਾਈਮ ਜਿੰਮਸ ਦੇ ਵਿੱਚ ਇੰਨਾ ਟ੍ਰੈਂਡ ਨਹੀਂ ਸੀਗਾ ਜਿੰਮ ਸਿਰਫ ਮੁੰਡੇ-ਮੁੰਡਿਆਂ ਦਾ ਰਹਿੰਦਾ ਸੀਗਾ ਬਿਕਾਜ਼ ਕੁੜੀਆਂ ਨੂੰ ਜਿੰਮ ਦੇ ਰਿਲੇਟਿਡ ਬਹੁਤ ਹਲੇ ਵੀ ਬਹੁਤ ਓਪੀਨੀਅਨ ਰੱਖਦੇ ਨੇ ਕੁੜੀਆਂ ਦੇ ਲਈ ਕਿ ਕੁੜੀਆਂ ਜਿੰਮ ਨਹੀਂ ਜਾ ਸਕਦੀਆਂ ਜਾਂ ਜਿੰਮ ਕੁੜੀਆਂ ਦੇ ਲਈ ਨਹੀਂ ਬਣਿਆ ਸੋ ਇੱਕ ਓਪੀਨੀਅਨ ਉਸ ਟਾਈਮ ਦਾ ਸੀਗਾ 2015 ਦੇ ਵਿੱਚ ਸੋ ਦੈਨ ਇਟ ਗਾਟ ਸਮਥਿੰਗ ਇਨ ਮਾਈਂਡ ਕਿ ਲੈਟਸ ਡਿਜ਼ਾਈਨ ਇਦਾਂ ਦਾ ਕੁਝ ਫਿਟਨੈਸ ਪ੍ਰੋਗਰਾਮ ਹੋਣਾ ਚਾਹੀਦਾ ਜਿਹਦੇ ਨਾਲ ਆਪਣੀ ਫਿਟਨੈਸ ਰੁਟੀਨ ਵੀ ਰਵੇ ਫੀਮੇਲ ਪਾਰਟਿਸਪੇਸ਼ਨ ਹੋਏ ਜਿਹੜਾ ਮੇਰਾ ਫਰਸਟ ਇਨੀਸ਼ੀਏਟਿਵ ਸੀਗਾ ਕਿ ਫੀਮੇਲ ਕਿਵੇਂ ਮੈਂ ਅਟਰੈਕਟ ਕਰ ਸਕਦੀ ਆ ਫॉर ਅ ਫਿਟਨੈਸ ਪ੍ਰੋਗਰਾਮ ਕਿਉਂਕਿ ਫੀਮੇਲ ਕਦੇ ਵੀ ਆਪਣੀ ਹੈਲਥ ਦਾ ਧਿਆਨ ਨਹੀਂ ਰੱਖਦੀ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਤੁਹਾਡੀ ਮੰਮੀ ਅ ਅਗਰ ਤੁਸੀਂ ਦੇਖੋਗੇ ਹਮੇਸ਼ਾ ਭੱਜਦੇ ਹੀ ਰਹਿੰਦੇ ਨੇ ਕੰਮ ਦੇ ਵਿੱਚ ਮੇਰੀ ਮੰਮੀ ਆ ਜਾਂ ਕਿਸੇ ਦੀ ਵੀ ਮੰਮੀ ਆ ਕੰਮ ਕਦੇ ਨਹੀਂ ਸੋਚਣਗੇ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਸਾਡੀ ਮੰਮੀਆਂ 2 ਮਿੰਟ ਟੇਬਲ ਤੇ ਬੈਠ ਕੇ ਰੋਟੀ ਵੀ ਖਾਂਦੀ ਹੋਣੀਆਂ ਨੇ ਆਰਾਮ ਨਾਲ ਕੰਮ ਕਰਦੀ ਖਾ ਲੈਂਦੇ ਨੇ ਹਾਂ ਕੰਮ ਕਰਦੇ ਹੀ ਖਾ ਲੈਂਦੇ ਸੋ ਮੈਨੂੰ ਇਹ ਚੀਜ਼ ਸੀਗਾ ਕਿ ਇਦਾਂ ਦਾ ਕੁਝ ਪ੍ਰੋਗਰਾਮ ਮੈਂ ਡਿਜ਼ਾਈਨ ਕਰਾਂ ਫਾਰ ਫੀਮੇਲ ਇਨੀਸ਼ially ਫਾਰ ਫੀਮੇਲ ਤਾਂ ਕਿ ਉਹ ਸਟ्रेस ਵੀ ਨਿਕਲ ਜਾਏ ਸਾਰੇ ਦਿਨ ਦੀ ਤੇ ਇੱਕ ਥੋੜਾ ਜਿਹਾ ਆਪਣੇ ਲਈ ਮੀ ਟਾਈਮ ਜਿਹਨੂੰ ਆਪਾਂ ਹੁਣ ਕਹਿੰਦੇ ਆ ਸੋ ਉਹ ਮਿਲ ਜਾਏ ਸੋ ਦੈਨ ਆਈ ਸਟਾਰਟਡ ਥਿਸ ਪ੍ਰੋਗਰਾਮ ਸੋ ਬਹੁਤ ਡਿਫਿਕਲਟੀ ਇਨੀਸ਼ੀਅਲ ਡੇਜ਼ ਵਰ ਵੈਰੀ ਟਫ टू थाउजेंड सो इनिशियल डेज वर वेरी टफ एक फील्ड भी मुंडिया के नाल जोड़ के देखिया है बिकॉज पंगड़ा इज म जाता है कि इट्स अ मेल डोमीनेटिंग थिंग सो स्टार्टिंग जर्नी वॉज़ वेरी डिफिकल्ट इट टुक मी थ्री ईयरस इन चंडीगढ़ ओनली टू मेक पीपल अंडरस्टैंड कि फिटनेस कुड़ियों के लिए बहुत जरूरी है ਸਪੈਸ਼ਲੀ ਮਤਲਬ ਆਪਣੀ ਇਸ ਕੈਟਾਗਰੀ ਦੇ ਲਈ ਮੈਨੂੰ 3 ਸਾਲ ਲਗੇ ਇਹ ਚੀਜ਼ ਲੋਕਾਂ ਤੱਕ ਪਹੁੰਚਾਉਣ ਨੂੰ ਕਿ ਫਿਟਨੈਸ ਇਜ਼ ਵੈਰੀ ਇੰਪੋਰਟੈਂਟ ਐਂਡ ਆਪਣੇ ਉੱਪਰ ਧਿਆਨ ਦੇਣਾ ਇਜ਼ ਵੈਰੀ ਵੈਰੀ ਇੰਪੋਰਟੈਂਟ ਹੂੰ ਹੂੰ ਮੈਂ ਮੈਂ ਇਮੇਜਿਨ ਕਰ ਸਕਦਾ 2015 ਵਿੱਚ ਤਾਂ ਜਿਮ ਬॉयਜ਼ ਵੀ ਬੜੇ ਘੱਟ ਜਾਂਦੇ ਸੀ ਤਾਂ ਗਰਲਸ ਲਈ ਤਾਂ ਬਿਲਕੁਲ ਕਾਟਾ ਹੀ ਸੀਗਾ ਬਿਲਕੁਲ ਗਰਲਸ ਮਤਲਬ ਕਦੇ ਵੀ ਦੇਖਿਆ ਨਹੀਂ ਸੀ ਜਾਂਦਾ ਕਿ ਕੁੜੀਆਂ ਬੋਡੀ ਬਿਲਡਿੰਗ ਕਰ ਸਕਦੀਆਂ ਨੇ ਜਾਂ ਕੁੜੀਆਂ ਇਕ ਆਂਦਾ ਨਾ ਮਾਈਂਡ ਦੇ ਵਿੱਚ ਕਿ ਜਿਮ ਲਾਉਣਾ ਹਾਂ ਤੂੰ ਜਿਮ ਲਾਗੀ ਕੀ ਕਰਨਾ ਇਦਾਂ ਦਾ ਕਿ ਕੀ ਕਰਾਂਗੇ ਜਿਮ ਜਾ ਕੇ ਕਾਦੀ ਬਾਡੀ ਬਣਾਉਣੀ ਦੁਰ ਇਹ ਇੱਕ ਮਾਹੌਲ ਵੀ ਉਦਾਂ ਦਾ ਹੁੰਦਾ ਸੀ ਕਿ ਬੋਇਜ਼ ਹੀ ਜ਼ਿਆਦਾ ਹੁੰਦੇ ਸੀ ਨਾ ਤੇ ਕੁੜੀਆਂ ਵੀ ਫਿਰ ਅੱਜ ਕੱਲ ਕੰਫਰਟ ਲੈਵਲ ਤਾਂ ਡਿਫਰੈਂਟ ਹੋ ਗਿਆ ਉਸ ਟਾਈਮ ਕੰਫਰਟ ਲੈਵਲ ਬਹੁਤ ਅਲੱਗ ਸੀਗਾ ਕਿ ਸੋ ਮੁੰਡੇ ਹੋਣੇ ਤੇ ਦੋ ਕੁੜੀਆਂ ਹੋਣੀਆਂ ਆ ਆਫਕੋਰਸ ਕੰਫਰਟੇਬਲ ਨਹੀਂ ਹੁੰਦਾ ਸੀ ਬੰਦਾ ਜਿਮ ਦੇ ਵਿੱਚ ਅੱਜ ਕੱਲ ਆਪੋਜ਼ਿਟ ਹੈ ਹਾਂ ਅੱਜ ਕੱਲ ਕੋਈ ਰਿਐਲਿਟੀ ਜਸਸ ਸਾਡੇ ਇੱਕ ਜਿਮ ਹੈਗਾ ਕਹਿੰਦੇ ਯਾਰ ਅਮਨ ਥੋੜੀ ਐਡਵਰਟਾਈਜ਼ਮੈਂਟ ਕਰਦੇ ਸਾਡੇ ਕੁੜੀਆਂ ਚਾਹੀਦੀਆਂ ਜਿਮ ਚ ਮੈਂ ਕਿਹਾ ਭਾਜੀ ਕਿਉਂ ਕਹਿੰਦੇ ਯਾਰ ਕੁੜੀਆਂ ਆਉਣਗੇ ਮੁੰਡੇ ਬਹੁਤ ਆ ਜਾਣਗੇ ਸੌਰੀ ਟੂ ਸੇ ਮੈਂ ਕਿਹਾ ਕਿ ਸਾਵਾ ਕਹਿੰਦਾ ਦੇ ਇੱਕ ਮੁੰਡਿਆਂ ਨੇ ਫੀਸ ਭਰਨੀ ਆ 10-10000 ਰੁਪਏ ਦੇ ਦੇਣਾ ਉਹਨਾਂ ਨੇ ਉਹਨਾਂ ਨੇ ਦੋ ਦਿਨ ਰੋਣਾ ਫਿਰ ਰੋਣਾ ਨਹੀਂ ਸੀ ਗਲੈਮਰ ਇਜ਼ ਇੰਪੋਰਟੈਂਟ ਕਿਸੇ ਵੀ ਫੀਲ ਚ ਹੋਏ ਗਲੈਮਰ ਇਜ਼ ਇੰਪੋਰਟੈਂਟ ਠੀਕ ਹੈ ਲਾਈਕ ਅੱਛਾ ਵੈਸੇ ਹਾਂ ਹੈ ਹੁਣ ਵੀ ਹੁਣ ਠੀਕ ਆ ਹੁਣ ਮਤਲਬ ਉਹ ਜਿਹੜਾ ਰੇਸਿਜ਼ਮ ਇਹ ਉਹ ਚੱਲਦਾ ਕੁੜੀਆਂ ਦਾ ਵੀ ਠੀਕ ਹੋ ਗਿਆ ਯਾਰ ਮੱਚ ਬੈਟਰ ਤੁਸੀਂ ਹੁਣ ਦੇ ਮੈਂ ਮਤਲਬ ਕੰਪੈਰੀਟਿਵਲੀ ਆਪਾਂ ਦੇਖ ਲਈਏ ਜਦੋਂ ਵੀ ਆਪਾਂ ਬੋਡੀ ਬਿਲਡਿੰਗ ਸ਼ੋਅ ਤੇ ਜਾਂਦੇ ਆ ਸੇ ਕੁੜੀਆਂ ਦੀ ਪਾਰਟਿਸਿਪੇਸ਼ਨ ਬਹੁਤ ਇੰਪਰੂਵਡ ਹੈ which is very nice ਕਿ ਹੁਣ ਤਾਂ ਖਤਮ ਹੀ ਹੋ ਗਿਆ ਹੁਣ ਤਾਂ ਸੋਚ ਬਦਲ ਗਈ ਗਾਣੇ ਬਦਲ ਗਏ so ਇੱਕ ਵੇ ਟੂ ਸੀ ਕੋਈ ਵੀ ਡਾਂਸ ਫਾਰਮ ਬਦਲ ਗਿਆ ਹੈ ਹੁਣ ਫੀਮੇਲ ਇਸ ਡਿਮਾਂਡਿੰਗ ਜੀਐਕਸ ਕਲਾਸਸ ਇਨ ਜਿਮਸ so ਅੱਛਾ ਹੀ ਹੈ ਕੁਝ ਬੈਟਰ ਹੋਇਆ ਕੁਝ ਵਧੀਆ ਪੋਜ਼ਿਟਿਵਿਟੀ ਦੇ ਵਿੱਚ ਬੈਟਰ ਹੋਇਆ ਮੇਰੀ ਜਿੰਨੀਆਂ ਫਰੈਂਡਸ ਨੇ ਸਾਰੀਆਂ ਜਿਮ ਆਲੀਆਂ ਨੇ ਉਹ ਮੇਰ ਨਾਲ ਜ਼ਿਆਦਾ ਮਸਕੂਲਰ ਨੇ ਉਹ ਇਸ ਟਾਈਮ ਲਾਈਕ ਮੈਂ ਕਰਨੀ ਪੰਦਾ ਹਾਂ ਜਿਮ ਬਟ ਮੈਂ ਸ਼ਾਇਦ ਅੱਜ ਦੇ ਪੋਡਕਾਸਟ ਤੋਂ ਇਨਸਪਾਇਰ ਹੋ ਜਾ ਤੇ ਕੱਲ ਸਵੇਰੇ ਤੋਂ ਜਿਮ ਜਾਣਾ ਆਪਾਂ ਯਾਰ ਐਨਾ ਕੁਝ ਸਪੌਂਸਰਡ ਪ੍ਰੋਟੀਨ ਐਨੇ ਆਏ ਪੈਨੇ ਉਹ ਖਾਓ ਹਾਂਜੀ ਬਿਲਕੁਲ ਬਿਲਕੁਲ ਸਾਡੇ ਰੈਗੂਲਰ ਪੋਡਕਾਸਟ ਚੱਲਦੇ ਪੈਨੇ ਓਕੇ ਸੋ ਬਟ ਕਾਮਿਕਸ ਸਿੰਘ ਨਾਲ ਵੀ ਸੀਗਾ ਹਾਂਜੀ ਹਾਂਜੀ ਤੁਹਾਨੂੰ ਦੇਖੇ ਤੁਸੀਂ ਐਪੀਸੋਡਸ ਅਸੀਂ ਹਾਂ ਯਸ ਆਈ ਹੈ ਸੀਨ ਮੈਂ ਤੁਹਾਡਾ ਸਭ ਤੋਂ ਪਹਿਲਾਂ ਦੇਖਿਆ ਸੀਗਾ ਜਦੋਂ ਤੁਹਾਨੂੰ ਮੈਸੇਜ ਕੀਤਾ ਸੀਗਾ ਹੂੰ ਸੋ ਮੈਂ ਪਰਸਨਲ ਮੈਸੇਜ ਡੀਐਮ ਕੀਤਾ ਸੀਗਾ ਤੁਹਾਨੂੰ ਐਂਡ ਮੈਂ ਬਹੁਤ ਆਈ ਲਾਫਟਡ ਇਟ ਆਊਟ ਵੈਨ ਆ ਸੋ ਯੋਰ दैट ਪੋਡਕਾਸਟ ਮਤਲਬ ਇੱਕ ਬਹੁਤ ਹੀ ਡਿਫਰੈਂਟ ਵੇ ਨਾਲ ਯੂ ਡੂ ਯੋਰ ਪੋਡਕਾਸਟ ਲਾਈਕ ਇਟਸ ਨਾਟ ਅ ਰੈਗੂਲਰ ਵੇ ਕਿ ਹਾਂ ਦੋ ਮਾਈਕ ਲਾ ਲਿਆਨ ਕਰਤਾ ਇਟਸ ਅ ਗੁੱਡ ਫਿਲਰ ਯੂ ਆ ਡੂਇੰਗ ਅ ਗੁੱਡ ਵਰਕ ਓਕੇ ਮਨੂਏ ਹੁੰਦਾ ਬਸ ਲਾਈਕ ਵੀ ਕੈਮਰਸ ਨਾ ਵੀ ਹੁਣ ਆਪਾਂ ਇਦੀ ਗੱਲ ਕਰੀਏ ਬਨਾਵਟੀ ਨਾ ਹੋਵੇ ਕੁਝ ਵੀ ਰੌਅ ਥਿੰਗਸ ਪਸੰਦ ਹੁੰਦੀਆਂ ਲੋਕਾਂ ਨੂੰ ਵੈਸੇ ਵੀ ਹੁਣ ਮੈਨੂੰ YouTube ਕਰਦੇ 5 ਸਾਲ ਹੋ ਗਏ ਮੈਨੂੰ ਇੱਕ ਇੱਕ ਚੀਜ਼ ਜਾਣਦੇ ਆ ਵੀ ਮੈਂ ਜੇ ਨਕਲੀ ਵੀ ਕਰੂੰਗਾ ਆਪਾਂ ਫੜੇ ਜਾਵਾਂਗੇ ਫੜੇ ਜਾਵਾਂਗੇ ਰਾਈਟ 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 ਠੀਕ ਆ ਸੋ ਪੰਗੜਾ ਤੁਸੀਂ ਕਰਦੇ ਹੋ ਹੁਣ ਸੋ ਇੱਕ profession ਬਣ ਗਿਆ ਤੇ ਮੈਂ ਖੁਦ ਜਾਣ ਸਰ ਰਿਹਾ ਮੈਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਤੁਸੀਂ ਦੱਸਿਆ ਸੀਗਾ ਦੱਸਿਆ ਦੱਸਤਾ ਸੀ ਮੈਂ ਕਿੰਨਾ ਕੁਛ ਨਾ ਆਪਣੀ ਵਿੜਾਈ ਕਰਦਾ ਰਹਿਣਾ ਸੋ ਮੈਂ ਜਸਟ ਡਾਂਸ ਕੀਤਾ ਸੀ ਮੈਂ ਬੰਬੇ ਅੱਛਾ ਮੇਰਾ ਸਰਵਾਈਵਲ ਡਾਂਸ ਤੋਂ ਹੀ ਹੋਇਆ ਓਕੇ ਜਾਂਦੇ ਕੰਮ ਨਹੀਂ ਸੀਗਾ ਮੈਂ ਤਾਂ ਹੀ ਜ਼ੁੰਬਾ ਵਗੈਰਾ ਪੁੱਛਦਾ ਸੀ ਅਸੀਂ ਵੀ ਜ਼ੁੰਬਾ ਕਰਾਉਂਦਾ ਰਿਹਾ ਮੈਂ ਹੁਣ ਮੈਨੂੰ ਪਤਾ ਨਹੀਂ ਵੀ ਜ਼ੁੰਬਾ ਦਾ ਪਿੱਛੋਂ ਕੀ ਸੀਗਾ ਆ ਆਪਕੋ ਜ਼ੁੰਬਾ ਆਤਾ ਹੈ ਹਾਂ ਹਾਂ ਸਰ ਆਤਾ ਹੈ ਉਹ ਦੇਖੋ ਚਲੋ ਕਰਕੇ ਦਿਖਾਓ ਇਹ ਥੋੜਾ ਬਹੁਤ ਤਕਰਵਾਇਆ ਕੌਨਫੀਡੈਂਸ ਹੁੰਦਾ ਸੀ ਚਲੋ 10 ਜਣਾਂ ਨੂੰ ਸਿਖਾਤਾ ਇਹ ਉਹ ਸੋ ਲੌਂਗ ਸਟੋਰੀ ਓਕੇ ਹੁਣ ਕੀ ਚੱਲਦਾ ਪਿਆ ਜ਼ਿੰਦਗੀ 'ਚ ਜ਼ਿੰਦਗੀ ਦੇ ਵਿੱਚ ਚੱਲ ਰਹੇ ਨੇ ਚਾਰ ਜਿਮ ਔਰ ਮੇਰੀ ਪੰਗੜਾ ਕਲਾਸਿਸ ਪਲੱਸ ਮਾਸਟਰ ਕਲਾਸਿਸ ਓਕੇ ਐਨੀ ਟਾਈਮ ਫਿਟਨੈਸ ਤੁਸੀਂ ਨਾਮ ਲਿਆ ਸੀਗਾ ਜਿਮ ਦਾ ਹਾਂਜੀ ਉਹ ਕਿਦਾਂ ਪ੍ਰੋਸੈਸ ਆ ਮਤਲਬ ਆਪਣੀ ਆ ਉਹ ਹਾਂਜੀ ਹਾਂਜੀ ਉਹ ਇੱਕ ਯੂ ਐਸ ਫਰਾਂਚਾਈਜ਼ੀ ਬੇਸ ਸਿਸਟਮ ਹੈਗਾ ਇਹ ਸੋ ਸਾਡੇ ਦਵਾਰਕਾ ਦੇ ਵਿੱਚ ਚਾਰ ਜਿਮਸ ਨੇ ਸੋ ਐਨੀ ਟਾਈਮ ਫਿਟਨੈਸ ਓਕੇ ਜਿਵੇਂ ਆ ਇਟਸ ਅ ਫਰਾਂਚਾਈਜ਼ੀ ਤੁਸੀਂ ਲਈਆਂ ਹੋਈਆਂ ਨੇ ਯੈਸ ਵੀ ਆਰ ਵੀ ਆਰ ਦਾ ਓਨਰਸ ਓਕੇ ਹਾਂਜੀ ਇੱਥੇ ਵੀ ਹੈ ਕਿਨੇੜੇ ਇੱਥੇ ਮਤਲਬ ਚੰਡੀਗੜ੍ਹ ਦੇ ਵਿੱਚ ਤਾਂ ਤਿੰਨ ਐਨੀ ਟਾਈਮ ਹੈਗੇ ਆ ਬਟ ਉਹਨਾਂ ਦੇ ਸੈਪਰੇਟ ਓਨਰਸ ਨੇ ओके okay. हां जी ਤੁਹਾਡਾ ਜਮ ਕਿੱਥੇ ਆ ਦਵਾਰਕਾ ਦਿੱਲੀ ਮੈਂ ਨਹੀਂ ਦੂਰ ਨਹੀਂ ਨਾ ਜਾ ਸਕਦਾ ਮੈਂ ਤਾਂ ਉਹ ਕਰੋਨੀ ਸੀਗੀ ਸਪਾਂਸਰਸ਼ਿਪ ਥੋੜੀ ਹੋਰ ਚੰਡੀਗੜ੍ਹ ਨਹੀਂ ਆਗਾ ਚੰਡੀਗੜ੍ਹ ਨਹੀਂ ਖੋਲ ਲੋ ਯਾਰ ਇੱਥੇ ਨੇੜੇ ਆਵਾਂਗੇ ਜਲਦੀ ਆਵਾਂਗੇ ਸਾਡੀ ਸਾਰੀ ਟੀਮ 9 ਜਣੇ ਹੈਗੇ ਆਂ ਸੀ ਸਾਰੇ ਜਾਇਆ ਕਰਾਂਗੇ डन जी डन ਅੱਛਾ ਤੁਸੀਂ ਲੁਧਿਆਣਾ ਤੋਂ ਵੈਸੇ ਨਹੀਂ ਮੇਰਾ ਬਰਥ ਜੰਮੂ ਦਾ ਹੈ ਪੱਲੀ ਬੜੀ ਮੈਂ ਚੰਡੀਗੜ੍ਹ ਦੇ ਵਿੱਚ ਹੀ ਆ ਤੇ ਸੈਟਲਡ ਨਾਉ ਇਨ ਦਿੱਲੀ ਹਾਂ ਮਤਲਬ ਬਹੁਤ ਜ਼ਿਆਦਾ ਸਟੇਟ ਦਾ ਡਿਫਰੈਂਸ ਆ ਯੈਸ ਹਣਾ ਵੀ ਜੰਮੂ ਤੋਂ ਤੁਸੀਂ ਹੋ ਪੈਦਾ ਹੋਏ ਬਰਥ ਬਰਥਪਲੇਸ ਇਸ ਜੰਮੂ ਤੇ ਮੈਰिज ਦਿੱਲੀ ਦਿੱਲੀ ਕਿਹੜੇ ਇਅਰ ਚ ਹੋਈ ਹੈ 3 ਇਅਰਸ ਬੈਕ ਤਿੰਨ ਸਾਲ ਹੋ ਗਏ ਹਾਂਜੀ ਹੋਣ ਗਏ ਜਨਵਰੀ ਦੇ ਵਿੱਚ ਜਨਵਰੀ ਵਿੱਚ ਓਕੇ ਹੁਣ ਮਤਲਬ ਸਾਲਗिरा ਕਹਿੰਦੇ ਆ ਐਨੀਵਰਸਰੀ ਐਨੀਵਰਸਰੀ ਸਾਲਗिरा ਕਿਵੇਂ ਲੱਗ ਰਿਹਾ ਤਿੰਨ ਸਾਲ ਹੋ ਗਏ ਕਟਲੇ ਤਿੰਨ ਸਾਲ ਬਟ ਦੈਟ ਕੁਐਸਚਨ ਕਟਲੇ ਤਿੰਨ ਸਾਲ ਰਾਈਟ 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 ਸੁੰਦੇ ਹੋਣੇ ਆ ਭਾਜੀ 3 साल हो गए ने बधाईयां बहुत बधाईयां होन होन वाले ने ਤੁਹਾਨੂੰ ਵੀ ਵਧਾਈਆਂ ਕਿਉਂਕਿ ਮੈਮ ਬੜੇ ਬੋਸੀ ਨੇ ਮੈਂ ਮਤਲਬ ਸਮਝ ਸਕਦਾ ਵੀਰੇ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਹੋ ਗਿਆ ਬੋਸੀ ਬਾਰ ਜਲਦੀ ਹੈ ਘਰੇ ਬੋਸ ਬੋਸ ਗਿਰੀ ਨਹੀਂ ਜਲਦੀ ਕੁਕ ਕਰ ਲੰਦੇ ਹਸਬੰਡ ਕੀ ਕੁਕ ਕੁਕਿੰਗ ਵਗੈਰਾ ਕਰ ਲੰਦੇ ਨਹੀਂ ਨਹੀਂ ਤੁਸੀਂ ਕਰ ਲੈਂਦੇ ਨਹੀਂ ਨਹੀਂ ਮੈਂ ਵੀ ਮਤਲਬ ਟਾਈਮ ਨਹੀਂ ਹੈਗਾ ਆਲਦੋ ਆਈ ਨੋ ਕੁਕਿੰਗ ਬਟ ਕੁਕ ਕਰਨ ਦਾ ਟਾਈਮ ਨਹੀਂ ਮਿਲਦਾ ਬਹੁਤ ਕੱਟ ਚੀਜ਼ਾਂ ਬੜਾ ਚਲੋ ਵਰਕਿੰਗ ਲੇਡੀ ਦਾ ਸਕੇਡਿਊਲ ਦੇਖਦੇ ਆ ਤੁਹਾਡਾ ਸਕੇਡਿਊਲ ਕੀ ਹੈ ਸਵੇਰੇ ਉੱਠ ਕੇ 11 ਵਜੇ ਤੱਕ 12 ਵਜੇ ਤੱਕ ਸੌਣ ਤੱਕ ਮਾਰਨਿੰਗ ਮੇਰੇ ਜਦੋਂ ਸੈਸ਼ਨ ਹੁੰਦੇ ਆ I go for my class ਉਸ ਤੋਂ ਬਾਅਦ ਕਰਿਆ ਕਿ ਮੇਡਸ ਵਗੈਰਾ ਦਾ ਦੇਖਣਾ ਹੁੰਦਾ ਹੈ ਲਾਈਕ ਟੂ ਐਗਜ਼ੀਕਿਊਟ ਹਮ ਕਰਵਾਣਾ ਕੰਮ ਵੀ ਸੋਖਾ ਨਹੀਂ ਹੈ ਅੱਜਕੱਲ ਮੇਡ ਜੀ ਬਹੁਤ ਨਖਰੇ ਵਾਲੀਆਂ ਨੇ ਹਾਂ ਜੀ ਨੇ ਸੋ ਉਹਨਾਂ ਦਾ ਕੰਮ ਵਗੈਰਾ ਦੇਖ ਕੇ ਦੈਨ ਅਗੇਨ I go back to gym सो so, मैं दिन देखती हाँ कि मेरा स्टाफ कि काम कर रहा है सो एग्जीक्यूशन पार्ट एंड दैन मेरे ईवनिंग सैशन होंगे ने एंड दैन अराउंड नाइन थर्टी आई कम होम नाइन थर्टी यस हाँ पूरा तो डे स्पेंड हो गया फिर फैमिली नाल यस की देखते हो इंटरनेट से की कंज्यूम कर दियो विच विच टाइम मिलता ना कहीं हाँ लाइक ऑनलाइन शॉपिंग हो गई I'm very shopaholic. Shop I thought a dress bhi bahut अच्छी लग रही है Thank you so Kho much. खुद khud, khud uh, tusi kita na styling. Uh, hanji, I have one designer. ਉਹ ਮੈਨੂੰ ਗਾਈਡ ਕਰਦੀ ਰਹਿੰਦੀ ਹੈ ਜਾਂ ਕੁਝ ਮੇਰੇ ਮਾਈਂਡ ਦੇ ਵਿੱਚ ਹੁੰਦਾ ਹੈ ਤੇ ਉਹ ਮੈਨੂੰ ਬਣਾ ਕੇ ਦੇ ਦਿੰਦੀ ਹੈ ਲਾਈਕ ਐਨੀਥਿੰਗ ਕੁਝ ਵੀ ਇਦਾਂ ਦਾ ਕੋਈ ਫਾਰਮੈਟ ਮੈਨੂੰ ਚਾਹੀਦਾ ਹੁੰਦਾ ਹੈ ਕਿ ਸਮਥਿੰਗ ਡਿਫਰੈਂਟ ਆਈ ਵਾਂਟ ਟੂ ਵੇਅਰ ਤੇ ਉਹ ਮੇਰੇ ਵਾਸਤੇ ਡਿਜ਼ਾਈਨ ਕਰ ਲੈਂਦੀ ਹੈ ਸ਼ੀ ਇਜ਼ ਆਲਸੋ ਫਰਮ ਦਿੱਲੀ ਬਹੁਤ ਪੋਜ਼ਿਟਿਵ ਵਾਈਬਸ ਨੇ ਤੁਹਾਡੀਆਂ ਵੀ ਕੋਈ ਤੁਹਾਨੂੰ ਮਿਲੂਗਾ ਉਹ ਖੁਸ਼ ਰਹੂਗਾ ਸਾਰਾ ਦਿਨ ਵੀ ਇਦਾਂ ਦੀ ਵਾਈਬਸ ਨੇ ਤੁਹਾਡੀਆਂ ਥੈਂਕ ਯੂ ਤੇ ਤੁਹਾਡੀ ਹਾਈਟ ਵੀ ਬੋਲ ਸਕਦਾ ਆਈ ਐਮ 57 ਆਲਥੋ ਅੱਜ ਮੈਂ ਹੀਲਸ ਆਦਰ ਪਾਈ ਹੈ ਬਟ ਯੈਸ ਆਈ ਐਮ 57 57 ਕਿਉਂਕਿ ਤੁਸੀਂ ਜਦੋਂ ਭੰਗੜਾ ਵੀਡੀਓਜ਼ ਦੇਖੀ ਹੈ ਨਾ ਤੁਸੀਂ ਸਟੈਂਡ ਆਊਟ ਕਰਦੇ ਹੋ ਵੀ ਕੋਈ ਬੰਦਾ ਖੜਾ ਵਾ ਤੇ ਭੰਗੜਾ ਕਰ ਰਿਹਾ ਵੀ ਧਿਆਨ ਜਾਂਦਾ ਤੁਹਾਡੇ ਵੱਲ ਅੱਛਾ ਫਰਸਟ ਅਰਨਿੰਗ ਕਿਹੜੀ ਸੀ ਤੁਹਾਡੀ ਤੇ ਕਿੰਨੀ ਸੀਗੀ ਮਾਈ ਫਰਸਟ ਅਰਨਿੰਗ ਵਾਸ 2015 ਦੇ ਵਿੱਚ ਮੇਰੀ ਪਹਿਲੀ ਜੌਬ ਵਿਦ ਪੀ ਐਂਡ ਆਰ ਇਨਫਰਾ ਪ੍ਰੋਜੈਕਟਸ ਸੋ ਮੇਰੀ ਪਹਿਲੀ ਸੈਲਰੀ ਸੀਗੀ 15000 ਰੁਪਏ 740 ਪੀ ਐਫ ਕੱਟ ਕੇ ਆਇਆ ਸੀਗਾ ਪਰੋਵੀਡਲ ਫੰਡ ਕੀ ਕਹਿੰਦੇ ਹੁੰਦੇ ਆ ਪਤਾ ਨਹੀਂ ਪ੍ਰੋਵੀਡਡ ਫੰਡ ਪ੍ਰੋਵੀਡਡ ਫੰਡ ਮਨ ਕਰਾਨੀ ਹੁੰਦਾ ਹਾਂਜੀ ਸੋ ਮਾਈ ਫਰਸਟ ਸੈਲਰੀ ਵਾਸ 15000 ਬਹੁਤ ਅੱਛੀ ਸੀ ਕਵੀਆਂ ਦੀ ਨਹੀਂ ਹੁੰਦੀ ਫਰਸਟ ਸੈਲਰੀ 15000 ਮੈਨੂੰ ਆਪ ਨਹੀਂ ਮਿਲੀ ਮੇਰੀ ਮੇਰੀ 6300 ਸੀ ਆਈ ਗੈਸ ਮੇਰੀ ਮੈਂ ਡਾਂਸ ਕਲਾਸ ਹੀ ਲਈ ਸੀ ਕਿ ਉਹਨੂੰ ਓਕੇ ਸੋ ਹੁਣ ਬਿਜ਼ਨਸ ਵਿੱਚ ਤੁਹਾਡੇ ਕੋਲ ਇਹ ਜਿਮ ਹੈਗੇ ਨੇ ਤੁਹਾਡੇ ਟ੍ਰੇਨਿੰਗ ਸੈਸ਼ਨ ਚੱਲਦੇ ਨੇ ਖੁਦ ਦੇ ਜਿਮ ਨੇ ਫਰੈਂਚਾਈਜ਼ੀਸ ਤੇ ਬ੍ਰਾਂਡ ਕੋਲੈਬੋਰੇਸ਼ਨ ਵੀ ਹੋਣੀਆਂ ਯੈਸ ਕੋਸਮੈਟਿਕ ਕਰਦੇ ਹੋ ਬ੍ਰਾਂਡ ਬਹੁਤ ਘੱਟ अच्छा बिकॉज़ ये इत्थां दे कुछ प्रोडक्ट ਨੇ ਮੈਨੂੰ ਲੱਗਦਾ ਕਿ ਆਪਾਂ ਕੁਝ ਵੀ ਪ੍ਰਮੋਟ ਕਰ ਰਹੇ ਆ ਸੋ ਪਹਿਲਾਂ ਖੁਦ ਥੋੜਾ ਅਪਲਾਈ ਕਰਕੇ ਦੇਖੀਦਾ ਐ ਐਂਡ ਦੈਨ ਅੱਛਾ ਤੁਹਾਨੂੰ ਜਿਮ ਪ੍ਰੋਡਕਟਸ ਬਹੁਤ ਆਉਂਦੇ ਹੋਣੇ ਹਾਂ ਸ਼ਟੈਗ ਤਾਂ ਬਹੁਤ ਆਂਦਾ ਹੈ ਬਟ ਆਏ ਪ੍ਰਮੋਟ ਵੈਰੀ ਫਿਊ ਜੇ ਜੋ ऑथेंटिक ਨੇ ਜੋ ਮੈਂ ਖੁਦ ਵੀ ਯੂਜ਼ ਕੀਤੇ ਨੇ ਮੈਂ ਉਹੀ ਪ੍ਰੋਮੋਟ ਕੀਤੇ ਆ ਤੇ ਖੁਦ ਦਾ ਵੀ ਤੁਸੀਂ ਕੋਈ ਸਟਾਰਟ ਕਰੋਗੇ ਬ੍ਰੈਂਡ ਨਹੀਂ ਖੁਦ ਦਾ ਬ੍ਰੈਂਡ ਨਹੀਂ ਮਰਚ ਬਹੁਤ ਕੁਝ ਹੈ ਔਲਰੈਡੀ ਇੰਡਸਟਰੀ ਇਸ ਫਲੱਡਡ ਵਿਦ ਲੋਟ ਆਫ ਪ੍ਰੋਟੀਨ ਬ੍ਰੈਂਡਸ ਇੰਡਸਟਰੀ ਇਸ ਫਲੱਡਡ ਵਿਦ ਲੋਟ ਆਫ ਪ੍ਰੋਡਕਟਸ ਸੋ ਇੱਕ ਹੋਰ ਕਾਤੋ ਕੁਝ ਹੋਰ ਫੀਲਡ ਦੇ ਵਿੱਚ ਇਨਵੈਸਟ ਕਰਾਂਗੇ ਬਾਜੀ ਦਾ ਬਿਜ਼ਨਸ ਕੀ ਹੈ ਜਿਮਸ ਦੋ ਉਹ ਦੇਖਦੇ ਆ ਦੋ ਮੈਂ ਦੇਖਦੀ ਆ ਵਧੀਆ ਨਾ ਸੈਟਅਪ ਹੋ ਗਿਆ ਯਾਰ ਪੈਸੇ ਮੇਰੇ ਕੋਲ ਵੀ ਜੇ ਤੋ ਇਕੱਠੇ ਹੋਏ ਨਾ ਥੋੜੇ ਜੇ ਮੈਂ ਦੱਸੂਗਾ ਤੁਹਾਨੂੰ ਮੇਰੇ ਕੋਈ ਹਿੱਸੇ ਜੇ ਮੁੰਦ ਬੜੀ ਰਿਸਪੌਂਸਿਬਿਲਟੀ ਬਹੁਤ ਹੈ ਨਾ ਸਟਾਫ ਇਹ ਉਹ ਦੇਖੋ ਰਿਸਪੌਂਸਿਬਿਲਟੀ ਬਹੁਤ ਹੈ اسپੈਸ਼ਲੀ ਅਗਰ ਮੈਂ ਆਪਣੇ ਹਸਬੰਡ ਦੀ ਗੱਲ ਕਰਾਂ ਤਾਂ ਹੀ ਇਜ਼ ਵੈਰੀ ਹਾਰਡ ਵਰਕਿੰਗ ਗਾਈ ਸੋ ਆਲਵੇਜ਼ ਪ੍ਰੋਗਰੈਸ ਹੀ ਸੋਚਦੇ ਆ ਤੇ ਜਦੋਂ ਜਿਮ ਬਣ ਰਿਹਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇਹ ਦੇਖਦੇ ਆ ਕਿ ਮੈਂ ਖਾਣਾ ਕਾ ਦਿਖਾਵਾਂ ਜਾਂ ਨਾ ਖਾਵਾਂ ਹੀ ਇਜ਼ ਵੈਰੀ ਹਾਰਡ ਵਰਕਿੰਗ ਮੈਨ ਐਂਡ ਆਲਵੇਜ਼ ਪ੍ਰੋਗਰੈਸਿਵ ਕਰੇ ਬੈਗੀ ਵੀ ਕਦੇ ਸਾਨੂੰ 10 ਮਿੰਟ ਇਕੱਠੇ ਬਹਿਣ ਨੂੰ ਮਿਲਦੇ ਆ ਉਹਦੇ ਵਿੱਚ ਵੀ ਅਗਮ ਦਾ ਕੰਮ ਹੀ ਬੋਲਦਾ ਹੈ ਕੀ ਐਸੇ ਕਰਨਾ ਹੈ ਵੈਸੇ ਕਰਨਾ ਹੈ ਵੈਸੇ ਕਰਨਾ ਹੈ ਸੋ ਹੀ ਇਜ਼ ਆਲਵੇਸ ਇਨ ਟੂ ਵਰਕ ਅੱਛਾ ਅੱਜਕਲ ਯੂਥ ਕਾਫੀ ਜਿਮਸ ਖੁੱਲੇ ਹੋਏ ਨੇ ਲੋਕਲ ਜਿਮਸ ਯਾ ਕਲੋਨੀਜ਼ ਵਿਦ ਜਿਮ ਯਾ ਬਹੁਤ ਹਾਈ ਫਾਈ ਜਿਮ ਜਿਮ ਕਿਦਾਂ ਦਾ ਹੋਣਾ ਚਾਹੀਦਾ ਵੀ ਜਿਹੜਾ ਠੀਕ ਹੋਵੇ ਐਕਸੈਸ ਕਰਨ ਕਿਦਾਂ ਦਾ ਹੋਣਾ ਚਾਹੀਦਾ ਦੇਖੋ ਜਿਮ ਦੀ ਮਸ਼ੀਨਰੀ ਬਹੁਤ ਮੈਟਰ ਕਰਦੀ ਹੈ ਜਿਮ ਬਹੁਤ ਇੱਕ बिकॉज ਮਸ਼ੀਨਰੀ ਇਜ਼ ਮੇਨ ਟ੍ਰੈਡਮਿਲ ਲੱਖ ਰੁਪਏ ਵਾਲੀ ਵੀ ਹੈ ਤੇ ਟ੍ਰੈਡਮਿਲ 10-10 ਲੱਖ ਵਾਲੀ ਵੀ ਹੈ ਹਮਮ ਫਰਕ ਕੀ ਹੋਊਗਾ ਕੁਛ ਤੇ ਫਰਕ ਹੋਊਗਾ बिकॉज ਆਪਾਂ ਜਿਹੜੇ ਅ ਪਲੇਟਫਾਰਮ ਤੇ ਭਜਦੇ ਆ ਟ੍ਰੈਡਮਿਲ ਦੇ ਟਾਈਮ ਤੇ ਉਹ ਬਹੁਤ ਮੈਟਰ ਕਰਦਾ ਹੈ ਕਿੰਨਾ ਸਮੂਥ ਹੈ ਉਸੇ ਸਮੂਥਨੈਸ ਦੇ ਪੈਸੇ ਨੇ ਹਮ ਸੋ ਕਈਆਂ ਨੇ ਮਤਲਬ ਕੁਝ ਜੋ ਥੋੜੇ ਨਾਰਮਲ ਕਾਸਟ ਦੀਆਂ ਟ੍ਰੈਡਮਿਲਸ ਹੁੰਦੀਆਂ ਨੇ ਉਹਦੇ ਥੱਲੇ ਜਿਹੜੇ ਫੱਟੇ ਹੁੰਦੇ ਆ ਉਹ ਹਾਰਡ ਹੁੰਦੇ ਤੁਹਾਡੀ ਨੀਂਸ ਤੇ ਇਫੈਕਟ ਪੈਂਦੇ ਸੋ ਜੋ ਕੁਆਲਿਟੀ ਵਾਲੀ ਟ੍ਰੈਡਮਿਲਸ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਆਪਾਂ ਨੂੰ ਜਿੰਨੂੰ ਕਹਿੰਦੇ ਆ ਬਾਉਂਸ ਹੈ ਉਹ ਬਾਉਂਸ ਘਟ ਆਂਦਾ ਨੀ ਜਰਕ ਤੇ ਮਤਲਬ ਨੀ ਤੇ ਬਾਉਂਸ ਨਹੀਂ ਕਰਨ ਦਿੰਦਾ ਉਹ ਚੀਜ਼ ਸੋ ਦਿਸ ਇਜ਼ ਮਸ਼ੀਨਰੀ ਸੈਟਅਪ ਬਹੁਤ ਮੈਟਰ ਕਰਦੀ ਆਪਾਂ ਕਿੰਨੀ ਇੰਜਰੀਜ਼ ਦੇਖਦੇ ਕਿੰਨੀ ਵੀ ਜਿਮਸ ਦੇ ਵਿੱਚ ਇੰਜਰੀਜ਼ ਆਪਾਂ ਅਗਰ ਦੇਖੀਏ ਤੇ ਉਹ ਮਸ਼ੀਨਰੀ ਦੇ ਕਾਰਨ ਨਹੀਂ ਹੁੰਦੀਆਂ ਨੇ ਕੋਈ ਲੈਗ ਆ ਗਿਆ ਕੋਈ ਟੁੱਟ ਗਈ ਸੋ ਮੈਟਰ ਕਰਦੀ ਹੈ ਮਸ਼ੀਨਰੀ ਤਾਂ ਹੀ ਮਹਿੰਗੀ ਹੈ ਕੁਆਲਿਟੀ ਆਲਵੇਜ਼ ਕਮਸ ਵਿਦ ਦਾ ਪ੍ਰਾਈਸ ਹਮ ਸੋ ਇਸ ਕਰਕੇ ਮਸ਼ੀਨਰੀ ਇੰਪੋਰਟੈਂਟ ਡੀਪਲੀ ਕਿਤੇ ਸੋਚਣਾ ਨਹੀਂ ਬਟ ਕਰਦਾ ਹੋਗਾ ਇਫੈਕਟ ਆਈ ਗੈਸ ਸੋ ਇੱਕ ਸੋਚਣ ਵਾਲੀ ਗੱਲ ਹੈ ਨਾ ਕਿ ਟ੍ਰੈਡਮਿਲ ਲੱਖ ਰੁਪਏ ਆਪਾਂ ਸੋਚਦੇ ਹਾਂ ਟ੍ਰੈਡਮਿਲ ਲੱਖ ਰੁਪਏ ਦੀ ਵੀ ਹੈ ਬਟ ਆਪਾਂ ਕਿ ਕਗਰ ਬ੍ਰਾਂਡ ਸਰਜ ਕਰੀਏ ਲਾਈਫ ਫਿਟਨੈਸ ਉਹਦੀ ਮਸ਼ੀਨਸ ਟ੍ਰੈਡਮਿਲ 88 ਲੱਖ ਦੀਆਂ ਨੇ 13 13 ਲੱਖ ਦੀਆਂ ਨੇ ਸੋ देयर ਮਸਟ ਬੀ

ਜੋ ਟ੍ਰੇਨਿੰਗ ਲੈ ਰਹੇ ਹੋ ਐਥੈਸਟਿਕ ਟ੍ਰੇਨਿੰਗ ਹੈ ਬਹੁਤ ਵਧੀਆ ਕਰ ਰਹੇ ਨੇ ਇਜ਼ ਇਨਸਪਾਇਰਿੰਗ ਲੋਟ ਆਫ ਪੀਪਲ ਕਿ ਹਾਂ ਜਿਮ ਦੇ ਬਿਨਾ ਵੀ ਟ੍ਰੇਨਿੰਗ ਹੋ ਸਕਦੀ ਹੈ ਇਦਾਂ ਦਾ ਕੁਝ ਨਹੀਂ ਹੈ ਪਰ ਉਹ ਮਤਲਬ ਉਸ ਕੈਟੇਗਰੀ ਆਫ ਪੀਪਲ ਬਹੁਤ ਘੱਟ ਹੈ ਜਿਹੜੀ ਆਪਾਂ ਅੰਕਿਤ ਦੀ ਗੱਲ ਕਰੀਏ ਉਦਾਂ ਦੀ ਕੈਟਾਗਰੀ ਮਤਲਬ ਸੈਲਫ ਟ੍ਰੇਨ ਕਰਨ ਵਾਲੇ ਲੋਕੀ ਬਹੁਤ ਘੱਟ ਹੁੰਦੇ ਨੇ ਹੁਣ ਮੈਂ ਆਪਣੀ ਗੱਲ ਕਰਾਂ ਹਮੇ ਵੀ ਮੈਨੂੰ ਮਾਹੌਲ ਚਾਹੀਦਾ ਮੈਨੂੰ ਵੀ ਮਾਹੌਲ ਲਾ ਕੇ ਯਾਰ ਮਿਊਜ਼ਿਕ ਚਾਹੀਦਾ ਮਿਊਜ਼ਿਕ ਚਾਹੀਦਾ ਮਾਹੌਲ ਚਾਹੀਦਾ ਥੋੜਾ ਚੱਲਣਾ ਨਾ ਹੀ ਹੀ ਇਜ਼ ਉਹ ਡਿਸਪਲਿਨ ਹੈ ਜੋ ਅੰਕਿਤ ਕਰ ਰਿਹਾ ਉਹ ਪ੍ਰੋਪਰ ਸੈਲਫ ਡਿਸਪਲਿਨ ਹੈ ਸੈਲਫ ਟ੍ਰੇਨਿੰਗ ਹੈ ਤੇ ਥੈਟ ਇਜ਼ ਸੈਪਰੇਟ ਉਦਾਂ ਦੇ ਕੇਸੇਸ ਉਦਾਂ ਦੇ ਵਿਅਕਤੀ ਘੱਟ ਹੀ ਨੇ ਜਿਨਨੇ ਪੂਰਾ ਡੈਡੀਕੇਸ਼ਨਲ ਕਰਨਾ ਹੀ ਹੋਈ ਹੈ ਉਹ ਕਰ ਸਕਦਾ ਪ੍ਰੋਫੈਸ਼ਨਲੀ ਬਿਲਕੁਲ ਪ੍ਰੋਫ ਮਤਲਬ ਉਹਦਾ ਕੰਮ ਹੀ ਇਦਾਂ ਦਾ ਹੈ ਉਹ ਕਰ ਹੀ ਲਿਆ that is a strict discipline he is doing with the, with the gym or without gym ਹੂੰ ਉਹ ਦੇਖੋ ਵਿਦ ਜਿਮ অর ਵਿਦਆਊਟ ਜਿਮ ਹੀ ਇਸ ਡੂਇੰਗ ਥਿਸ ਸੋ ਹੀ ਇਸ ਡੂਇੰਗ ਗ੍ਰੇਟ ਵਰਕ ਸੋ ਇਹ ਕੁਐਸਚਨ ਸੀਗਾ ਮੇਰਾ ਕਿ ਬॉयਜ਼ ਜਿਹੜੇ ਹੈਗੇ ਨੇ ਮਸਕੂਲਰ ਵੀ ਜਿਮ ਨੂੰ ਲੈ ਕੇ ਐਬਸ ਦੇਖਦੇ ਆ ਵੀ ਮੈਂ ਵੀ ਐਬਸ ਬਣਾਉਣੇ ਆ ਪਾਜੀ 6 ਮਹੀਨੇ ਚ ਐਬਸ ਬਣ ਜਾਣ ਕੁਝ ਇਦਾਂ ਦਾ ਦੇ ਦੋ ਸੋ ਅੱਜ ਕੱਲ ਕੁਝ ਤਾਂ ਚਲੋ ਵੈਲ ਐਜੂਕੇਟਿਡ ਕੀ ਕਹਿੰਦੇ ਟ੍ਰੇਨਰ ਜਿਹੜੇ ਸਰਟੀਫਾਈਡ ਹੁੰਦੇ ਨੇ ਉਹ ਪ੍ਰੋਪਰਲੀ ਤੁਹਾਨੂੰ ਇੱਕ ਚਾਰਟ ਬਣਾ ਕੇ ਦਿੰਦੇ ਨੇ ਠੀਕ ਆ ਸਾਈਕਲ ਕਹਿ ਦਿੰਦੇ ਨੇ ਉਹਨੂੰ ਕੋਈ 8 ਵੀਕ ਸਾਈਕਲ ਹੁੰਦਾ 12 ਵੀਕ ਸਾਈਕਲ ਹੁੰਦਾ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੋਣਾ ਵਾ ਸੋ ਕੁਝ ਹੁੰਦੇ ਨੇ ਜਿਹੜੇ ਡਰੱਗਸ ਜਿਹੜੇ ਬੈਨ ਵੀ ਨੇ ਉਹ ਕੰਜ਼ਿਊਮ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਇਹਦੀ ਨੌਲੇਜ ਹੈ ਤੁਹਾਨੂੰ ਵੀ ਕਿੱਦਾਂ देयर इज नो शॉर्टकट टू फिटनेस राइट जे असी अपनी कोई स्ट्रक्चर एडमायर कीता है लेट्स से बॉडी बिल्डिंग ही कर लो बॉयज दे टॉपिक चक रहे हां सो ओदा कोई शॉर्टकट नहीं है ਹੁਣ ਪ੍ਰੋਬਲਮ ਇਹ ਹੈ ਕਿ ਜਿਮ ਲਾਈਨ ਦੇ ਵਿੱਚ ਕੋਈ ਵੀ ਬੰਦਾ ਪਹਿਲਾ ਦਿਨ ਪਹਿਲੇ ਦਿਨ ਜਿਮ ਜਾਂਦਾ ਹੈ ਉਹਨੂੰ ਬਾਡੀ ਚਾਹੀਦੀ ਹੈ ਮਹੀਨੇ ਦੇ ਵਿੱਚ ਹਾਂ ਰਾਈਟ ਇਟ ਇਜ਼ ਨਾਟ ਪੋਸੀਬਲ ਸਟੀਰੋਇਡਸ ਦੀ ਗੱਲ ਜਾਂ ਇਦਾਂ ਦੇ ਮਟੀਰੀਅਲ ਦੀ ਕੰਜ਼ਮਪਸ਼ਨ ਦੀ ਗੱਲ ਬਾਤ ਦੀ ਗੱਲ ਹੈ ਇਟਸ ਅ ਮਾਈਂਡਸੈਟ ਸਾਡਾ ਮਾਈਂਡਸੈਟ ਸ਼ਾਰਟਕਟ ਵੱਲ ਨੂੰ ਜ਼ਿਆਦਾ ਹੋ ਗਿਆ ਹੈ ਔਰ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਗਲਤ ਗਾਈਡ ਕਰ ਰਹੇ ਹਾਂ ਕਿ ਇਹ ਵਾਲਾ ਗ੍ਰੋਥ ਹਾਰਮੋਨ ਲੈ ਲੈ ਇਹ ਵਾਲਾ ਇਹ ਲੈ ਲੈ ऐसे कर ले इतने में ऐसे बन जाएगा ऐसा नहीं होता बॉडी है मजाक थोड़ी ना है सो एक्सेसिव यूज ऑफ एवरीथिंग इज बैड ए ਤਾਂ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਸੋ ਸੇਮ ਇਨ ਬੋਡੀ ਆਲਸੋ ਤੁਸੀਂ ਅਗਰ ਡੋਲਣਾ ਚਾਹੁੰਦੇ ਹੋ 24 ਇੰਚ ਦਾ ਤੇ ਤੁਸੀਂ ਹੈ ਨਾ ਹੈਗੇ ਤੁਹਾਡੇ 10 ਇੰਚ ਦੇ ਤੇ ਇੰਨਾ ਵੱਡਾ ਗੈਪ ਤੁਸੀਂ ਪੂਰਾ ਕਰਨਾ ਹੈ 2 ਮਹੀਨਿਆਂ 'ਚ ਇਟ ਇਜ਼ ਨਾਟ ਪੋਸੀਬਲ ਆਪਣੀ ਮਿਹਨਤ ਪਲੱਸ ਇਦਾਂ ਦੀ ਐਡੀਸ਼ਨਲ ਚੀਜ਼ਾਂ ਦੇਖੋ ਜੋ ਲੋਗ ਇਹ ਸਭ ਕੰਜ਼ਿਊਮ ਕਰ ਰਹੇ ਨੇ ਇਟ ਇਜ਼ ਨੋਟ ਈਜ਼ੀ ਉਹਨਾਂ ਨੂੰ ਵੀ ਮੈਂ ਅਪਰੀਸ਼ੀਏਟ ਕਰਾਂਗੀ ਬਿਕਾਜ਼ ਉਹ ਕੰਜ਼ਿਊਮ ਕਰਕੇ ਸਾਰਾ ਦਿਨ ਖੜਾ ਰਹਿਣਾ ਵੀ ਇਟਸ ਵੈਰੀ ਡਿਫਿਕਲਟ ਇੰਨਾ ਸੋਖਾ ਨਹੀਂ ਅਸੀਂ ਕਹਿ ਦਿੰਦੇ ਹਾਂ ਇੱਕ ਮਿੰਟ 'ਚ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਇਸकी ਤਾਂ ਸਟੀਰੋਇਡ ਬੋਡੀ ਹੈ ਬਹੁਤ ਈਜ਼ੀਲੀ ਹਮ ਇਹ ਇੱਕ ਮਿੰਟ ਕੁਝ ਸੈਕਿੰਡ ਮੇ ਬੋਲ ਦਿੰਦੇ ਹਾਂ ਕਿ ਇਸकी ਤਾਂ ਸਟੀਰੋਇਡ ਬੋਡੀ ਹੈ ਪਰ ਉਹ ਬੋਡੀ ਵੀ ਬਣਾਉਣੇ ਲਈ ਉਸ ਬੰਦੇ ਕੀ ਮਿਹਨਤ ਲੱਗਦੀ ਹੈ ਵੈਸੀ ਐਕਸਰਸਾਈਜ਼ ਕਰਨੀ ਪड़ती है ਵੈਸੀ ਡਾਈਟ ਲੈਣੀ ਪड़ती है hmm. ਸੋ ਐਸੀ ਕੈਜੂਅਲੀ ਨਹੀਂ ਬੋਲਣਾ ਹੈ ਉਹਨਾਂ ਨੇ ਜੋ ਵੀ ਸਟੱਫ ਲੀਆ ਉਹ ਉਹਨ ਕੀ ਆਪਣੀ ਐਡਮਾਇਰੇਸ਼ਨ ਹੈ ਕਿ ਉਹ ਐਸੀ ਬੋਡੀ ਕੋ ਚਾਹਤੇ ਹਨ ਬਟ ਆਪਾਂ ਨੂੰ ਆਪਾਂ ਹੁਣ ਕੀ ਕਰ ਰਹੇ ਆ ਕਿ ਆਪਾਂ ਨੂੰ ਸ਼ਾਰਟਕਟ ਚਾਹੀਦਾ ਹੁਣ ਲੈਟਸ ਸੀ ਤੁਹਾਡੀ ਬੋਡੀ ਨੂੰ ਬਨਣ ਨੂੰ ਜਿੱਦਾਂ ਦੀ ਤੁਸੀਂ ਫਰੇਮ ਕਰ ਰਹੇ ਹੋ ਆਲਦੋ ਤੁਸੀਂ ਬਹੁਤ ਇਦੇ ਵਿੱਚ ਲੀਨ ਫਿਟ ਵਿੱਚ ਅੱਛੇ ਲੱਗ ਰਹੇ ਹੋ ਬਟ ਇਫ ਯੂ ਆਰ ਇਮੇਜਿਨਿੰਗ ਲੈਟਸ ਸਪੋਜ਼ ਯੂ ਆਰ ਇਮੇਜਿਨਿੰਗ ਯੋਰਸੈਲਫ ਟੂ ਬੀ ਹੈਵਿੰਗ ਅ ਹਿਊਜ ਬੋਡੀ ਤਾਂ 1 ਸਾਲ 2 ਉਸ ਬੋਡੀ ਕੋ 1.5 ਸਾਲ 1.5 ਸਾਲ ਲਓ ਜੋ ਆਪ ਸਾਈਕਲ ਲੈਣਾ ਚਾਹਤੇ ਹੋ ਉਹ कुछ एम एल तक ही हमारी बॉडी में सूट करता है अगर उस एम एल का हम मिस करेंगे तो वो एम एल फिर हार्ट अटैक में ही बदलेगा सो इज़ इज़ प्रोसेस, एजुकेटेड ट्रेनर्स हैं, जिनको इनके बारे में नॉलेज है वही अच्छा गाइड कर सकते हैं सो so, गलत चीज़ शॉर्टकट कंज्यूम कर करके तगड़ी बॉडी बनाओगे तो फिर ऊपर जाओगे <laughs> <laughs> ਸੋ ਇਧਰ ਵੀ ਆਰ ਸਰਟੀਫਾਈਡ ਜਿਹੜੇ ਟ੍ਰੇਨਰ ਨੇ ਉਹਨਾਂ ਤੋਂ ਹੀ ਚਾਰਟ ਬਣਾਓ ਕਿਉਂਕਿ ਪੋਸ সাইਕਲ ਹੁੰਦਾ ਵਾ ਵੀ ਪ੍ਰੀ ਸਾਈਕਲ ਹੁੰਦਾ 8 ਵੀਕਸ ਦਾ ਹੁੰਦਾ ਜੋ ਵੀ ਹੈਗਾ ਵਾ ਵੀ ਪ੍ਰੋਪਰਲੀ ਕੁਝ ਹੀਰੋ ਹੈਗੇ ਨੇ ਉੱਥੇ ਮੈਂ ਬੰਬੇ ਰਹਿੰਦਾ ਹੁੰਦਾ ਸੀ ਉਹਨਾਂ ਦਾ ਪ੍ਰੋਪਰ ਬਲੱਡ ਟੈਸਟ ਹੁੰਦਾ ਸੀਗਾ ਫਿਰ ਪ੍ਰੋਪਰ ਕੈਲਰੀਜ਼ ਚੈੱਕ ਹੋਣੀ ਸਾਈਕਲ ਤੋਂ ਪਹਿਲਾਂ ਬਲੱਡ ਟੈਸਟ ਹੈ ਸਾਈਕਲ ਦੇ ਵਿੱਚ ਬਲੱਡ ਟੈਸਟ ਹੈ ਸਾਈਕਲ ਤੋਂ ਬਾਅਦ ਬਲੱਡ ਟੈਸਟ ਹੈ ਸੋ ਪ੍ਰੋਸੈਸ ਇਨ ਸ਼ਾਰਟ ਕੁਝ ਵੀ ਅਚੀਵ ਕਰਨਾ ਹੈ ਪ੍ਰੋਸੈਸ ਥੇਅਰ ਇਜ਼ ਨੋ ਸ਼ਾਰਟਕਟ ਟੂ ਐਨੀਥਿੰਗ ਯੂ ਵਾਂਟ ਟੂ ਗੋ या एनीथिंग यू वॉन्ट टू अचीव अच्छा कुछ लड़कियाँ कहती हैं कि आ, फास्ट रखूँगी सुबह मैंने फ्रूट खा लिए अब रात को सीधा खाऊंगी पतली हो जाऊंगी मैं वेरी रॉन्ग आप भूखे रह के कभी पतला नहीं हो सकते हो आप भूखे रह के बीमार हो गए आपकी बॉडी को खाना चाहिए और टाइम पर चाहिए और एक क्वान्टिटी में चाहिए सो भूखा रहने से आप कभी भी लाइफ में पतला नहीं हो सकते आपको और ही प्रॉब्लम आ जाएंगी स्टमक की डाइजेशन की जिस टाइम आप खाना शुरू करोगे फिर आपको खाया नहीं जाएगा हम्म। सो भूखा रहना इज नो सोल्यूशन ईटिंग गुड एंड ईटिंग राइट इज सोल्यूशन एक टाइम में कितने भटूरे खा सकते हैं हम <laughs> <laughs> मैं दो तो खा ही लेता हूँ <laughs> एक टाइम में एक भटूरा खाइए ठीक <laughs> है अच्छा अब मजाक कर रहे हैं मस्ती थोड़ी खाप को पारे नहीं, खा सकते हैं भटूरे है ना ਮੈਂ ਇੱਦਾਂ ਖਾ ਸਕਦੇ ਆ ਹਾਂ ਹਾਂ ਬਈ ਕਦੇ-ਕਦੇ ਹਫਤੇ ਜਿੱਕ ਵਾਰ ਖਾ ਲਿਆ ਨਾ ਇੱਦਾਂ ਦਾ ਕੁਝ ਵੀ ਮੈਗੀ ਖਾ ਲੰਨੇ ਆਪਾਂ ਖਾਓ ਖਾਓ ਯਾਰ ਸਾਰਾ ਕੁਝ ਖਾਓ ਲੇਕਿਨ ਜਿਮ ਕਰੋ ਨਾਲ ਐਕਸਰਸਾਈਜ਼ ਕਰੋ ਨਾਟ ਜਿਮ ਕੇ ਜਿਮ ਵੀ ਨਹੀਂ ਕਰਨਾ ਉਦਾਂ ਹੀ ਐਕਸਰਸਾਈਜ਼ ਕਰੋ ਫਿਜ਼ੀਕਲ ਐਕਟੀਵਿਟੀ ਓਕੇ ਸੋ ਇੱਕ ਕੁਐਸਚਨ ਮੇਰੇ ਮਾਈਂਡ ਚ ਆਇਆ ਕਿ ਇਸ ਫੀਲਡ ਨੂੰ ਲੈ ਕੇ ਬਈ ਜਿਮ ਟ੍ਰੇਨਿੰਗ ਨੂੰ ਲੈ ਕੇ ਕੁੜੀਆਂ ਵੀ ਟਰੋਲ ਹੁੰਦੀਆਂ ਅੱਜਕੱਲ ਜਿਮ ਕਰਦੀਆਂ ਠੀਕ ਹੈ ਬਈ ਕਲੋਥਿੰਗ ਨੂੰ ਲੈ ਕੇ ਬਹੁਤ ਹੁੰਦਾ ਸੱਚ ਹੁਣ ਮੈਂ ਇੱਕ ਸੈਗਮੈਂਟ ਵਿੱਚ ਜਾ ਰਿਹਾ ਪੂਰਾ ਵੀ ਕਲੋਥਿੰਗ ਨੂੰ ਲੈ ਕੇ ਬਹੁਤ ਟਰੋਲ ਹੁੰਦਾ ਬਈ ਕਿਦਾਂ ਦੇ ਕੱਪੜੇ ਪਾ ਕੇ ਇਹ ਕਰੀ ਜਾ ਰਹੀਆਂ ਸੋ ਹੋਰ ਮੈਂ ਕਹਾਂ ਤਾਂ ਕੁਝ ਕੁਝ ਕਿਹੜੀਆਂ ਨੈਗੇਟਿਵ ਚੀਜ਼ਾਂ ਤੁਸੀਂ ਦੇਖਦੇ ਹੋ ਵੀ ਜਿਹੜੀਆਂ ਵੀ ਸਾਹਮਣਾ ਕਰਨਾ ਪੈਂਦਾ ਯਾਰ ਕੌਣ ਆ ਗਿਆ ਯਾਰ ਇਹ ਕਿਉਂ ਬੋਲ ਲਿਆ ਜਾਂ ਅੱਜਕੱਲ ਕੁਝ ਗਿਆਨੀ ਬਣੇ ਹੋਏ ਨੇ ਫੇਸਬੁੱਕ ਤੇ YouTube ਤੇ ਵੀ ਇਹ ਚੀਜ਼ਾਂ ਨੂੰ ਅਸੀਂ ਟਾਰਗੇਟ ਕਰਦੇ ਰਹਿੰਦੇ ਨੇ ਸਰ ਗਿਆਨ ਤੋਂ ਦੁਨੀਆ ਮੇ ਬਹੁਤ ज्ञानी ते हर फील्ड ਦੇ ਵਿੱਚ ਆਪਣੇ ਆਪ ਨੂੰ ਮੰਨਦੇ ਨੇ ਸੋ ਇੱਕ ਸਭ ਤੋਂ ਫੇਵਰਿਟ ਪਾਰਟ ਜੋ ਮੈਂ ਅਜ ਤੱਕ ਡੀਲ ਕੀਤਾ ਹੈ ਉਹ ਇਹ ਡੀਲ ਕੀਤਾ ਹੈ ਕਿ ਤੁਸੀਂ ਸਰਦਾਰਨੀ ਹੋ ਕੇ ਨੱਚ ਕਿਉਂ ਰਹੇ ਹੋ ਲਾਈਕ ਹਾਂ ਵਾਓ ਦਿਸ ਇਜ਼ ਦ ਮੋਸਟ ਪਥੈਟਿਕ ਥਿੰਗ ਜੋ ਮੈਂ ਹਾਲੇ ਤੱਕ ਸੁਣੀ ਹੈ ਕਿ ਮੈਂ ਸਰਦਾਰਨੀ ਆ ਤੇ ਮੈਂ ਇਨਸਟ੍ਰਕਟਰ ਨਹੀਂ ਹੋ ਸਕਦੀ ਲਾਈਕ ਮੇਰੇ ਵਾਲ ਲੰਬੇ ਨੇ ਹੈਨਾ ਤੇ ਮੈਂ ਇਨਸਟ੍ਰਕਟਰ ਨਹੀਂ ਹੋ ਸਕਦੀ ਹੂੰ ਸੋ ਦਿਸ ਇਜ਼ ਗਿਆਨੀ ਔਰ ਗਿਆਨ ਦੇਣ ਵਾਲਾ ਬੰਦਾ ਖੁਦ ਉਹਦੇ ਸਿਰ ਤੇ ਕੇਸ ਨਹੀਂ ਹੈਗੇ ਉਹ ਖੁਦ ਫੁੱਲ ਫਲੇਜ ਸਰਦਾਰ ਨਹੀਂ ਹੈਗਾ ਤੇ ਉਹ ਮੈਨੂੰ ਇਹ ਕਮੈਂਟ ਕਰ ਰਹੇ ਨੇ ਸੋ देयर इज ਅ ਪਾਰਟੀਕੂਲਰ ਸੈਗਮੈਂਟ ਜੋ ਬੈਠਾ ਹੀ ਹੈ ਇਟਸ ਨੋਟ ਅਬਾਊਟ ਮੇਰੀ ਹੀ ਫੀਲਡ ਦੇ ਵਿੱਚ ਮੈਂ ਗੱਲ ਕਰ ਰਹੀ ਹਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਲਓ ਕੁਝ ਵੀ ਕਰ ਲਓ ਪੀਪਲ ਵਿਲ ਟਾਕ ਅਬਾਊਟ ਯੂ ਕੁਝ ਵੀ ਕਰ ਲਓ ਅਸੀਂ ਆਪਣੇ ਪੁਰਾਣੇ ਐਕਸਪੀਰੀਐਂਸਸ ਤੋਂ ਵੀ ਕੁਝ ਵੀ ਦੇਖਾਂਗੇ ਕੁਝ ਵੀ ਕਰ ਲਓ ਤੁਸੀਂ people will definitely give or pass comments or talk negative kyunki wo khud kuch nahi kar pa rahe so unna kol ahi kam hai to talk about people aj koi soft target ho raha hai kal nu koi hor phad lenge us to baad kise hor nu lenange so there is a particular segment jo edda de kam karde ne so there is no solution to it gal rahi gym de vich kapdiyan di so ਮੇਰਾ uh, ਪਰਸਨਲ opinion ਹੈ ਕਿ ਆਪਾਂ ਨੂੰ ওভারঅল lets talk overall not only gym ਆਪਾਂ ਨੂੰ ਆਪਣਾ ਪਹਿਨਾਵਾ ਜਗ੍ਹਾ ਦੇ ਅਕੋਰਡਿੰਗ ਉਦਾਂ ਦਾ ਪਹਿਨਾਵਾ ਰੱਖਣਾ ਚਾਹੀਦਾ ਹੂੰ ਜਿਸ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਸਾਨੂੰ ਆਪਣਾ ਪਹਿਨਾਵਾ ਉਸ ਜੱਗਾ ਦੇ ਐਟਮੋਸਫੇਅਰ ਦੇ ਅਕੋਰਡਿੰਗ ਰੱਖਣਾ ਚਾਹੀਦਾ ਹੈ ਹੂੰ ਚਾਹੇ ਤੁਸੀਂ ਹੁਣ ਹੁਣ ਤੁਸੀਂ ਗੋਆ ਜਾ ਰਹੇ ਹੋ ਹੂੰ ਯੂ ਕੈਨਟ ਐਕਸਪੈਕਟ ਯੋਰਸੈਲਫ ਟੂ ਬੀ ਉਹ ਵਾਈਬ ਵੀ ਅਲੱਗ ਹੈ ਕਾਰਪੋਰੇਟ ਲੁੱਕ ਪੋਰਟ ਮੰਟ ਨਹੀਂ ਪਾ ਕੇ ਜਾਓਗੇ ਸੋ ਜਿੱਥੇ ਤੁਸੀਂ ਜਾ ਰਹੇ ਹੋ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤੁਸੀਂ ਉਸ ਤਰੀਕੇ ਨਾਲ ਕੰਫਰਟੇਬਲ ਹੋ ਕੇ ਪਾਓ ਤਾਂ ਕਿ ਅਗਲਾ ਬੰਦਾ ਜੋ ਤੁਹਾਨੂੰ ਮਿਲਣ ਆ ਰਿਹਾ ਹੈ ਉਹ ਅਨਕੰਫਰਟੇਬਲ ਨਾ ਹੋਵੇ ਉਹਨੂੰ ਆਪਾਂ ਰਾਈਟ ਪਹਿਨਾਵਾ ਕਹਿੰਦੇ ਹਾਂ ਹਮ ਯਾਰ ਤੁਸੀਂ ਆਨਸਰਸ ਬਹੁਤ ਵਧੀਆ ਦਿੰਨੇ ਹੋ ਯਾਰ ਹੁਣ ਮੈਂ ਉਹੀ ਇਮੇਜਿਨ ਕਰ ਰਿਹਾ ਬਿਕੁ ਕੁੜੀ ਜਿਮ ਉਹ ਲਹਿੰਗਾ ਪਾ ਕੇ ਜਿਮ ਲਾ ਰਹੀ ਹੈ ਹਾਂ ਦੱਸੋ ਲਹਿੰਗਾ ਵੀ ਛੱਡੋ ਸੂਟ ਸੂਟ ਪੰਜਾਬੀ ਸੂਟ ਪਾ ਗਿਆ ਕੁਝ ਲੋਕੀ ਹਾਂ ਕੁਝ ਲੋਕੀ ਇਹ ਵੀ ਬੋਲਦੇ ਆ ਕਿ ਪਜਾਮਾ ਪਾਣ ਦੀ ਕੀ ਲੋੜ ਸੀ ਮਤਲਬ ਟਾਈਟ ਟਰੈਕ ਪੈਂਟ ਪਾਣ ਦੀ ਕੀ ਲੋੜ ਸੀ ਯਾਰ ਉਹਦੀ ਚੋਇਸ ਹੈ ਹਮ ਆਬਵੀਅਸਲੀ ਉਹਨੇ ਅਗਰ ਵਰਕਆਊਟ ਕਰਨਾ ਹੈ ਉਹ ਆਪਣੀ ਫਿਜ਼ਿਕ ਨੂੰ ਕਿਸੇ ਸ਼ੇਪ ਚ ਦੇਖਣਾ ਚਾਹੁੰਦੀ ਹੈ ਤਾਂ ਆਬਵੀਅਸਲੀ ਉਹ ਕਪੜੇ ਥੋੜਾ ਤਾਂ ਮਤਲਬ ਜਿਮ ਦਾ ਜਿਮ ਦੇ ਵਿੱਚ ਤੁਸੀਂ ਸੂਟ ਥੋੜਾ ਨਾ ਪਾ ਕੇ ਜਿਮ ਕਰੋਗੇ ਇਜ਼ਨਟ ਇਟ ਵੈਰੀ ਆਬਵੀਅਸ ਜਾਂ ਹਾਂ ਹੁਣ ਗੁਰਦੁਆਰੇ ਤੁਸੀਂ ਇੰਨੇ ਟਾਈਟ ਕਪੜੇ ਪਾ ਕੇ ਨਹੀਂ ਜਾ ਸਕਦੇ ਹਾਂ ਹਾਂ ਵੈਰੀ ਆਬਵੀਅਸ ਤੇ ਵਿਆਹ ਤੇ ਤੁਸੀਂ ਜਿਮ ਵਾਲੇ ਕੱਪੜੇ ਪਰ ਬਾਗੇ ਨਹੀਂ ਜਾ ਸਕਦੇ ਤੁਸੀਂ ਉੱਤੇ ਲਹਿੰਗਾ ਪਾਉਂਗੇ ਹਾਂ ਸੋ ਪਹਿਨਾਵਾ ਆਪਣਾ ਹਰ ਕੁੜੀ ਦੇ ਲਈ ਇੰਪੋਰਟੈਂਟ ਹੈ ਕਿ ਤੁਸੀਂ ਜਿੱਥੇ ਜਾ ਰਹੇ ਹੋ ਉਦਾਂ ਦਾ ਪਹਿਨਾਵਾ ਤੁਹਾਡਾ ਹੋਣਾ ਚਾਹੀਦਾ ਹੈ ਅਕੋਰਡਿੰਗ ਟੂ ਓਕੇਸ਼ਨ ਤੁਸੀਂ ਪ੍ਰੀ ਵੈਡਿੰਗ ਪੋਸਟ ਵੈਡਿੰਗ ਸ਼ੂਟ ਕਰਾਇਆ ਸੀ ਯੈਸ ਇਥੇ ਇੰਡੀਆ ਜੀ ਹਾਂ ਹਾਂ ਦਿੱਲੀ ਜੰਮੂ ਜੰਮੂ ਐਂਡ ਚੰਡੀਗੜ੍ਹ ਐਂਡ ਚੰਡੀਗੜ੍ਹ ਓਕੇ ਉਹ ਵਰਸਾਚੀ ਦਾ ਬੈਗ ਹਾਂਜੀ ਸੋ ਯਾਰ ਤੁਸੀਂ ਮੈਂ ਕਿਹਾ ਸੀ ਨਾ ਫੋਨ ਤੇ ਤੁਸੀਂ ਅਮੀਰ ਹੋ ਹੈ ਨਾ ਇਹਨੇ 3 4 4 ਜਿੰਨੇ ਸੋ ਬ੍ਰਾਂਡਸ ਐਨਾ ਕੋਲ ਯਾਰ ਬ੍ਰਾਂਡ ਕਿਹੜਾ ਅੱਛਾ ਲੱਗਦਾ ਵੈਸੀ ਵੈਸੇ ਗੂਜੀ ਕਲੋਥਿੰਗ ਵਿੱਚ ਮਤਲਬ ਉਹਨ ਕੈਜੂਅਲਸ ਯਾ ਉਦਾਂ ਯਾ ਕਿਦਾਂ ਕਲੋਥਿੰਗ ਵਿੱਚ ਮਤਲਬ ਕਲੋਥਿੰਗ ਵਿੱਚ ਕਲੋਥਿੰਗ ਵਿੱਚ ਨਹੀਂ ਹੋ ਸਕਦਾ ਬ੍ਰਾਂਡ ਕਲੋਥਿੰਗ ਚ ਤਾਂ ਜੋ ਜੋ ਚੀਜ਼ ਪਸੰਦ ਆ ਗਈ ਹਾਂ ਮਤਲਬ ਮੈਂ ਇਨਸਪੈ ਆਮ ਨਾਟ ਐਟ ਆਲ ਬ੍ਰਾਂਡ ਕੌਨਸ਼ੀਅਸ ਹੁਣ ਤੁਸੀਂ ਵਰ ਸੱਚੇ ਦਾ ਨਾਮ ਲੈ ਲਿਆ ਹਾਂ ਸੋ ਆਮ ਟੈਲਿੰਗ ਥਿਸ ਕਿ ਆਈ ਐਮ ਨਾਟ ਬ੍ਰਾਂਡ ਕੌਨਸ਼ੀਅਸ ਪਰਸਨ ਇਹ ਸਭ ਮੇਰੇ ਬਹੁਤ ਟਾਈਮ ਪਹਿਲਾਂ ਦੇ ਸ਼ੌਂਕ ਸੀਗੇ ਕਿ ਮੇਰੇ ਪਾਸ ਇਹ ਹੋਣਾ ਚਾਹੀਏ ਐਸੇ ਹੋਣਾ ਚਾਹੀਏ ਸੋ ਇਹ ਉਹ ਦਾ ਇਟ ਇਜ਼ ਥੈਟ ਕੈਟਾਗਰੀ ਆਫ ਅ ਥਿੰਗ ਬਟ ਇਦਾਂ ਨਹੀਂ ਹੈ ਕਿ ਮੇਰੇ ਪਾਸ ਮੈਨੂੰ ਇਹ ਚਾਹੀਏ ਜਾਂ ਮੈਨੂੰ ਐਸੇ ਲੈਣਾ ਹੈ ਇਟ ਇਜ਼ ਨਾਟ ਲਾਈਕ ਥੈਟ ਆਮ ਵੈਰੀ ਵੈਰੀ ਕੈਜੂਅਲ ਵੈਰੀ ਯੂ ਕੈਨ ਸੇ ਨਾਟ ਸੋ ਸ਼ੋਅ ਯੈਸ ਮੈਂ ਹੀ ਚਾਹੁੰਦਾ ਸੀ ਇੱਕ ਆਨਸਰ ਇਦਾਂ ਦਾ ਹੋਵੇ ਜਿਹੜਾ ਪ੍ਰੋਪਰਲੀ ਦਿੱਤਾ ਨਾ ਜਾਵੇ ਤੁਕੀ ਸਾਰੇ ਆਨਸਰ ਕੰਪਲੀਟ ਦਿੱਤੇ ਸੀ ਇਤਨੇ ਉਲਝ ਗਈ ਆ ਸ਼ਾਪਿੰਗ ਵਾਲੇ ਮਾਮਲੇ ਚ ਜਾਂ ਇਹ ਮਾਮਲੇ ਚ ਯਾਰ ਵੀ ਉਲਝੇ ਜਾਂਦੀ ਆ ਕੁੜੀ ਵੀ ਕੀ ਕੀ ਮੰਗਾਈ ਹੈ ਅੱਛਾ ਲੱਗ ਰਿਹਾ ਨਹੀਂ ਲੱਗ ਰਿਹਾ ਅੱਛਾ ਕਈ ਵਾਰ ਕੋਣ ਭਾਜੀ ਹੈਲਪ ਕਰਦੇ ਨੇ ਵੀ ਆ ਸੂਟ ਠੀਕ ਲੱਗਦਾ ਬਿਲਕੁਲ ਵੀ ਨਹੀਂ ਅੱਛਾ ਬਿਲਕੁਲ ਵੀ ਨਹੀਂ ਹੀ ਮਸਟ ਨਾਟ ਬੀ ਈਵਨ ਅਵੇਅਰ ਮੇਰੇ ਕੋਲ ਹਰ ਸੱਚ ਦਾ ਬੈਗ ਹੈ ਅੱਛਾ ਭਾਜੀ ਦੇਖ ਲਓ ਨੋ ਮੈਂ ਤਾਂ ਦੁਬਈ ਗਿਆ ਐਨੇ ਕੈਂਟ ਕੈਂਟ ਬ੍ਰੈਂਡਸ ਮੈਂ ਨਾ ਉਹ ਹੁੰਦਾ ਨਹੀਂ ਕਾਰਟੂਨਸ ਐ ਉੱਡ ਕੇ ਆ ਸਮੈਲ ਕਰਕੇ ਜਾ ਰਹੇ ਹੁੰਦੇ ਮੇਰੇ ਦੋਸਤ ਰੋਕਨ ਰਹਿਣਦੇ ਤੇਰੇ ਕੋ 50000 ਲੱਗ ਜਾਣਾ ਬਾਜੂ ਤੂੰ ਗਏਂਗਾ ਮੈਂ ਪਉਣਾ ਵੀ ਨਹੀਂ ਹੁੰਦਾ ਇਦਾਂ ਹੋ ਜਾਂਦਾ ਨਾ ਕਈ ਵਾਰ ਬਟ ਆਈ ਥਿੰਕ ਸੋ ਕਿ ਜੇ ਆਪਾਂ ਨੇ ਕੋਈ 10 ਬ੍ਰਾਂਡਡ ਅਡਮਾਇਰ ਕੀਤੇ ਆ ਉਹਦੇ ਵਿੱਚੋਂ ਦੋ ਤਾਂ ਲੈ ਲੈਣੇ ਚਾਹੀਦੇ ਹਾਂ ਹਾਂ ਮਤਲਬ ਮੈਨੂੰ ਲੱਗਦਾ ਕਿ ਵਿਦ ਟਾਈਮ ਆਫ ਕਰਸ ਦੇ ਆ ਐਕਸਪੈਂਸਿਵ ਤੇ ਬਟ ਜੇ ਆਪਾਂ ਅ ਮਿਹਨਤ ਨਹੀਂ ਕਰਾਂਗੇ ਉਹ ਕਮਾਨ ਲਈ ਉਹ ਬ੍ਰਾਂਡ ਲੈਟ ਸਪੋਜ਼ ਕਿ ਮੇਰੇ ਕੋਲ ਟਾਰਗੇਟ ਹੈ ਕਿ ਮੈਂ ਆ ਵਰਸਾਚੇ ਦਾ ਬੈਗ ਲੈਣਾ ਹੈ ਤੇ ਮੈਂ ਜਦੋਂ ਤੱਕ ਉਹ ਪੈਸਾ ਆਪਣੀ ਸੇਵਿੰਗ ਤੋਂ ਅੱਡ ਨਹੀਂ ਗੱਡਾਂਗੀ ਤੇ ਮੇਰੇ ਅੰਦਰ ਉਹ ਹੰਗਰ ਨਹੀਂ ਆਏਗਾ ਨਾ ਟੂ ਅਰਨ ਮੋਰ ਸੇਮ ਇਜ਼ ਜੇ ਤੁਸੀਂ ਹਮੇਸ਼ਾ ਹੀ ਇਦਾਂ ਹੀ ਦੁਬਈ ਕ੍ਰਾਸ ਕਰਕੇ ਜਾਓਗੇ ਤੇ ਫਿਰ ਤੁਸੀਂ ਕਿੰਨੇ ਪੈਸੇ ਲੈ ਗਏ ਹਨ ਪੈਸੇ ਨਾਲ ਨਹੀਂ ਜਾਂਦੇ ਯਾਰ ਉਹ ਨੈਕਸਟ ਟਾਈਮ ਸ਼ੋਪਿੰਗ ਕਰਕੇ ਆਣਾ ਨਹੀਂ ਨਹੀਂ ਬਹੁਤ ਮਹਿੰਗਾ ਸੀ ਉਹ ਤਾਂ ਉਹ ਤਾਂ ਅੰਦਰ ਉਹ ਖੜਾ ਵੀ ਕਾਲਾ ਕਹਿ ਦਿੰਨੇ ਆਪਾਂ ਹਾਂ ਹਾਂ ਇਹ ਅੰਦਰ ਸ਼ੂਜ਼ ਦੇਖ ਰਿਹਾ ਮੈਂ ਕਿਹਾ ਜਾਵਾਂ ਫਿਰ ਮੈਂ ਗਿਆ ਨਹੀਂ ਫਿਰ ਕੋਈ ਨਹੀਂ ਨੈਕਸਟ ਟਾਈਮ ਚਲ ਜਿਓ ਅੱਛਾ ਕੁਝ ਬ੍ਰਾਂਡਸ ਇਦਾਂ ਅਪਾਇੰਟਮੈਂਟ ਲੈ ਕੇ ਜਾਣਾ ਪੈਂਦਾ ਯੈਸ ਇਦਾਂ ਨਹੀਂ ਉਹ ਰੈਗੂਲਰ ਜਾਣ ਦਿੰਦੇ ਨੇ ਰੈਗੂਲਰ ਨਹੀਂ ਗੂਚੀ ਇਜ਼ ਵਨ ਆਫ ਥੈਟ ਵੀ ਪਹਿਲਾਂ ਉਹ ਆਈਟੀਆਰਸ ਚੈੱਕ ਕਰਨਗੇ ਤੁਹਾਡੀਆਂ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਇਦਾਂ ਵੀ ਕੁਝ ਨਹੀਂ ਹੈ ਬਟ ਹਾਂ देयर ਇਜ਼ ਅ ਪ੍ਰੋਸੈਸ ਟੂ ਐਂਟਰ ਦੀ ਸਟੋਰਸ ਹੁੰਦਾ ਹੀ ਆ ਹੁਣ ਆਪਣੇ ਡੀਐਲਐਫ ਦਿੱਲੀ ਵਾਲੇ ਵੀ ਦੇਖ ਲਓ ਤੁਸੀਂ ਐਮਪੋਰੀਓ ਦੇ ਵਿੱਚ ਵੀ ਅੱਛਾ ਸੋ ਉਥੇ ਮਤਲਬ ਥੋੜਾ ਪੌਜ਼ ਲੈ ਕੇ ਐਂਟਰੀ ਦਿੰਦੇ ਨੇ ਕਿਉਂਕਿ ਅੰਦਰ ਬਹੁਤ ਮਹਿੰਗਾ ਸਮਾਨ ਹੁੰਦਾ ਹੈ ਹੂੰ ਸੋ ਵਰ ਸਾਚੇ ਹੋ ਗਿਆ ਜਾਂ ਇਦਾਂ ਹੋ ਗਿਆ ਉਹ ਪਹਿਲਾਂ ਦੇ ਚੂਜ਼ ਟੈਂ ਟੈਂ ਪੀਪਲ ਟੂ ਗੋ ਦੈਨ ਕਮ ਆਊਟ ਜਾਂ ਆਪਣੀ ਕਿਸੇ ਦੀ ਰੈਫਰੈਂਸ ਹੁੰਦੀ ਹੈ ਤਾਂ ਅੰਦਰ ਜਾਂਦੇ ਨੇ ਐਨੀ ਕਾਮਨ ਆਰ ਇਦਾਂ ਹੀ ਨਹੀਂ ਕਿ ਚਲੋ ਅੰਦਰ ਸੈਰ ਕਰਨ ਚਲੀਏ ਚੱਕਰ ਮਾਰ ਕੇ ਆਈਏ ਇਦਾਂ ਨਹੀਂ ਹੁੰਦਾ ਮੈਨੂੰ ਵੀ ਆ ਪਿਛਲੇ 2-3 ਮਹੀਨੇ ਤੋਂ ਪਤਾ ਲੱਗਿਆ ਬਈ ਇੱਕ ਬ੍ਰਾਂਡ ਅਗਰ ਕੋਈ ਕੁਝ ਬ੍ਰਾਂਡ ਆ ਰੈਪਿਟੇਟਡ ਬ੍ਰਾਂਡ ਆ ਵੀ ਤੁਹਾਡਾ ਪੂਰਾ ਉਹ ਦੇਖਦੇ ਨੇ ਵੀ ਕੌਣ ਹੈਗਾ ਬੰਦਾ ਫਿਰ ਐਂਟਰੀ ਹੁੰਦੀ ਆ ਜੀ ਜੀ ਐ ਨਹੀਂ ਗਿਆ ਅੰਦਰ ਵਲੌਗ ਬਣਾ ਦਿੰਦਾ ਹਾਓ ਵਲੌਗ ਆਜ ਮੈਂ ਇਹਾ ਆਇਆ ਹੂੰ ਗੁੱਚੀ ਗਾਇਸ ਤੂੰ ਜਾ ਕੇ ਕਿਹੜੀ ਮਾਰਕੀਟ ਆ ਦਿੱਲੀ ਜਿਹੜੀ ਸ਼ਾਸਤਰੀ ਨਗਰ ਮੈਂ ਭੁੱਲ ਗਿਆ ਸਰੋਜਨੀ ਇੱਕ ਵਾਰ ਸਰੋਜਨੀ ਗਫਾਰ ਤੋਂ ਇਜ਼オール ਇਲੈਕਟ੍ਰੋਨਿਕਸ ਜਿੱਥੇ ਸਭ ਕੁਝ ਫੋਨ ਦਾ ਜੁਗਾੜ ਮਿਲ ਜਾਂਦਾ ਹੂੰ ਹੂੰ ਸੋ ਸਰੋਜਨੀ ਹੈ ਔਰ ਜਨਪਤ ਹੈ ਸੀਪੀ ਦੇ ਵਿੱਚ ਰਜੋਰੀ ਹੈ ਪਸੰਦ ਕੀ ਆ ਤੁਹਾਨੂੰ ਜੰਮੂ ਵੈਸੇ ਤਾਂ ਚਲੋ ਸਾਰਾ ਹੀ ਇੰਡੀਆ ਵਧੀਆ ਬਣਾ ਪਸੰਦ ਮੁਝੇ ਚੰਡੀਗੜ੍ਹ ਹੈ ਚੰਡੀਗੜ੍ਹ ਇਨ ਸ਼ੋਰਟ ਥੋੜੀ ਸਾਹ ਸਾਤੀ ਹੈ ਨਾ ਯਾਂ ਪੇ ਹਾਂ ਥੋੜੀ ਸਾਹ ਸਾਤੀ ਹੈ ਹੈ ਨਾ ਤ ਤਾਂ ਵੈਸੇ ਤੁਸੀਂ ਦਿੱਲੀ ਹੁੰਨੇ ਹੋ ਹਾਂ ਦਿੱਲੀ ਦਿੱਲੀ ਦੇ 30 ਡੇਜ਼ ਦੇ ਵਿੱਚ ਮੈਂ 15 ਦਿਨ ਬਾਹਰ ਹੀ ਹੁੰਦੀ ਹਾਂ ਵਧੀਆ ਯਾਰ ਤੁਹਾਡੀ ਲਾਈਫ ਚੈਲਾ ਟਰੈਵਲ ਵੀ ਹੈਗਾ ਹਾਂ ਟਰੈਵਲ ਯੂਜੂਲੀ ਪੰਜਾਬ ਸਾਈਡ ਹੀ ਸਾਰਾ ਰਹਿੰਦਾ ਲੁਧਿਆਣਾ ਜਲੰਧਰ ਚੰਡੀਗੜ੍ਹ ਇਵੈਂਟਸ ਦੇ ਲਈ ਮੁਕਤਸਰ ਸਮ ਹੈਪੀ ਓਕੇ ਅੱਛਾ ਜਿਮ ਟਾਈਮ ਤੁਹਾਡੇ ਕੋ ਕੁੜੀਆਂ ਨਹੀਂ ਹੁੰਦੀਆਂ ਦੀਦੀ ਅੱਜ ਪਤਾ ਕੀ ਹੋਇਆ ਦੀ ਜੀ ਅੱਜ ਮੇਨ ਨਾ ਆ ਗਿਆ ਇਧਰ ਦਾ ਥੋੜਾ ਬਹੁਤ ਹੁੰਦਾ ਮਤਲਬ ਤੁਹਾਨੂੰ ਸੀਨੀਅਰ ਮੰਨਦੇ ਕੁਝ ਯੂ ਟੋਲਡ ਆਈ ਹੈਵ ਅ ਬੋਸ ਟਾਈਪ ਰਿਪਰੈਜੈਂਟੇਸ਼ਨ ਹੈਨਾ ਤੇ ਲੀਡਰ ਤੇ ਕੱਟ ਹੀ ਆਉਂਦੇ ਜਿੰਨੇ ਜ਼ਿਆਦਾ ਇਧਰ ਫ੍ਰੀਕੁਐਂਟ ਨਹੀਂ ਹੁੰਦੇ ਵੀ ਐਵੇਂ ਕੁਝ ਪੁੱਛ ਲਿਆਵੇਂ ਡਰਨ ਨੇ ਆ ਜਾਂਦਾ ਹੈ ਹਾਂ ਓਕੇ ਸੋ ਹਜਕਲ ਦੀਆਂ ਮਤਲਬ ਕੁਝ ਅੱਛੀਆਂ ਵੀ ਕੁੜੀਆਂ ਕੰਮ ਕਰਦੀਆਂ 23 ਸਾਲ 24 ਸਾਲ ਚ ਲੇਕਿਨ ਕੁਝ ਹੈਗੀਆਂ ਕਿ ਬਹੁਤ ਹੀ ਡਿਪੈਂਡੈਂਟ ਹੀ ਰਹਿੰਦੀਆਂ ਵੀ ਉਹਨਾਂ ਦੀ ਲਾਈਫ ਪੂਰੀ ਸਾਡੇ ਮਦਰ ਵੀ ਜਵੇਂ ਪੁਰਾਣੇ ਉਹ ਡਿਪੈਂਡੈਂਟ ਹੀ ਰਹੇ ਆ ساری ਉਮਰ ਵੀ ਅਸੀਂ ਆ ਕਰਨਾ ਚਾਹੁੰਦੇ ਸੀ ਤੇਰੇ ਪਿਓ ਨੇ ਆ ਨਹੀਂ ਕਰ ਦਿੱਤਾ ਸਾਨੂੰ ਤਾਂ ਅਸੀਂ ਇਹ ਨਹੀਂ ਕਰ पाए ਬਟ ਉਹ ਪਿਆਰ ਹੈਗਾ ਬਟ ਅੱਜ ਥੋੜੀ ਪੇਸ਼ੈਂਸ ਲੈਵਲ ਘਟਾ ਤੇ ਕੁਝ ਕੁੜੀਆਂ ਤਾਂ ਵਿਚਾਰੀਆਂ ਵੀ ਇਦਾਂ ਨੇ ਵੀ ਜੋ ਕਰਨਾ ਚਾਹੁੰਦੀਆਂ ਉਹ ਨਹੀਂ ਕਰ ਪਾ ਰਹੀਆਂ ਕਿਉਂਕਿ ਉਹ ਜਦੋਂ ਉਹਨਾਂ ਦੀ ਮੈਰिज ਹੋ ਜਾਂਦੀ ਹੈ ਤਾਂ ਇੱਕ ਉਹਨਾਂ ਨੂੰ ਇੱਕ ਬਰਡਨ ਆ ਜਾਂਦਾ ਉਹਨਾਂ ਤੇ ਇੱਕ ਫੈਮਿਲੀ ਨੂੰ ਸੰਭਾਲ ਲੈਂਦਾ ਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਦੇਖੋ ਇੱਕ ਮਤਲਬ ਇਦਾਂ ਦਾ ਸਾਡੇ ਦਿਮਾਗ ਦੇ ਵਿੱਚ ਫੀਡਿੰਗ ਹੈ ਜੋ ਸਾਡੇ ਮਦਰਸ ਡੇ ਟਾਈਮ ਤੋਂ ਚਲਦੀ ਆ ਰਹੀ ਹੈ ਸੋ ਹੁਣ ਚੇਂਜ ਪ੍ਰੋਸੈਸ ਚੇਂਜ ਹੋ ਗਿਆ ਹੈ ਵਿਦ ਗ੍ਰੋਥ ਐਂਡ ਵਿਦ ਬੀਇੰਗ ਇੰਡੀਪੈਂਡੈਂਟ ਜੋ ਆਪਾਂ ਇੱਕ ਟੈਗ ਲਗਾ ਕੇ ਹਰ ਕੁੜੀ ਅੱਜਕਲ ਚੱਲ ਰਹੀ ਹੈ ਕਿ ਆਪਾਂ ਇੰਡੀਪੈਂਡੈਂਟ ਹੋ ਗਏ ਆ ਇੰਡੀਪੈਂਡੈਂਟ ਨੋਸ਼ਨ ਬੇਸਿਕਲੀ ਅੱਜਕਲ ਦੀ ਕੁੜੀਆਂ ਸਿਰਫ ਅਰਨਿੰਗ ਨੂੰ ਲੈ ਕੇ ਕਰ ਰਹੀਆਂ ਨੇ ਕਿ ਅਸੀਂ ਅਰਨ ਕਰ ਰਹੇ ਆ ਤੇ ਅਸੀਂ ਇੰਡੀਪੈਂਡੈਂਟ ਹੋ ਗਏ ਉਹਨੇ ਤੁਸੀਂ ਆਪਣੀ ਮਦਰ ਦਾ ਐਗਜ਼ੈਂਪਲ ਦਿੱਤਾ ਹਾਂਜੀ ਹਾਂ ਕਿ ਉਹ ਸਿਰਫ ਸਾਡੀ ਮਦਰਸ ਮੇਰੀ ਵੀ ਮਦਰ ਸਿਰਫ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਸੀਗੇ ਰਾਈਟ ਬਾਕੀ ਸਾਰੇ ਕੰਮ ਲਈ ਪੂਰਾ ਪਰਿਵਾਰ ਉਹਨਾਂ ਦੇ ਡਿਪੈਂਡੈਂਟ ਸੀ ਹਾਂ ਕਰੈਕਟ ਅੱਜ ਵੀ ਅੱਜ ਵੀ ਅੱਜ ਵੀ ਬਟ ਥੀਸ ਡੇਜ਼ ਅੱਜ ਜਿਹੜੀ ਕੁੜੀ ਅਰਨ ਕਰ ਰਹੀ ਹੈ ਨਾ ਉਹ ਕੁੜੀ ਘਰ ਦੇ ਕੰਮਾਂ 'ਚ ਘੱਟ ਧਿਆਨ ਦੇ ਰਹੀ ਹੈ ਮਤਲਬ ਸ਼ੀ ਇਸ ਨੋਟ ਏਬਲ ਟੂ ਬੈਲੈਂਸ ਹੋਮ ਆਲਸੋ ਰਿਲੇਸ਼ਨਸ ਆਲਸੋ ਸੋਸ਼ਲ ਲਾਈਫ देयर इज ਲੋਟ ਮੋਰ ਪ੍ਰੋਸਪੈਕਟ ਸਾਡੀ ਮੰਮੀਆਂ ਨੇ ਸਭ ਬੈਲੈਂਸ ਕੀਤਾ ਹੈ ਸਿਰਫ ਕਿਸ ਦੇ ਲਈ ਡਿਪੈਂਡ ਸੀ ਕਿ ਉਹ ਜੌਬ ਨਹੀਂ ਸੀ ਕਰ ਰਹੀਆਂ ਬਟ ਅਸੀਂ ਸਾਰੇ ਆਪਣੀ ਮੰਮੀਆਂ ਦੇ ਡਿਪੈਂਡ ਸੀ ਬਟ ਅੱਜ ਕੱਲ ਜਿਹੜੀ ਕੁੜੀ ਅਰਨ ਕਰ ਰਹੀ ਹੈ ਪੇਸ਼ੈਂਸ ਘਟ ਹੈ ਜਾਂ ਕਦੇ ਵੀ ਕਿਸੇ ਨੂੰ ਹਾਂ ਹਾਂ ਮੈਂ ਤਾਂ ਆਪਣਾ ਕਮਾ ਰਹੀ ਹਾਂ ਤੂੰ ਆਪਣੇ ਰਸਤੇ ਮੈਂ ਆਪਣੇ ਰਸਤੇ ਅੱਜ ਕੱਲ ਰਿਲੇਸ਼ਨਸ ਬਹੁਤ ਸ਼ਾਰਟ ਟਰਮ ਹੋ ਗਏ ਨੇ ਇਸੇ ਨੋਸ਼ਨ ਦੇ ਕਰਕੇ ਕਿ ਅਸੀਂ ਅਰਨ ਕਰ ਰਹੇ ਹਾਂ ਬਟ ਅਸੀਂ ਅਰਨ ਕਰਨ ਦੇ ਨਾਲ ਨਾਲ ਆਪਣੇ ਰਿਲੇਸ਼ਨਸ ਬੈਲੈਂਸ ਕਰਨਾ ਭੁੱਲ ਗਏ ਐਟ ਹੋਮ ਵਿਦ ਫਰੈਂਡਸ ਕਿਤੇ ਵੀ ਕਹਿ ਲੋ ਅੱਜ ਕੁਝ ਵੀ ਹੁੰਦਾ ਆਪਾਂ ਕਿਤੇ ਖਾਣ ਪੀਣ ਚਲੇ ਜਾਂਦੇ ਆ ਤੇ ਸਭ ਦੇ ਕੋਲ ਹੁੰਦਾ ਮੈਂ ਵੀ ਕਮਾ ਰਹਾ ਹਾਂ ਅੱਜ ਕੋਈ ਕਿਸੇ ਦਾ ਭੁੱਖਾ ਨਹੀਂ ਹੈ ਦਿਸ ਇਜ਼ ਅ ਵੈਰੀ ਫ੍ਰੀਕੁਐਂਟ ਲਾਈਨ ਜੋ ਆਪਾਂ ਯੂਜ਼ ਕਰਦੇ ਆ ਹਮ ਕੋਨ ਸਾ ਹਮ ਆਪਣਾ ਲਾਤੇ ਹਮ ਆਪਣਾ ਕਰ ਲੇਂਗੇ ਬਟ ਪਹਿਲਾਂ ਇੱਕ ਪਿਆਰ ਡਿਫਰੈਂਟ ਲੈਵਲ ਦਾ ਸੀਗਾ ਫਰੈਂਡ ਸਰਕਲ ਦੇ ਵਿੱਚ ਹੁਣ ਪਿਆਰ ਡਿਫਰੈਂਟ ਲੈਵਲ ਦਾ ਹੋ ਗਿਆ ਫਰੈਂਡ ਸਰਕਲ ਦੇ ਵਿੱਚ एवरीवन ਇਜ਼ ਥਿੰਕਿੰਗ ਵੀ ਆਰ ਰਨਿੰਗ ਵੀ ਆਰ ਸੁਪਰ ਗ੍ਰੇਟ ਨੋ ਵਨ ਇਜ਼ ਵਰਕਿੰਗ ਰਿਲੇਸ਼ਨ ਸੰਭਾਲਣ ਤੇ ਕੋਈ ਕੰਮ ਨਹੀਂ ਕਰ ਰਿਹਾ ਸਭ ਲੋਗ ਅਰਨਿੰਗ ਅਰਨਿੰਗ ਇੰਡੀਪੈਂਡੈਂਟ ਵਰਡ ਨੂੰ ਯੂਜ਼ ਕਰਕੇ ਬੈਲੈਂਸ ਇੱਕ ਪ੍ਰੋਪਰ ਬੈਲੈਂਸ ਆਫ ਲਾਈਫ ਬੋਲ ਰਹੇ ਨੇ ਹਮ ਵੈਲ ਸੈਡ ਮਤਲਬ ਹਾਂ ਸਹੀ ਸੀਰੀਅਸਲੀ ਵੀ ਮੈਂ ਵੀ ਉਸ ਵੇਨ ਵਾਲੀ ਸੋਚਦਾ ਵੇ ਰਿਲੇਸ਼ਨਸ਼ਿਪ ਨੂੰ ਲੈ ਕੇ ਪੇਸ਼ੈਂਸ ਨਹੀਂ ਹੈਗੀ ਤੇ ਬੈਲੈਂਸ ਕਰਨਾ ਹੀ ਜ਼ਿੰਦਗੀ ਹੈ ਬੈਲੈਂਸ ਕਰਨਾ ਹੀ ਜ਼ਿੰਦਗੀ ਹੈ ਇਟਸ ਨਾਟ ਮੈਂ ਕੱਲ ਨੂੰ ਬੋਲਾਂ ਕਿ ਅੱਜ ਮੈਂ ਚਾਰ ਜਿਮ ਦੀ ਮਾਲਕ ਆ ਆਪਣੇ ਪਤੀ ਨੂੰ ਕੁਝ ਸਮਝਾ ਹੀ ਨਾ ਥੈਟ ਨੋਸ਼ਨ ਇਜ਼ ਡਿਫਰੈਂਟ ਮਤਲਬ ਬਿਲਕੁਲ ਹੀ ਗਲਤ ਨੋਸ਼ਨ ਹੈ ਕਿ ਮੈਂ ਬੋਲਾਂ ਕਿ ਮੈਂ ਤਾਂ ਮੰਦੀ ਨਹੀਂ ਜੀ ਤੁਹਾਨੂੰ ਮੇਰੇ ਚਾਰ ਜਿਮ ਨੇ ਆਈ ਐਮ ਅਰਨਿੰਗ ਇਨ ਲੱਖਸ ਆਈ ਐਮ ਅਰਨਿੰਗ ਡੂਇੰਗ ਸਮਥਿੰਗ ਥਿਸ ਐਟੀਟਿਊਡ ਇਜ਼ ਰੋਂਗ ਯੂ ਆਰ ਅਰਨਿੰਗ ਗੁੱਡ ਯੂ ਬੀ ਵਿਦ ਯੋਰ ਹਸਬੰਡ ਯੂ ਗਰੋ ਟੁਗੇਦਰ एवरीथिंग ਇਜ਼ ਟੁਗੇਦਰ ਥੈਟਸ ਥੈਟਸ ਕਾਲਡ ਮੈਰਿਜ ਲਾਈਫ ਸੋ ਇਕੱਠੇ ਦੀ ਚੀਜ਼ ਅਲੱਗ ਹੈ अपने आपू रिलेशनशिप के सुपीरियर मनना बिकॉज ऑफ योर इंडिपेंडेंट अरनिंग इज़ रोंग एज पर मी इन एनी रिलेशन बीट विद योर ब्रदर बीट विद योर फ्रेंड्स बीट विद योर हस्बेंड और योर इन लॉज़ और एनी वन किसी नाल भी अपने ये सोच लेना कि आई एम इंडिपेंडेंट बिकॉज आई एम अर्निंग एंड आई एम अर्निंग गुड सो बाकी जाओ ਤੁਹਾਡਾ ਮੀ ਟਾਈਮ ਕਿਹੜਾ ਹੁੰਦਾ ਵੀ ਲਾਈਕ ਤੁਸੀਂ ਬਹੁਤ ਹੌਸ਼-ਪੌਸ਼ ਵਰਕ ਵਿੱਚ ਲੰਨੇ ਹੋ ਜਦੋਂ ਤੁਸੀਂ ਆਫ ਲੰਨੇ ਹੋ ਵੀ ਆਰ ਹੁਣ ਕੰਮ ਨਹੀਂ ਕਰਨਾ ਦੋ ਦਿਨ ਤਿੰਨ ਦਿਨ ਉਹ ਮੀ ਟਾਈਮ ਕਿਹੜਾ ਹੁੰਦਾ ਆਈ ਐਮ ਵੇਟਿੰਗ ਫਾਰ ਮਾਈ ਮੀ ਟਾਈਮ ਨਹੀਂ ਆ ਨਹੀਂ ਹੁੰਦਾ ਵੀ ਆਈ ਐਮ ਲਿਟਰਲੀ ਵੇਟਿੰਗ ਫਾਰ ਮਾਈ ਮੀ ਟਾਈਮ ਐਂਡ ਇਦਾਂ ਹੁੰਦਾ ਹੈ ਕਿ ਟੂ ਬੀ ਵੈਰੀ ਓਨੈਸਟ ਆਈ ਐਮ ਵਰਕਿੰਗ ਸਿንስ 8 ਇਅਰਸ ਮੈਨੂੰ 8 ਸਾਲ ਹੋ ਗਏ ਮੈਂ ਛੁੱਟੀ ਨਹੀਂ ਲੈਂਦੀ ਆਪਣੇ ਕੰਮ ਤੋਂ ਬਹੁਤ ਰੇਅਰ ਹੈ ਕਿ ਮੈਂ ਕਿੱਦੇ ਮਤਲਬ ਐਮਰਜੈਂਸੀ ਦੇ ਵਿੱਚ ਕਿ ਕਦੇ ਚਲੀ ਗਈ ਜਾਂ ਕਦੇ ਸਿਰਫ ਇੱਕ ਘਰ ਹੁਣ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਕਿ ਆਈ ਹੈਵ ਟੂ ਗੋ ਹੋਮ ਆਈ ਹੈਵ ਟੂ ੀਟ ਮਾਈ ਮਮਾ ਪਾਪਾ ਸੋ ਦੈਨ ਆ ਗੋ ਹੁਣ ਮੇਰੇ ਲਈ ਵਾਸਤੇ ఓਨਲੀ ਟਾਈਮ ਹੈ ਬਟ ਬਿਫੋਰ ਮਾਈ ਮੈਰਿਜ ਮੈਂ ਛੁੱਟੀ ਲਿੱਤੀ ਹੀ ਨਹੀਂ ਕਦੇ ਆਪਣੇ ਕੰਮ ਤੋਂ ਸੋ ਇਟ ਟੁਕ ਮੀ ਡੈਡੀਕੇਟਿਡ 8 ইয়ারਸ ਟੂ ਰੀਚ ਆਊਟ ਐਜ਼ ਐਸ਼ਲੀਕ অর ਇਨ ਫਰੰਟ ਆਫ ਪੀਪਲ ਹੁਣ ਦਿਸ ਇਜ਼ ਦਾ ਪ੍ਰੋਗਰੈਸ ਜੋ ਮੈਂ ਹੁਣ ਡੇਢ ਸਾਲ ਤੋਂ ਦੇਖ ਰਹੀ ਹਾਂ ਫੋਰ ਮੀ ਅਬਾਊਟ ਮੀ ਇਨ ਪੀਪਲ ਕਿ ਮੈਂ ਰੀਚ ਕੀਤਾ ਹੈ ਲੋਕਾਂ ਤੱਕ ਸੋ ਪੀਪਲ ਆਰ ਗਿਵਿੰਗ ਮੀ ਰਿਸਪੈਕਟ ਉਹ ਮੈਨੂੰ ਪਿਆਰ ਮਿਲਦਾ ਹੈ ਸੋ ਉਸ ਪਿਆਰ ਜੋ ਮੈਨੂੰ ਹੁਣ ਡੇਢ ਸਾਲ ਤੋਂ ਮਿਲ ਰਿਹਾ ਹੈ ਉਹਦੇ ਪਿੱਛੇ ਮੇਰੇ 8 ਸਾਲ ਦੀ ਮਿਹਨਤ ਹੈ ਐਂਡ ਦੈਟ ਇਜ਼ ਮਾਈ ਰੈਗੂਲਰ ਵਰਕ ਵਿਦਆਊਟ ਮਾਈ ਮੀ ਟਾਈਮ ਸੋ ਆਮ ਵੇਟਿੰਗ ਫੋਰ ਮਾਈ ਮੀ ਟਾਈਮ ਮੀ ਟਾਈਮ ਕੀ ਹੋਊਗਾ ਮੈਨੂੰ ਫੋਨ ਬੰਦ ਕਰਨਾ ਹੈ ਫੋਨ ਬੰਦ ਕਰਕੇ ਕਿਤੇ ਸਾਇਲੈਂਟ ਪਲੇਸ ਆਮ ਅ ਮਾਊਂਟੇਨ ਲਵਰ ਸੋ ਪਾਣੀ ਦੀ ਆਵਾਜ਼ ਐਂਡ ਬੀ ਨਿਕਲ ਜੋ ਗੱਡੀ ਲੈ ਕੇ ਪਤਾ ਨਹੀਂ ਕਿੱਧਰ ਵੀ ਪਾੜਾ ਆਈ ਆ ਵਾਂਟ ਆਮ ਲਵ ਡਰਾਈਵਿੰਗ ਪਹਾੜਾਂ ਦੇ ਵਿੱਚ ਸੋ ਬੇਸਿਕਲੀ ਥਾਰ ਚਲਾਣੀ ਪਸੰਦ ਹੈ ਤੁਸੀਂ ਕਿਹੜੀ ਡਰਾਈਵ ਕਰਦੇ ਹੋ ਕਾਰ ਨੂੰ ਫਿਲਹਾਲ ਡੈਲੀ ਦੇ ਵਿੱਚ ਅਮੇਜ਼ ਹੋਂਡਾ ਹੋਂਡਾ ਉੱਥੇ ਥਾਰ ਪੋਸੀਬਲ ਨਹੀਂ ਹੈ ਅੱਛਾ ਉੱਥੇ ਰੂਲਸ ਨਹੀਂ ਨਹੀਂ ਨਾਟ ਰੂਲਸ ਇਟਸ ਜਸਟ ਟ੍ਰੈਫਿਕ ਹਾਂ ਥਾਰ ਕਿੱਥੋਂ ਇੰਨੀ ਵੱਡੀ ਗੱਡੀ ਘੱਡ ਲੋਂਗੇ ਇੱਥੇ ਵੀ ਮੇਰੇ ਕੋ ਚੱਲਦੀ ਨਹੀਂ ਹੈਗੀ ਹੁਣ ਨਾ ਇੱਥੇ ਐਨਾ ਟ੍ਰੈਫਿਕ ਆ ਦਿੱਲੀ ਦਾ ਟ੍ਰੈਫਿਕ ਤਾਂ ਬਹੁਤ ਹੋ ਗਿਆ ਹੈ ਦਿੱਲੀ ਤਾਂ ਮੈਂ ਬਸ ਨੌਇਡਾ ਵੱਲ ਠੀਕ ਹੈ ਦਿੱਲੀ ਤਾਂ ਬਹੁਤ ਭਰ ਗਿਆ ਮਤਲਬ ਤੁਸੀਂ ਮੈਨੂੰ ਏਜੀ ਠੀਕ ਆ ਆਟੋਮੈਟਿਕ ਅੱਛਾ ਕੀ ਅੱਗੇ ਸੋਲੂਸ਼ਨ ਕੀ ਹੋਊ ਦਿੱਲੀ ਟ੍ਰੈਫਿਕ ਦਾ ਜਨ ਸੰਖਿਆ ਵੱਧਦੀ ਜਾ ਰਹੀ ਹੈ ਪਹਾੜ ਕਿੱਡਾ ਹੋ ਗਿਆ ਉਹ ਅੱਛਾ ਮੈਂ ਛੋਟੇ ਹੁੰਦਾ ਮੈਨੂੰ ਪਤਾ ਹੀ ਨਹੀਂ ਸੀ ਉਹ ਪਹਾੜ ਕਾਦਾ ਵਾ ਮੰਮੀ ਨੇ ਕਹਿੰਨਾ ਉਹਦੇ ਪਹਾੜ ਆ ਗਏ ਮਾਊਂਟੇਨਸ ਆ ਗਏ ਮੈਂ ਦੇਖਣਾ ਜਦੋਂ ਦਿੱਲੀ ਐਂਟਰ ਕਰਦੇ ਹਾਂ कूड़े वाला कूड़े वाला 파ੜ ਵੈਨੇ ਨੇ ਟਰੱਕ ਦੇਖਦੇ ਆ ਉੱਤੇ ਹਾਂਜੀ ਉਹ ਬਹੁਤ ਕਿੰਨੇ ਸਾਲਾਂ ਦਾ ਬਣਿਆ ਹੋਇਆ ਨਾ ਪਹਾੜ ਸਾਨੂੰ ਉਹੀ ਪਹਾੜ ਦਿਖਾਉਂਦੇ ਰੇ ਦਿੱਲੀ ਦੇ ਸੋ ਦਿੱਲੀ ਮੈਂ ਰਿਆ ਕਾਫੀ ਦੇਰ ਦਿੱਲੀ ਮੈਨੂੰ ਬਹੁਤ ਵਧੀਆ ਲੱਗਦਾ ਉੱਦਾਂ ਕੰਜਸਟਡ ਹੈ ਲੇਕਿਨ ਮੈਨੂੰ ਬਹੁਤ ਫਾਸਟ ਲੱਗਦਾ ਉੱਥੇ ਮੇਰੇ ਕਾਫੀ ਫਰੈਂਡ ਜਗੇ ਨੇ ਕ੍ਰੀਏਟਰਸ ਜਗੇ ਨੇ ਉੱਥੇ ਸੋ ਡਿਜੀਟਲ ਵਿੱਚ ਤੁਸੀਂ ਜਸਟ ਪੋਸਟਿੰਗ ਰੀਲਸ ਭੰਗੜਾ ਵੀਡੀਓਜ਼ ਹੁੰਦੀਆਂ YouTube ਚੈਨਲ ਹੈਗਾ ਤੁਹਾਡਾ ਹੈਗਾ ਬਟ ਨੋ ਵਨ ਇਜ਼ ਆਪਰੇਟਿੰਗ ਇਟ ਟਾਈਮ ਹੀ ਨਹੀਂ ਹੈਗਾ ਕਿਹੜਾ ਵੀਡੀਓਜ਼ ਪਾਵੇ ਇਹ ਮੇਰਾ ਵੀਡੀਓ ਕੌਣ ਸਿਰ ਦੇ ਦੀ ਲਵੇ ਕਾਪੀਰਾਈਟ ਫਲਾਣਾ ਰਾਈਟ ਮਿਊਜ਼ਿਕ ਰਾਈਟ ਮਿਊਜ਼ਿਕ ਤੇ ਭੰਗੜੇ ਦੀ ਮਿਊਜ਼ਿਕ ਰਾਈਟ ਹਾਂ ਬਿਕਾਜ਼ ਕੋਈ ਵੀ ਭੰਗੜਾ ਵੀਡੀਓ ਪਾਵਾਂਗੀ ਆਫ ਕੋਰਸ ਮਿਊਜ਼ਿਕ ਰਾਈਟਸ ਚਾਹੀਦੇ ਆ ਉਹਨੂੰ ਪਾਣ ਨੂੰ ਸੋ ਇੰਨਾ ਟਾਈਮ ਨਹੀਂ ਹੈਗਾ ਠੀਕ ਆ ਉਦੋਂ ਹੀ ਬਿਜ਼ਨਸ ਚੱਲੀ ਜਾਂਦਾ ਛੱਡੋ ਬਹੁਤ ਟੈਨਸ਼ਨ ਨਾ YouTube ਦੀ ਦੇਖੋ ਕੈਮਰਾ ਲਾਈਟ ਕਿੰਨੀ ਕਿੰਨੀ ਟੈਨਸ਼ਨ ਆ ਦੱਸੋ ਟੈਨਸ਼ਨ ਇਦਾਂ ਨਹੀਂ ਮਤਲਬ ਮਨ ਤਾਂ ਮਜ਼ਾ ਹੁੰਦਾ ਨਾ ਆਪਣੇ ਕੰਮ ਦਾ ਜਿਵੇਂ ਤੁਹਾਨੂੰ ਆਪਣੇ ਕੰਮ ਦਾ ਮਜ਼ਾ ਹੁੰਦਾ ਸੋ ਮੈਂ ਇੰਜੋਏ ਕਰਦਾ ਵੈਸੇ ਉਦਾਂ ਹੀ ਕਹਿ ਦਿੱਤਾ ਆਪਾਂ ਟੈਨਸ਼ਨ ਸੋ ਮੈਂ ਮੈਂ ਵੀ ਹੁਣ 2 ਸਾਲਾਂ ਤੱਕ ਜਾ ਕੇ ਮੈਨੂੰ ਥੋੜੀ ਗਰੋਥ ਮਿਲਣੀ ਸ਼ੁਰੂ ਹੋਈ ਕੰਪਾਉਂਡ ਇਫੈਕਟ ਹੁੰਦਾ ਆਈ ਗੈਸ ਵੀ 10 ਇਅਰਸ ਹੋ ਗਏ ਆ ਹੌਲੀ ਹੌਲੀ ਕਰਦੇ 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 ਮੇਬੀ ਜਿਹੜੇ ਆਅ ਇਅਰਸ ਹੁੰਦੇ ਆ ਇਹੀ ਤੁਹਾਨੂੰ ਗਰੋ ਕਰਦੇ ਨੇ ਫਿਰ ਉਹਨੂੰ ਬਸ ਤੁਸੀਂ ਹੈਂਡਲ ਕਰ ਲਓ ਅੱਛੇ ਤਰੀਕੇ ਨਾਲ ਵੇ ਕੀ ਚੀਜ਼ਾਂ ਹੈਗੀਆਂ ਕਿੰਨੀ ਕ ਐਜੂਕੇਸ਼ਨ ਕੁੜੀ ਲਈ ਇੰਪੋਰਟੈਂਟ ਆ ਮੈਂ ਹੋ ਕੇ ਕੀ ਸਵਾਲ ਪੁੱਛਿਆ ਨਾ ਕਿੰਨੀ ਕ ਐਜੂਕੇਸ਼ਨ ਨਾਰਮਲ ਕੁੜੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਨਾ ਸਾਡੇ ਵਿਊਰਸ ਕੁਛ ਹੈਗੇ ਪਿੰਡ ਗ੍ਰੈਜੂਏਸ਼ਨ ਇਜ਼ ਇੰਪੋਰਟੈਂਟ ਟਿਲ ਗ੍ਰੈਜੂਏਸ਼ਨ ਬੱਚੀ ਨੂੰ ਪੜਾਣਾ ਜ਼ਰੂਰ ਚਾਹੀਦਾ ਉਦੋਂ ਤੱਕ ਬਿਕਾਜ਼ ਗ੍ਰੈਜੂਏਸ਼ਨ ਇਜ਼ 23 ਰਾਈਟ right? 20 ਬੀ 21 22 ਸਾਲ ਦੀ ਉਮਰ ਤੱਕ ਗ੍ਰੈਜੂਏਸ਼ਨ ਹੋ ਜਾਂਦੀ ਹੈ ਸੋ ਆਈ ਥਿੰਕ ਸੋ ਗ੍ਰੈਜੂਏਸ਼ਨ ਮੈਰਿਜ ਕਦੋਂ ਕਰਵਾਣੀ ਚਾਹੀਦੀ ਕਿਹੜੀ ਏਜ ਵਿੱਚ ਕੋਈ ਏਜ ਨਹੀਂ ਹੈ ਜਦੋਂ ਤੁਸੀਂ ਕੰਫਰਟੇਬਲ ਫੀਲ ਕਰੋ ਤੁਸੀਂ ਮੈਰਿਜ ਕਰਾਓ ਉਹ 19 ਸਾਲ ਚ ਕੰਫਰਟੇਬਲ ਫੀਲ ਕਰੀ ਜਾਂਦੇ 19 ਸਾਲ ਚ ਕੌਣ ਕੰਫਰਟੇਬਲ ਹੁੰਦਾ ਹੁਣ ਕਰਾਓ ਕਿਸੇ 19 ਸਾਲ ਦੀ ਕੁੜੀ ਦਾ ਵਿਆਹ ਮੈਨੂੰ ਮੈਨੂੰ ਦੱਸੋ ਹੁਣ ਕਰਾਓ ਚਲੋ 19 ਵੀ ਸਾਲਾਂ ਦੇ ਅਨੇਕਾ ਕਪਲ ਇੱਕ ਐਜੂਕੇਟਿਡ ਕੁੜੀ ਦਾ ਵਿਆਹ 19 ਸਾਲ ਦੀ ਉਮਰ ਚ ਕਰਾਓ ਚਲੋ ਹੁਣ I changed my statement ਇੱਕ ਐਜੂਕੇਟਿਡ ਕੁੜੀ ਦਾ ਵਿਆਹ 19 ਸਾਲ ਦੀ ਉਮਰ ਚ ਕਰਾਓ ਕੋਈ ਮਜਬੂਰ ਹੋਣੇ ਕਰਾ ਲੈ ਹੁਣ ਇੱਕ ਡਾਕਟਰ ਹੀ ਬਣਦੇ ਬਣਦੇ 26 27 ਸਾਲ ਹੋ ਜਾਂਦੇ ਜਨਾਬ ਹਾਂ ਜੀ ਜੀ ਮੇਰੀ ਫਰੈਂਡ ਆ ਡਾਕਟਰ ਉਹਨੇ 3ਵੇਂ ਸਾਲ ਚ ਜਾ ਕੇ ਕਰਾਇਆ ਮੈਂ ਕਰਾ ਲਾ ਲੈ ਏਰ ਇਜ਼ ਨੋ ਏਜ ਫਾਰ ਮੈਰਿਜ ਮੇਰੇ ਪੁਆਇੰਟ ਆਫ View ਦੇ ਨਾਲ ਬੱਚੇ ਮੈਨੂੰ ਗੱਲ ਨਾਲ ਵੀ ਗੱਡਣਾ ਹਾਂ ਕੋਈ ਏਜ ਨਹੀਂ ਹੁੰਦੀ ਮੈਰਿਜ ਦੀ ਦੇਖੋ ਐਵੇਂ ਮੇਰੇ ਘਰ ਦੇ ਕਹਿੰਦੇ ਵਿਆਹ ਕਰਾ ਲਾ ਵਿਆਹ ਕਰਾ ਲਾ ਵਿਆਹ ਕਰਾ ਲਾ ਜਦੋਂ ਤੁਸੀਂ ਵਿਆਹ ਕਰਾ ਲਓਗੇ ਫਿਰ ਤੁਹਾਨੂੰ ਕਹਿੰਨਗੇ ਬੱਚਾ ਕਰਾ ਲੈ ਸੋ देयर ਇਜ਼ ਨੋ ਮੈਂ ਤਾਂ ਕਹਿੰਦੇ ਤੇਰੀ ਕਹਿੰਦੇ ਤੂੰ ਇੱਥੇ ਪਹੁੰਚ ਗਿਆ ਹੁਣ ਹੁਣ ਤੂੰ ਵਿਆਹ ਹੁਣ ਤੋਂ ਬਾਅ ਔਰ ਮੈਰਿਜ ਜਦੋਂ ਤੁਸੀਂ ਕੰਫਰਟੇਬਲ ਫੀਲ ਕਰੋ ਤੁਹਾਨੂੰ ਇਦਾਂ ਦਾ ਪਾਰਟਨਰ ਮਿਲੇ ਜਿਹਦੇ ਨਾਲ ਤੁਹਾਡੀ ਵਾਈਬ ਮੈਚ ਹੁੰਦੀ ਹੈ ਗੈਟ ਮੈਰਿਜ ਇੱਕ ਬੈਰੀਅਰ ਤਾਂ ਹੁੰਦਾ ਨਾ ਵੀ ਹਾਂ 28 ਤੋਂ ਲੈ ਕੇ 35 ਤੱਕ 35 ਤਾਂ ਬਹੁਤ ਜ਼ਿਆਦਾ ਯਾਰ ਮੇਰੇ ਘਰ ਦੇ ਵੀ ਇਹੀ ਕਹੀ ਜਾਂਦੇ ਆ ਉਹਨੇ 35 ਤਾਂ ਬਹੁਤ ਜ਼ਿਆਦਾ ਯਾਰ ਬੱਚਾ ਕਦੋਂ ਆਏਗਾ ਵੀ 32 ਹਾਂ ਮਤਲਬ ਠੀਕ ਹੈ 30 31 33 31 32 ਇਸ 33 ਦ ਬੈਰੀਅਰ ਟੂ ਗੈਟ ਮੈਰਿਡ ਕਿਹਾ ਠੀਕ ਹੈ 33 ਕੀ ਹੁੰਦਾ ਲੇਟ 33 ਇਸ ਥੋੜਾ ਜਿਹਾ ਲੇਟ ਕਿ ਮਤਲਬ ਬਸ ਹੁਣ ਡੈਡਲਾਈਨ ਹੈ ਇਟਸ ਡੈਡਲਾਈਨ ਫॉर ਯੂ ਮੰਮੀ ਡੈਡੀ ਦੇਖ ਲਓ ਮੈਂ ਤਾਂ ਤਿਆਰ ਆ ਵੀ ਲੱਭ ਲਓ ਜਿੱਥੇ ਤੁਹਾਨੂੰ ਠੀਕ ਲੱਗਦਾ ਹੋਣਾ ਯਾਰ ਰਾਈਟ 33 ਇਸ ਲਾਈਕ ਆਫਟਰ 30 ਇਸ ਇੱਕ ਆ ਜਾਂਦਾ ਹੈ ਕਿ ਯੈਸ ਨਾਓ ਯੂ ਸ਼ੁੱਡ ਲੁੱਕ ਫਾਰਵਰਡ ਇੱਕ ਟੈਨਸ਼ਨ ਵਾਲੀ ਵਾਈਬ ਆ ਜਾਂਦੀ ਹੈ ਕਿ ਨਹੀਂ ਯਾਰ ਕਰਾ ਲਓ ਹਾਂ ਇੱਕ ਥੌਟ ਤੇ ਸਾਈਡ ਤੇ ਚੱਲਦਾ ਰਹਿੰਦਾ ਵੀ ਲਾਈਕ ਜ਼ਿੰਦਗੀ ਇਹੀ ਹੈ ਕਿ ਪਾਰਟਨਰ ਤਾਂ ਚਾਹੀਦਾ ਹੀ ਹੈ ਤੇ ਜ਼ਿੰਦਗੀਆਂ ਹੀ ਚੱਲਦੀਆਂ ਲੜਦੇ ਝਗੜਦੇ ਲੜਦੇ ਹੋ ਤੁਸੀਂ ਕੋ ਮਤਲਬ ਔਫ ਮਤਲਬ ਹਸਬੈਂਡ ਨਾਲ ਹਾਂ ਆਫ ਕੌਰਸ ਕਿਉਂ ਨਹੀਂ ਲੜਾਈ ਹੋਏਗੀ ਯਾਰ ਤੁਸੀਂ ਜਿਮ ਵਾਲੇ ਹੋ ਅੱਛਾ ਇੱਕ ਹੁੰਦਾ ਗੱਲਾਂ ਨਾਲ ਲੜਨਾ ਇੱਕ ਹੁੰਦਾ ਤੇ ਜਿਮ ਵਾਲਿਆ ਦੋਨੇ ਹੈਨਾ ਤੇਰੇ ਮੁੱਕਾ ਪੈਣਾ ਉਧਰ ਐਦਾਂ ਦੀ ਲੜਾਈ ਹੁੰਦੀ ਕਿ ਥੋੜੀ ਜੀ ਮਤਲਬ ਸਟੈਂਡਰਡ ਵਾਲੀ ਨੋ ਦਿਸ ਇਜ਼ ਨਾਟ ਰਾਈਟ ਆਪ ਜਾਓ ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਉਹ ਅਗਮ ਨੇ ਜਿਹੜੇ ਪਹਿਲੇ ਵਾਲੇ ਮੈਂ ਐਦਾਂ ਦੀਆਂ ਮੈਂ ਦੂਜੀ ਵਾਲੀਆਂ ਮੇਰੇ ਨਾਲ ਬਹਿਸ ਨਹੀਂ ਕਰਨੀ ਹੈ ਇਹ ਜਦਾ ਅੱਛਾ ਕੁਕੀ ਅੱਜਕੱਲ ਵੀ ਮੈਨੂੰ ਇਹ ਲੱਗਦਾ ਵੀ ਬਾਲੇ ਸਿਆਰੇ ਨਾਲ ਬੱਚਿਆਂ ਵਾਂਗੂ ਲੜਨਾ ਹੀ ਪਿਆਰ ਹੁੰਦਾ ਹੈ। ਹਾਂ। ਮਤਲਬ ਲੜਾਈ ਤਾਂ ਇੱਦਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਹਾਂ ਡਿਫਰੈਂਸ ਆਫ ਓਪੀਨੀਅਨ ਜ਼ਰੂਰ ਹੁੰਦੇ ਨੇ। ਬਟ ਨਾਟ ਉਦਾਂ ਦੀ ਲੜਾਈ ਨਹੀਂ ਕਿ ਹਾਂ ਮਾਰ-ਕੁੱਟ ਵਾਲੀ ਨਹੀਂ। ਹੂੰ। ਉਹ ਤਾਂ ਅੱਜਕੱਲ ਕੋਈ ਵੀ ਨਹੀਂ ਕਰਦਾ। ਆਬਵੀਅਸਲੀ ਜਿਹੜਾ ਸਿਆਣਾ ਬੰਦਾ ਹੋਏਗਾ ਉਹ ਇਦਾਂ ਦੀ ਹਰਕਤਾਂ ਨਹੀਂ ਕਰੂਗਾ। ਹਾਂ ਹਾਂ। ਹੁਣ ਸਮਝਦਾਰ ਹੋ ਗਏ ਕੁੜੀਆਂ ਬਹੁਤ ਸਮਝਦਾਰ ਹੋ ਗਈਆਂ। ਮੁੰਡੇ ਨਹੀਂ ਹੁੰਦੇ। ਉਹ ਕਹਣਾ ਤੂੰ ਮੁੰਡਾ ਹੋ ਕੇ ਬੋਲੀ ਆ ਨਾ ਸੋ ਹਰ ਤਰ੍ਹਾਂ ਦੇ ਬੱਚੇ ਬੱਚੀਆਂ ਹੁੰਦੇ ਨੇ ਸੋ ਬੁੱਕ ਰੀਡਿੰਗ ਕਰਦੇ ਹੋ ਪਹਿਲਾਂ ਕਰਦੀ ਸੀਗੀ ਅੱਛਾ ਟਾਈਮ ਹੀ ਨਹੀਂ ਹੈਗਾ ਟਾਈਮ ਨਹੀਂ ਹੈ ਬਟ ਹੁਣ ਨਹੀਂ ਹੁਣ ਇੰਸਟਾ ਰੀਡਿੰਗ ਹੁੰਦੀ ਹੈ ਰੀਲਸ ਦੇਖਦੇ ਹੋ ਹਾਂ ਅੱਛਾ ਕੀ ਮੈਂ ਹੋਈ ਪੁੱਛਣਾ ਨੈਟਫਲਿਕਸ ਦੇਖਿਆ ਕਦੇ ਹਾਂ ਹਾਂ ਮਿਲ ਜਾਂਦਾ ਨਾ ਰਾਤ ਨੂੰ ਹਾਂ ਕਿਹੜੀ ਸੀਰੀਜ਼ ਦੇਖ ਰਹੇ ਹੋ ਫਿਲਹਾਲ ਲਾਸਟ ਮੈਂ ਸ਼ਾਇਦ ਉਹ ਯਾਰ ਮੈਨੂੰ ਯਾਦ ਹੀ ਨਹੀਂ ਕਿਹੜੀ ਦੇਖੀ ਸੀ ਉਹ ਗਾਟ ਕੋਹਰਾ ਸ਼ਾਇਦ 아이ਸੀ ਜੀਡੀ ਹਾਂ ਕੋਹਰਾ ਪੰਜਾਬੀ ਪੰਜਾਬੀ ਵਾਲੀ ਯੈਸ ਹਾਂ ਉਹ ਅੱਛੀ ਸੀ ਕਿ ਮੈਂ ਵੀ ਦੇਖੀ ਸੀ ਆਈ ਆਲਸੋ ਲਾਈਕਡ ਇਟ ਓਕੇ ਨੈਕਸਟ ਕੀ ਹੋਰ ਹੈਗਾ ਪਲੈਨਿੰਗ ਸੋ ਵੀ ਆਪਾਂ ਇਨਸਾਨ ਪਲੈਨਿੰਗ ਕਰਦੇ ਰਹਿਨੇ ਯਾਰ ਇੰਨਾ ਕ ਹੋ ਗਿਆ ਹੁਣ ਅਗਲੇ 2 ਸਾਲ ਤੱਕ ਵੀ ਆਹ ਗੋਲਸ ਨੇ ਇੱਥੇ ਤੱਕ ਆ ਕਰ ਲਾਂਗੇ ਕੀ ਗੋਲਸ ਹੈਗੇ ਨੇ ਅੱਗੇ ਹਾਂ ਕੀ ਗੋ ਵਿਦ ਦੀ ਫਲੋ ਆਈ ਥਿੰਕ ਸੋ ਗੋ ਵਿਦ ਦੀ ਫਲੋ ਫਿਲਹਾਲ ਆਈ ਏਟ ਦੈਟ ਸਟੇਟ ਵੇਅਰ ਮੈਂ ਚੂਜ਼ ਕਰਾਂਗੀ ਕਿ ਆਈ ਵਿਲ ਗੋ ਵਿਦ ਦਿ ਫਲੋ ਬਿਕਾਜ਼ ਡੈਸਟੀਨੀ ਹੈਜ਼ ਹਿਸ ਓਨ ਵੇਸ ਸੋ ਫਿਲਹਾਲ ਆਮ ਐਟ ਦੈਟ ਪੁਆਇੰਟ ਆਮ ਕੰਟੈਂਟ ਆਲਸੋ ਆਮ ਹੈਪੀ ਮੈਂ ਖੁਸ਼ ਵੀ ਬਹੁਤ ਆ ਜੋ ਮੈਂ ਕਰ ਰਹੀ ਆ ਐਂਡ ਮੈਂ ਖੁਸ਼ ਵੀ ਬਹੁਤ ਆ ਕਿ ਮੈਨੂੰ ਜੋ ਮੈਂ ਮਿਹਨਤ ਕੀਤੀ ਹੈ ਉਹਦੀ ਪ੍ਰੋਗਰੈਸ ਮੈਂ ਰੀਡੀਮ ਕਰ ਪਾ ਰਹੀ ਆ ਸੋ ਆਮ ਹੈਪੀ ਸੋ ਆਮ ਗੋਇੰਗ ਵਿਦ ਦਿ ਫਲੋ ਤੁਸੀਂ ਬਹੁਤ ਨਾ ਇਲੈਬੋਰੇਟ ਕਰਕੇ ਬੋਲਦੇ ਹੋ ਮਤਲਬ ਪੂਰਾ ਸਮਝਾ ਦਿੰਦੇ ਹੋ ਗੱਲ ਸਿਆਣੀ हां मतलब वी बहुत काठुंदा नहीं था कोई आंसर दंदा भी वो घुम घुम के 75% तक लग ਤੁਸੀਂ 100% ਕਲੀਅਰ ਆਨਸਰ ਦਿੰਦੇ ਆਈ ਐਮ ਵੈਰੀ ਕਲੀਅਰ ਆਈ ਐਮ ਵੈਰੀ ਕਟ ਸ਼ਾਟ ਐਂਡ ਆਈ ਐਮ ਵੈਰੀ ਟੂ ਦਾ ਅਪਫਰੰਟ ਜੋ ਵੀ ਚੀਜ਼ ਹੋਏਗੀ ਬੋਥ ਸਾਹਮਣੇ ਬੋਲਣਾ ਪਸੰਦ ਹੈ ਇਦਾਂ ਨਹੀਂ ਕਿ ਮਤਲਬ ਪਸੰਦ ਹੀ ਨਹੀਂ ਹੈ ਔਰ ਟਾਈਪ ਦੀ ਗੱਲ ਤੁਹਾਨੂੰ ਪਸੰਦ ਆਈ ਗੱਲ ਮੇਰੀ ਠੀਕ ਹੈ ਨਹੀਂ ਤਾਂ ਓਕੇ ਬਟ ਆਈ ਐਮ ਵੈਰੀ ਅਪਫਰੰਟ ਇਹ ਮੇਰੀ ਸ਼ੁਰੂ ਤੋਂ ਹੈਬਿਟ ਹੀ ਇਦਾਂ ਦੀ ਰਹੀ ਹੈ ਕਿ ਆਈ ਐਮ ਵੈਰੀ ਅਪਫਰੰਟ ਆਈ ਐਮ ਵੈਰੀ ਵੋਕਲ ਅਬਾਊਟ ਮਾਈ ਥਿੰਗਸ ਜੋ ਕਿ ਮੈਂ ਚਾਹਦੀ ਆ ਕਿ ਕੁੜੀਆਂ ਵੋਕਲ ਹੋਣੀ ਚਾਹੀਦੀਆਂ ਹੈ ਆਪਣੀ ਚੀਜ਼ਾਂ ਨੂੰ ਲੈ ਕੇ ਆਪਣੀ ਡਿਮਾਂਡ ਨੂੰ ਲੈ ਕੇ ਆਪਣੇ ਓਪੀਨੀਅਨ ਨੂੰ ਲੈ ਕੇ ਜਾਂ ਆਪਣੀ ਕਿਸੇ ਵੀ ਗੱਲ ਨੂੰ ਲੈ ਕੇ ਜੋ ਤੁਸੀਂ ਕਿਸੇ ਤੱਕ ਕਨਵੇ ਕਰਨਾ ਚਾਹੁੰਦੇ ਹੋ ਯੂ ਸ਼ੁਡ ਨਾਟ ਸਪਰੈਸ ਯੋਰਸੈਲਫ ਸਾਡੀ ਮੰਮੀਆਂ ਨੇ ਸਪਰੈਸ ਕੀਤਾ ਸਾਡੀ ਮੰਮੀਆਂ ਨੇ ਕਦੇ ਨਹੀਂ ਕਿਹਾ ਨਾ ਸਾਨੂੰ ਕਿਚਨ ਦਾ ਕੰਮ ਪਸੰਦ ਨਹੀਂ ਹੈ ਨਹੀਂ ਕਿਹਾ ਨਹੀਂ ਨਹੀਂ ਤੇ ਉਹ ਟਾਈਮ ਡਿਫਰੈਂਟ ਸੀਗਾ ਅੱਜ ਦਾ ਟਾਈਮ ਡਿਫਰੈਂਟ ਹੈ ਸੋ ਇੱਕੋ ਐਗਜ਼ਾਮਪਲ ਨੂੰ ਲੈ ਕੇ ਨਹੀਂ ਮੈਂ ਕਹਿ ਰਹੀ ਕਿਚਨ ਦੇ ਕੰਮ ਨੂੰ ਲੈ ਕੇ ਆਦਰਵਾਇਜ਼ ਇੱਕ ਇੱਕ ਐਗਜ਼ਾਮਪਲ ਇਟਸ ਅ ਸੇਇੰਗ ਕਿ ਆਪਣੀ ਮੰਮੀਆਂ ਨਹੀਂ ਸੀ ਬੋਲ ਪਾਂਦੀਆਂ ਕਿ ਸਾਨੂੰ ਇਹ ਨਹੀਂ ਕਰਨਾ ਜਾਂ ਸਾਨੂੰ ਇਦਾਂ ਦਾ ਕਰਨਾ ਹੈ ਜਾਂ ਸਾਨੂੰ ਆਪਣਾ ਮੀ ਟਾਈਮ ਚਾਹੀਦਾ ਸੋ ਇਹ ਚੀਜ਼ ਮੈਂ ਉਹਨਾਂ ਤੋਂ ਮਤਲਬ ਆਈ ਵਾਂਟਿਡ ਦਿਸ ਚੇਂਜ ਇਨ ਦਿਸ ਫਿਟਰਨਿਟੀ ਕਿ ਫੀਮੇਲ ਬੋਲ ਸਕੇ ਆਪਣੀ ਚੀਜ਼ ਨੂੰ ਲੈ ਕੇ ਕਿ ਯਾਰ ਮੈਨੂੰ ਇਹ ਚੀਜ਼ ਨਹੀਂ ਪਸੰਦ ਹੈ ਮੈਨੂੰ ਪੜਨਾ ਪਸੰਦ ਹੈ ਜਾਂ ਮੈਨੂੰ ਘੁੰਮਣਾ ਪਸੰਦ ਹੈ ਦੇ ਸ਼ੁੱਡ ਬੀ ਵੋਕਲ ਅਬਾਊਟ yourself ਕਿ ਮੈਨੂੰ ਕੀ ਪਸੰਦ ਮੈਂ ਸੋਚਣ ਲੱਗਿਆ ਵੀ ਸਾਡੇ ਮੰਮੀਆਂ ਦਾ ਮੀ ਟਾਈਮ ਕੀ ਹੋਊ ਮੇਰੇ ਮੰਮੀ ਦਾ ਮੀ ਟਾਈਮ ਵੀ ਸਵੈਟਰ ਬੁਨਣ ਲੱਗ ਜਾਂਦੇ ਹਾਂ 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 ਬਸ ਉਹੀ ਹੁੰਦਾ ਸੀਗਾ ਮੈਂ ਕਿਹਾ ਤੁਸੀਂ ਫ੍ਰੀ ਹੋ ਹੁਣ ਰਾਮਨਾ ਟੀਵੀ ਦੇਖੋ ਫ੍ਰੀ ਬੈਠੀ ਆ ਮੈਂ ਆ ਕ੍ਰੋਸ਼ੀਆ ਕਰੀ ਜਾਂਦੇ ਉੱਥੇ ਆਈ ਥਿੰਕ ਸੋ ਮੇਰੀ ਮੰਮੀ ਦਾ ਫ੍ਰੀ ਟਾਈਮ ਹੁੰਦਾ ਸੀਗਾ ਨੈਕਸਟ ਡੇ ਦੀ ਸਬਜ਼ੀ ਕੱਟਣਾ ਹਾਂ ਇਹ ਜੀ ਅੱਜ ਵੀ ਉਹ ਵੇਲੇ ਨਹੀਂ ਰਹਿੰਦੇ ਵੀ ਕੁਝ ਨਾ ਕੁਝ ਕਰੀ ਜਾਂਣਾ ਕਹਿੰਦੇ ਮੈਂ ਫ੍ਰੀ ਹਾਂ ਵੀ ਸੀਰੀਅਲ ਲਗਾ ਲਿਆ ਕੁਝ ਅੱਜ ਕੱਲ ਫੇਸਬੁੱਕ ਫੇਸਬੁੱਕ ਚਲਾਉਂਦੇ ਕਰਦੇ ਹਾਂ ਮਤਲਬ ਮੰਮਾ ਤਾਂ ਨਹੀਂ ਬਟ ਯੈਸ ਫਾ ਸਟ੍ਰੀਕ ਭੇਜ ਦੇ ਇੰਸਟਾ ਤੇ ਪਪਾ ਨੇ ਸਟ੍ਰੀਕ ਭੇਜੀ ਮੈਨੂੰ ਪਪਾ ਨੇ ਸਟ੍ਰੀਕ ਭੇਜੀ ਨੋ ਨੋ ਹੈ ਨਹੀਂ ਨਹੀਂ ਇੰਸਟਾਗ੍ਰਾਮ ਤੇ ਹੈਗੇ ਦੋਨੋਂ ਉਹ ਵੀ ਸਿਰਫ ਮੇਰੀ ਪ੍ਰੋਫਾਈਲ ਦੇਖਣ ਵਾਸਤੇ ਟੂ ਸੀ ਮੀ ਰਿਲੀਜੀਅਸ ਹੈਗੇ ਤੁਸੀਂ ਹਾਂ ਆਈ ਬਲੀਵ ਇਨ ਗੋਡ ਓਕੇ ਮਤਲਬ ਕਿਸ ਤਰ੍ਹਾਂ ਬਲੀਵ ਲਾਈਕ ਇੱਕ ਫੇਥ ਹੈ ਕਿ ਉੱਪਰ ਜਿਵੇਂ ਆਪਾਂ ਕਹਿੰਦੇ ਆ ਕਿ ਹਾਂ ਉੱਪਰ ਵਾਲਾ ਹੈਗਾ ਲਾਈਕ ਇਦਾਂ ਮੰਨ ਲਓ ਕਿ ਸੱਚੀ ਇਹ ਫੀਲ ਹੁੰਦਾ ਹੈ ਕਿ ਹਾਂ ਉੱਪਰ ਵਾਲਾ ਸਭ ਦੇਖ ਰਿਹਾ ਸੋ ਆਈ ਬੀਲੀਵ ਥੈਟ देयर इज ਸਮਵਨ ਟੂ ਵਾਚ एवरीथिंग ਅੱਛਾ ਹੁਣ ਕੋਈ ਐਦਾ ਪੱਕਾ ਦੋਸਤ ਹੈਗਾ ਹਾਂ ਕਿਉਂਕਿ ਜਦੋਂ ਇੱਕ ਫੀਲਡ ਵਿੱਚੋਂ ਕੋਈ ਇੱਕ ਗਰੋ ਕਰ ਜਾਏ ਬਹੁਤ ਜ਼ਿਆਦਾ ਉਹਦੇ ਦੋਸਤ ਬਹੁਤ ਘੱਟ ਰਹਿ ਜਾਂਦੇ ਨੇ ਨਾਲ ਦੇ ਦੋਸਤ ਵੀ ਕਈ ਵਾਰ ਹੋ ਜਾਂਦੇ ਆ ਯਾਰ ਬਣ ਗਈ ਹੁਣ ਆਪਾਂ ਥੋੜੀ ਮੈਸੇਜ ਕਰਨਾ ਹੁਣ ਵੱਡੀ ਆ ਉਹ ਮੈਂ ਮੈਸੇਜ ਕਰੂੰਗੀ ਚੰਗਾ ਥੋੜੀ ਲੱਗੂਗਾ ਆਪ ਬੁਲਾਵੇ ਉਹ ਨਹੀਂ ਸੋ ਕੁਝ ਚੀਜ਼ਾਂ ਆਈ ਐਮ ਬlesਸਡ ਪਰਮਾਤਮਾ ਦੀ ਬਹੁਤ ਕਿਰਪਾ ਹੈ ਕਿ ਮੇਰੇ ਜਿੰਨਾ ਮੇਰਾ ਸਰਕਲ ਹੈ ਉਹ ਸਟਾਰਟਿੰਗ ਤੋਂ ਹੀ ਮੇਰੇ ਨਾਲ ਜੋ ਸੀਗੇ ਅੱਜ ਵੀ ਮੇਰੇ ਨਾਲ ਖੜੇ ਨੇ ਕੀ ਪਤਾ ਡਰਦੇ ਹੁੰਨ ਤੁਹਾਡੇ ਕੋਲ ਹਾਂ ਸਹੀ ਗੱਲ ਪਿਛਲੇ ਮੈਸੇਜ ਯੂ ਸੈਡ ਬੌਸੀ ਨੇਚਰ ਨਹੀਂ ਨਹੀਂ ਪਿਆਰ ਬਹੁਤ ਹੈ ਸੋ ਹੁਣ ਜਿਹੜੇ ਫਰੈਂਡਸ ਬਣਦੇ ਨੇ ਲਾਈਕ ਲਾਸਟ 5-7 ਸਾਲਾਂ ਦੇ ਵਿੱਚ ਉਹ ਤੁਹਾਡੇ ਡਿਫਰੈਂਟ ਟਾਈਪ ਦੇ ਫਰੈਂਡਸ ਹੁੰਦੇ ਨੇ ਪਰ ਜਿਹੜੇ ਜਿਗਰੀ ਯਾਰ ਹੁੰਦੇ ਨੇ ਉਹ ਤੁਹਾਡੇ ਬਚਪਨ ਦੇ ਹੀ ਹੁੰਦੇ ਨੇ ਫਰਮ ਲਾਸਟ 15 ਇਅਰਸ 20 ਇਅਰਸ ਵਾਲੇ ਦੋਸਤ ਜਿਨ੍ਹਾਂ ਦੇ ਨਾਲ ਤੁਸੀਂ ਅਨਫਿਲਟਰਡ ਗੱਲ ਕਰ ਸਕਦੇ ਹੋ ਉਹ ਤੁਹਾਡੇ ਹੁਣ ਨਹੀਂ ਬਣਦੇ ਲਾਈਕ ਪਰਮਨੈਂਟ ਹੁਣ ਪ੍ਰੈਜ਼ੈਂਟ ਸਿਨੈਰੀਓ ਦੇ ਅਕੋਰਡਿੰਗ ਹੁਣ ਨਹੀਂ ਬਣਨਗੇ ਉਹ ਤੁਹਾਡੇ ਬਚਪਨ ਦੇ ਹੀ ਫਰੈਂਡ ਹੁੰਦੇ ਨੇ ਤੁਹਾਡਾ ਬੈਸਟ ਫਰੈਂਡ ਕੌਣ ਹੈ ਮੇਰੇ ਹੁਣ ਖੁਦ ਹੀ ਰਹਿ ਗਿਆ ਮੈਂ ਆਪਦਾ ਹੀ ਕੁਈ ਰਿਹਾ ਨਹੀਂ। ਨਾ ਕੋਈ ਰਿਹਾ ਨਹੀਂ ਹੁਣ ਦੋਸਤ ਬਹੁਤ ਅੱਛਾ ਮੇਰੇ ਦੋਸਤ ਸੀਗੇ ਉਹ ਸਾਰੇ ਮੇਰੀ ਨਾ ਏਜ ਵਾਲੇ ਸਾਰੇ ਸੈਟਲਡ ਹੋ ਗਏ। ਮੈਂ ਕੱਲਾ ਹੀ ਰਹਿ ਗਿਆ। ਦੋਸਤੀ ਸੈਟਲਡ ਹੋਣ ਨਾਲ ਦੋਸਤੀ ਚਲੀ ਗਈ। ਦੋਸਤੋ ਘਰ-ਬਾਰ ਉਹਨਾਂ ਦੇ ਬੱਚੇ ਹੋ ਗਏ ਉਹਨਾਂ ਕੋ ਕਿੱਥੇ ਟਾਈਮ ਆ ਹੁਣ। ਮੈਂ ਇੱਕ ਡਿਫਰੈਂਟ ਫੀਲਡ ਵਿੱਚ ਹਾਂ। ਹੁਣ ਆਪ ਦਾ ਹੀ ਬਸ ਡੈਡੀ ਮੰਮੀ ਦੋਸਤ ਨੇ ਉਹਨਾਂ ਨਾਲ ਖਾਪਕੋ ਪਾਲੀ ਦੀ ਬਸ। ਹਾਂ ਵੀ ਸਹੀ ਹੈ। ਹਾਈ ਬੈਸਟ ਫਰੈਂਡਸ। ਹਾਂ। ਬਟ ਉਹ ਵੀ ਇੰਨੇ ਕਿ ਜ਼ਿਆਦਾ ਫਰੈਂਡਲੀ ਹੋ ਗਏ ਆ ਹੁਣ ਉਹ ਵੀਡੀਓ ਨਹੀਂ ਪਾਈ ਅੱਜ। ਹਾਂ। ਤਾ ਮਤਲਬ ਉਹ ਜ਼ਿਆਦਾ ਹੀ ਫ੍ਰੈਂਡਲੀ ਹੋ ਗਏ ਮੈਂ ਕਿਹਾ ਯਾਰ ਥੋੜੀ ਜੀ ਠੀਕ ਆ ਵੀਡੀਓ ਬਾਰੇ ਵੀ ਗੱਲ ਕਰਦੇ ਸੀਗੇ ਸੋ ਮੈਂ ਕਿਹਾ ਮੇਰੇ ਨਾਲ ਤੁਸੀਂ ਗੱਲ ਨਾ ਕਰੋ ਵੀ ਮੈਨੂੰ ਸ਼ਰਮ ਆ ਰਹੀ ਹੈ ਤੁਹਾਡੇ ਨਾਲ ਗੱਲ ਕਰਨ ਲਾ ਹਾਂ ਤੂੰ ਸਾਡਾ ਵੱਡਾ ਹੋ ਗਿਆ ਵਿਆਹ ਕਰਾ ਲਾ ਬਸ ਉਹਨਾਂ ਨੂੰ ਐਸ ਬਸ ਵਿਆਹ ਕਰਾ ਲਾ ਵਿਆਹ ਕਰਾ ਲਾ ਵਿਆਹ ਕਰਾ ਲਾ ਕਰਾ ਲਓ ਤੇ ਮੈਂ ਹੁਣ ਕੀਤਾ ਹੋਇਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਹੋਣਾ ਹਾਂ ਜਿਹੜੇ ਵੀ ਮੇਰੇ ਪ੍ਰੋਫਾਈਲ 'ਚ ਹੈ ਐਲੀਜੀਬਲ ਬੈਚਲਰ ਨੂੰ ਦੇਖ ਰਹੇ ਨੇ ਤੁਸੀਂ ਆ ਮੁੰਡਾ ਦੇਖ ਸਕਦੇ ਹੋ ਏ ਪੋਡਕਾਸਟ ਤੋਂ ਲਾਵਾ ਲਾਈਵ ਦੇਖਣ ਚ ਜ਼ਿਆਦਾ ਸਮਾਰਟ ਲੱਗ ਰਿਹਾ ਸੋ ਯੂ ਕੈਨ ਗੋ ਐਡ ਸੋ ਮੇਰਾ ਇੱਕ ਆਪਣਾ YouTube ਚੈਨਲ ਹੈ ਜੀ ਤੇ ਡਿਜੀਟਲੀ ਮੈਂ Instagram ਵੀ ਤੇ ਐਡਵਰਟਾਈਜ਼ਮੈਂਟ ਕੰਪਨੀ ਆਪਣੀ ਹੋਰ ਕੀ ਕਹਿਣਾ ਅ ਔਰ ਹਾਂ ਐਜ਼ ਅ ਐਕਟਰ ਐਜ਼ ਅ ਹੋਸਟ ਮੈਂ ਸਟੇਜ ਵੀ ਕਰਦਾ ਵਾ ਤੇ ਮੂਵੀ ਇੱਕ ਕੀਤੀ ਆ ਜੇ ਰਿਲੀਜ਼ ਦਾ ਪਤਾ ਨਹੀਂ 2020 ਚ ਕੀਤੀ ਸੀਗੀ ਤੇ ਇੱਕ ਅੱਦੇ ਹੋਰ ਪ੍ਰੋਜੈਕਟਸ ਹੈਗੇ ਨੇ ਸੋ 올ਓਵਰ ਮੈਂ ਇੱਕ ਪਬਲਿਕ ਪਰਸਨਲਿਟੀ ਪਰਸਨਲਿਟੀ ਹਾਂ ਤੇ ਮੀਡੀਆ ਦੇ ਕੰਮ ਨੇ ਮੇਰੇ ਸਾਰੇ ਠੀਕ ਹੈ ਜੀ ਤਾਂ ਉਦਾਂ ਤਾਂ ਕੋਈ ਤਾਲਮੇਲ ਬੈਠੇ ਤਾਂ ਦੱਸ ਦਿਓ ਠੀਕ ਉਹ ਅੱਛਾ ਵੀਡੀਓਜ਼ ਨਹੀਂ ਹੁੰਦੀਆਂ ਫੇਸਬੁੱਕ ਤੇ ਉਹ ਤੁਸੀਂ ਦੇਖਿਆ ਕਿਹੜੀਆਂ ਮਤਲਬ ਪੇਰੈਂਟਸ ਬੈਠੇ ਹੁੰਦੇ ਬੱਚਾ ਬੱਚਾ ਆਪਣੇ ਬਾਰੇ ਦੱਸ ਰਿਹਾ ਹੁੰਦਾ ਤਾਂ ਇਸ ਕੇ ਲਈ ਲੜਕਾ ਚਾਹੀਏ ਇਸ ਕੇ ਲਈ ਲੜਕੀ ਚਾਹੀਏ ਨਹੀਂ ਨਹੀਂ ਆਪਕੋ ਮਿਲ ਜਾਈਏ ਅੱਛੀ ਲੜਕੀ তথাਸਤੂ ਚਲੋ ਤੁਹਾਡਾ ਸਰਕਲ ਚ ਹੋਣਗੇ ਨਾ ਦੋਸਤ ਸਾਰੇ ਨੇ ਬੱਚੇ ਹੋ ਗਏ ਨੇ ਉਹਨਾਂ ਦੇ ਪੋਡਕਾਸਟ ਕਿੰਦਰ ਜਾ ਰਹੇ ਆ ਹੈਵਿੰਗ ਕਿਡਸ ਸੌਰੀ ਇੱਕ ਤਾਂ ਵਿਆਹ ਹੁਣ ਹੋਣ ਲੱਗਿਆ ਜਦੋਂ ਇਹਦੇ ਫੰਕਸ਼ਨ ਤੋਂ ਹੀ ਆਈਆਂ ਸੌਰੀ ਯੂ ਆ ਲੇਟ ਮੈਨੂੰ ਪਹਿਲਾਂ ਦੱਸ ਦੇ ਤੜਵਾ ਦੇਣਾ ਯੂ ਆ ਲੇਟ ਅੱਜ ਮੇਰੇ ਵੀ ਬ੍ਰਦਰ ਕਹ ਲਉ ਫਰੈਂਡ ਦੀ ਮੈਰिज ਆ ਮੈਂ ਗਿਆ ਹੀ ਨਹੀਂ ਮੈਨੂੰ ਕੁਝ ਤੁਹਾਡੇ ਵਿਆਹ ਤੇ ਵੀ ਨਹੀਂ ਆਉਣਾ ਕਿਸੇ ਨੇ ਫਿਰ ਨਾ ਮੈਨੂੰ ਉੱਥੇ ਜਾ ਕੇ ਆਇਆ ਜੇ ਹੋਈ ਜਾਂਦਾ ਹੁੰਦਾ ਵੀ ਐ ਫੁੱਲ ਲੱਗੇ ਹੋਏ ਨੇ ਐ ਫਿਰ ਮ ਆ ਜਾਂਦਾ ਨਾ ਫਿਰ ਮੈਂ ਆ ਜਾਂਦਾ ਹੁੰਦਾ ਕੋਈ ਨਹੀਂ ਓਕੇ ਗੈਜਟਸ ਸੌਰੀ ਆ ਮਨ ਬਹੁਤ ਸੋਣੀ ਲੱਗੇ ਘੜੀ ਹਾਂ ਆਮ ਫੌਂਡ ਆਫ ਸ਼ੂਜ਼ ਇਲੈਕਟ੍ਰੋਨਿਕਸ ਐਂਡ ਬੈਗਸ ਅੱਛਾ ਸ਼ੋਪਿੰਗ ਕੁੜੀਆਂ ਨੂੰ ਬਹੁਤ ਪਸੰਦ ਹੁੰਦੀ ਹੈ ਵੀ ਜਦੋਂ ਉਹਦਾ ਕਿਸੇ ਦਾ ਮੂਡ ਮੇਰੀ ਫਰੈਂਡਸ ਵੀ ਹੈਗੀਆਂ ਉਹਦਾ ਮੂਡ ਖਰਾਬ ਹੋਣਾ ਬਾਅਦ ਚ ਇੱਕਦਮ ਮੈਂ ਕਿਹਾ ਕੀ ਆ ਹੁਆ ਸ਼ੋਪਿੰਗ ਕਰ ਲਈ ਮੈਨੇ ਆਨਲਾਈਨ ਆਨਲਾਈਨ ਸ਼ੋਪਿੰਗ ਨਹੀਂ ਵੈਸੇ ਵੀ ਕਦੇ ਮਾਲਸ ਵਗੈਰਾ ਤੋਂ ਵੀ ਬਟ ਆਈ ਪ੍ਰਿਫਰ ਆਨਲਾਈਨ ਟਾਈਮ ਨਹੀਂ ਹੁੰਦਾ ਸੋ ਜਦੋਂ ਆਈ ਟਰੈਵਲ ਅ ਲੋਟ ਸੋ ਟਰੈਵਲਿੰਗ ਦੇ ਵਿੱਚ ਮੈਂ ਦੇਖਦੀ ਰਹਿੰਦੀ ਹਾਂ ਕੀ ਲੇਟੈਸਟ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਸੋ ਮੈਕਸਿਮਮ ਆਨਲਾਈਨ ਕਿੰਨੇ ਕੁ ਪੇਅਰਸ ਹੋਣਗੇ ਤੁਹਾਡੇ ਕੋਲ ਹੀਲਸ ਕਹਦਨਿਆ ਪਹਿਲਾਂ ਸ਼ੂਜ਼ ਸ਼ੂਜ਼ ਹੀਲਸ ਪੇਅਰ ਸਿਰਫ ਸ਼ੂਜ਼ ਸਪੋਰਟ ਸ਼ੂਜ਼ ਹਾਂ ਆਹ ਉਹ ਸੱਚ ਸਿਰਫ ਸਪੋਰਟ ਸ਼ੂਜ਼ 100 100 ਹਾਂਜੀ ਇਨਾ ਦੀ ਗਿਣਤੀ ਨਹੀਂ ਕੀਤੀ ਹਲੇ ਮੈਂ ਜਿਹੜੇ ਆ ਹੀਲਸ ਐਂਡ ਸਲੀਪਰਸ ਐਂਡ ਜੁੱਤੀਆਂ ਤੁਹਾਡੀ ਵਾਰਡਰੋਬ ਹੋ ਤਾਂ ਨਹੀਂ ਆ ਕਿ ਜਿੱਦਾਂ ਉਹ ਫਿਲਮੀ ਚ ਹੁੰਦੀ ਆ ਵੀ ਆ ਖੋਲਿਆ ਐ ਉਹ ਸਲਾਈਡਸ ਬਣੇ ਹੋਏ ਨੇ ਉਹਦੇ ਵਿੱਚ ਮਿਰਰ ਹੈ ਨਾ ਥੋੜੀ ਬਹੁਤ ਉਦਾਂ ਐਗਜ਼ੈਕਟਲੀ ਉਦਾਂ ਦੀ ਨਹੀਂ ਹੈ ਪਰ ਹਾਂ ਵਨ ਸੈਕਸ਼ਨ ਆਫ ਮਾਈ ਰੂਮ ਇਜ਼ ਮਾਈ ਵਾਰਡਰੋਬ ਜੀ ਸਾਰਟਡ ਰੱਖਿਆ ਹੋਇਆ ਸਾਰਾ ਕੁਝ ਨਾ ਵੀ ਆ ਕਲੋਥਿੰਗ ਆ ਮੇਰੀ ਇਹ ਹਾਂਜੀ ਹਾਂਜੀ ਇਹ ਇਸ ਚੀਜ਼ ਲਈ ਮੈਂ ਬਹੁਤ ਸਪੈਸੀਫਿਕ ਆ ਕਿ ਮੇਰੇ ਕਪੜੇ ਸਾਰਟਡ ਨੇ ਮੇਰੀ ਵਾਚੇਸ ਸਾਰਟਡ ਨੇ ਸ਼ੂਜ਼ ఎవਰੀਥਿੰਗ ਮਤਲਬ ਉਦਾਂ ਦੀ ਮੈਨੂੰ ਓਸੀਡੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ఎవਰੀਥਿੰਗ ਇਜ਼ ਪੈਕਡ ਐਂਡ ਤੈਦਾਰ ਕਹਿੰਦੇ ਜਿੱਦਾਂ ਦਾ ਤੁਹਾਡਾ ਮਾਹੌਲ ਹੋਊਗਾ ਘਰ ਦਾ ਤੁਸੀਂ ਸਾਰਟਡ ਅਗਰ ਤੁਹਾਡੇ ਕਲੋਥ ਸਾਰਟਡ ਨੇ ਉਹਦੀ ਤੁਹਾਡਾ ਦਿਮਾਗ ਸਾਰਟਡ ਹੁੰਦਾ ਇਹ ਮੇਰਾ ਲੌਜੀਕ ਆ ਵੈਸੇ ਯੈਸ ਜਿੱਦਾਂ ਮੈਂ ਦੇਖਿਆ ਨਾ ਘਰ ਮੈਸੀ ਜਾਂ ਹੁੰਦਾ ਪਿਆ ਤਾਂ ਉਹਦਾ ਦਿਮਾਗ ਵੀ ਮੈਸੀ ਹੁੰਦਾ ਇਹ ਸਹੀ ਹੈ ਮੈਨੂੰ ਇਦਾਂ ਸਾਰਟਡ ਰੱਖਣਾ ਪਸੰਦ ਹੈ ਮੇਰੀ ਅਲਮੀਰਾ ਵੈਨਵਰ ਯੂ ਵਿਲ ਓਪਨ ਤਾਨੂੰ ਪੈਕਡ ਸਾਰਟਡ ਮਿਲੋਗੀ ਕਿ ਹਾਂ ਕਪੜਾ ਲੱਗੇ ਹੋਇਆ ਤੈਦਰ ਫੂਡੀ ਤਾਂ ਹੈਗੇ ਹੋ ਤੁਸੀਂ ਬਹੁਤ ਜ਼ਿਆਦਾ ਪੰਜਾਬੀ ਹਾਊ ਕੈਨ ਅ ਪੰਜਾਬੀ ਨਾਟ ਬੀ ਫੂਡੀ ਹਮ ਕੀ ਵੈਸੇ ਪਸੰਦ ਤਾਂ ਸਾਰਾ ਕੁਝ ਹੀ ਹੁੰਦਾ ਸਮੋਸੇ ਮੋਮੋਜ਼ ਕਿਦਾਂ ਦਾ ਤੁਸੀਂ ਅੱਛਾ ਇੱਕ ਬਹੁਤ ਚੱਲਦਾ ਇਟਾਲੀਅਨ ਯੂ ਲਾਈਕ ਇਟਾਲੀਅਨ oh my god i like pasta pasta ਨਹੀਂ ਨਹੀਂ ਤਾਂ ਕੁਝ ਨਹੀਂ ਤੁਸੀਂ ਇਟਾਲੀਅਨ ਨਾਮ ਲਿੱਤਾ ਅੱਜ ਕੱਲ ਇਹ ਤਾਂ ਚੱਲ ਰਹੇ ਹੈ ਮੈਨੂੰ ਇੰਡੀਅਨ ਫੂਡ ਵੈਸੇ ਜ਼ਿਆਦਾ ਪਸੰਦ ਹੈ so hmm. it is either um, non veg we kello ya ek bahut bahut khatarnak sawal hai ha maybe to answer na aveda avocado pehli var kado khada si avocado diet jadon main abs banan di koshish kar rahi si us time main avocado toast and all avocado khada main 5 years back ਬਟ ਹਾਂ 5 ਸਾਲ ਪਹਿਲਾਂ ਹੀ ਖਾਦਾ ਸੀ ਉਸ ਤੋਂ ਪਹਿਲਾਂ ਨਹੀਂ ਸੀ ਖਾਦਾ ਸੋ ਦੇਖੋ ਇਹ ਅਨਾ ਇੰਟੈਕਚੁਅਲ ਪੋਡਕਾਸਟ ਸਾਡਾ ਅੱਛਾ ਅੱਛਾ ਸਵਾਲ ਪੁੱਛਦੇ ਆਂ ਅਹ ਇਹ ਉਹ ਕਹਿੰਦਾ 5 years back ਹੂੰ ਡਰੈਗਨ ਫਰੂਟ ਪਤਾ ਕਿਹੜਾ ਹੁੰਦਾ ਹਾਂਜੀ ਉਹ ਵਿਆਹਾਂ 'ਤੋਂ ਪਤਾ ਲੱਗਿਆ ਬਹੁਤ ਜ਼ਿਆਦਾ ਮਿਲਦਾ ਹੈ ਆਹੋ ਇੱਕੋ ਪਰਪਲ ਆਪਣੀ ਘਰੇ ਨਹੀਂ ਹੁੰਦਾ ਬਟ ਵਿਆਹਾਂ 'ਤੋਂ ਬਹੁਤ ਮਿਲਦਾ ਸੀਤਾ ਫਲ ਹਾਂ ਬਿਲਕੁਲ ਉਹ ਤਾਂ ਘਰੇ ਵੀ ਹੁੰਦਾ ਹੈ ਟੋਕਰਿਆਂ 'ਚ ਹੁੰਦਾ ਸੀ ਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਤਾ ਨਹੀਂ ਸੀ ਹੁੰਦਾ ਉਹ ਸੀਤਾ ਫਲ ਹੈ ਉਹ ਯੈਲੋ ਕਲਰ ਦਾ ਹੈ ਨਾ ਇਦਾਂ ਦਾ ਯੈਲੋ ਕਲਰ ਦਾ ਹੁੰਦਾ ਹੈ ਉਹ ਸੀਤਾਫਲ ਹਾਂ ਹਾਂ ਆ ਗ੍ਰੀਨ ਹੁੰਦਾ ਆਈ ਗੈਸ ਉਹਦੇ ਬੀਜੇ ਨਿਕਲਦੇ ਹੁੰਦੇ ਮੈਂ ਬੰਬੇ ਖਾਦਾ ਸੀ ਸੀਤਾਫਲ ਉਹ ਟੁਕੜੇ ਵਾਂਗੂ ਨਿਕਲਦਾ ਹੁੰਦਾ ਮਤਲਬ ਗੋਲ ਹੀ ਹੁੰਦਾ ਇਦਾਂ ਦਾ ਇਦਾਂ ਤੇ yellow mix ਹੁੰਦਾ ਵਾ ਫੇਵਰਟ ਫਰੂਟ ਕਿਹੜਾ ਫਰੂਟ ਐਪਲ ਹਾਂ ਬਲੈਕ ਕਾਫੀ ਨਾ ਐਪਲ ਅੱਛਾ ਬੈਸਟ ਪ੍ਰੀ ਪ੍ਰੀ ਵਰਕਆਊਟ ਕਿਹੜਾ ਵਾ ਮਤਲਬ ਨਾਟ ਸਪਲੀਮੈਂਟ ਉਦਾਂ ਵੀ ਮੈਨੂੰ ਜਦ ਸਵੇਰੇ ਜਾਣਾ ਹੁੰਦਾ ਜਿਮ ਸੁਸਤੀ ਬਹੁਤ ਵਈ ਹੁੰਦੀ ਆ ਉਹਨੂੰ ਮੈਂ ਕਿਵੇਂ ਦੂਰ ਕਰਾਂ ਤੋੜਾ ਫੇਵਰਿਟ ਸਿੰਗਰ ਕੌਣ ਹੈ ਸਿੰਗਰ ਸਿੱਧੂ ਮੂਸੇਵਾਲਾ ਸੁਣੀਦਾ ਬਲੱਡਲਸਟ ਵਾਟ ਵਾਟ ਐਲਸ ਯੂ ਵਾਂਟ ਸਭ ਤੋਂ ਵਧੀਆ ਪ੍ਰੀ ਵਰਕਆਊਟ ਉਹੀ ਹੈ ਮੇਰਾ ਵੀ ਉਹੀ ਹੈ 뮤ਜ਼ਿਕ ਨਾ 뮤ਜ਼ਿਕ ਹਾਂ ਸਵੇਰੇ ਸਵੇਰੇ ਗਾਣੇ ਲਾਦਾ ਕਰਾਂਗੇ ਪੰਜਵੇਂ ਪਸੰਦਾ ਅੱਛਾ ਕਿਹੜਾ ਕਲਰ ਪਸੰਦਾ ਬਲੈਕ ਪਿੰਕ ਨਹੀਂ ਪਸੰਦ ਨਾ ਲੈਪਟਾਪ ਕੌਨਸੇ ਆਪਕੇ ਪਾਸ ਪਿੰਕ ਵਾਲਾ ਨਹੀਂ ਬਲੈਕ ਕਨਫਿਗਰੇਸ਼ਨ ਦੱਸੋ ਕੀ ਹੈ ਦੇ ਅੰਦਰ ਇਹ ਬਾਤ ਮੈਨੂੰ ਨਹੀਂ ਪਤਾ ਅਗਮ ਆਰ ਰੈਮ ਕਿੰਨਾ ਉਹਦੇ ਵਿੱਚ ਅਗਮ ਨੂੰ ਪਤਾ ਹੋਰਗਾ ਮਦਰਬੋਰਡ ਕਿਹੜਾ ਲੱਗਿਆ ਅਗਮ ਹੋਰ ਇਦਾਂ ਦੇ ਸਵਾਲ ਪੁੱਛਦਾ ਜਿਹੜੇ ਮੁੰਡੇ ਨੂੰ ਪਤਾ ਹੁੰਦੇ ਆ ਹਾਂ ਬਾਈਰ ਮੋੜ ਚਾਹ ਕਾਰ ਕੰਨੇ ਸੀਸੀ ਇੰਜਨ ਆ ਉਹਦਾ 2000 2.0 ਹਾਂ ਅੱਛਾ ਇਹ ਇਹ ਤਾਂ ਪਤਾ ਯਾਰ ਮੈਨੂਅਲ ਆ ਕਰ ਅੱਛਾ ਉਹ ਅੱਛਾ ਮੋਟਰਸਾਈਕਲ ਚਲਾਇਆ ਹਾਂ ਬੁਲਟ ਬੁਲਟ ਯਾਰ ਤੁਸੀਂ ਨਾ ਲਾਇਸੈਂਸ ਬਣਾਓ ਦਾ ਕਿਦਾਂ ਯਾ ਅਗਮ ਮੇਰੇ ਕੋਲ ਇਹਗਾ ਜਮੂ ਵਾਲੇ ਪਾਪੋ ਕੋਲ ਹੈਗਾ ਮੈਨੂੰ ਲੱਗਦਾ ਸੀ ਮੈਂ ਕਿ ਉਹ ਮੈਨੂੰ ਲੱਗੀ ਜਾਂਦਾ ਵਰਸਾਚ ਦੇ ਪਰਸ ਨਾ ਗਲੌਕ ਹੋਣਾ ਇਦਾਂ ਕਰਕੇ ਤੁਹਾਡੀ ਪਰਸਨੈਲਿਟੀ ਦਾ ਸੂਟ ਕਰਦਾ ਤੁਹਾਡੇ ਨਾ ਸਿੱਧੂ ਦਾ ਗਾਣਾ ਉਹ ਨਹੀਂ ਡੈਥ ਰੂਟ ਆ ਵੈਸੇ ਚਲੋ ਡੈਥ ਰੂਟ ਦਾ ਗਾਣਾ ਕਾਲੇ ਸੂਟ ਨੇ ਹੈ ਨਾ ਕਾਲੀ ਲਾਈਫ ਆ ਯੈਸ ਯੈਸ ਡਾਰਕ ਲਾਈਫ ਬਹੁਤ ਮਜ਼ਾ ਆਇਆ ਤੁਹਾਨੂੰ ਮਿਲ ਕੇ ਇੱਕ ਫ੍ਰੈਂਡਲੀ ਵਾਈਬ ਵੀ ਸੀ ਇੱਕ ਬੌਸੀ ਵਾਈਬ ਵੀ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਇਹ ਸਵਾਲ ਪੁੱਛਣ ਨੂੰ ਵੀ ਐ ਤੇਰੀ ਹਾਂ ਇਦਾਂ ਕਰਕੇ ਨਾ ਆ ਜੇ ਮੈਂ ਲਗਦੀ ਆ ਇਦਾਂ ਦੀ ਹੂੰ ਸੋ ਇਹ ਚੀਜ਼ ਹਮੇਸ਼ਾ ਇਦਾਂ ਦੀ ਰਹੀ ਐ ਸਿንስ ਸਿንስ ਲੌਂਗ ਬੈਕ ਸੋ ਇਸੇ ਕਰਕੇ ਮੈਨੂੰ ਲਾਈਫ ਦੇ ਵਿੱਚ ਪ੍ਰਪੋਜ਼ ਵੀ ਬਹੁਤ ਘੱਟ ਆਏ ਨੇ ਲੋਕੀ ਡਰਦੇ ਬਹੁਤ ਸੀ ਹਾਂ ਹੋ ਜਾਂਦਾ ਕਿਉਂਕਿ ਆਪਾਂ ਡੋਨਟ ਜਜ ਦੀ ਬੁੱਕ ਬਾਇ ਇਟਸ ਕਵਰ ਨਾ ਮਤਲਬ ਮੈਂ ਸਹੀ ਕਹਤਾ ਹਾਂ ਹਾਂ हां इंग्लिश ठीक हां पर्सनालिटी ਦੇ हिसाब ਨਾਲ ਵੀ ਕੋਈ ਇਹਨਾਂ ਦਾ profession ਆ ਅੱਛਾ ਤੁਸੀਂ sports ਕੀ ਕੀ ਕੀਤਾ basketball roller skating ਐਂਡ uh, skipping ਐਂਡ running ਅੱਛਾ ਕੁੜੀਆਂ ਨੂੰ ਬਹੁਤ ਅੱਜ ਕੱਲ੍ਹ ਆ ਬਈ ਹਾਈਟ 5 5 ਫੁੱਟ ਦੀਆਂ 4 ਫੁੱਟ ਦੀਆਂ ਬਹੁਤ ਉਹ ਫੀਲ ਕਰਦੀਆਂ ਯਾਰ ਮੈਂ ਨਿੱਕੀ ਜੀ ਹਾਂ ਕਿਉਂਕਿ ਬਚਪਨ ਤੋਂ sports ਵਾਲ ਪੇਰੈਂਟਸ ਧਿਆਨ ਨਹੀਂ ਸੀ ਦੇਂਦੇ ਕਿੱਥੇ ਦੇਂਦੇ ਸੀ ਨਹੀਂ ਸੋ sports ਵਿੱਚ ਪਾਉ ਕੁੜੀ ਨੂੰ swimming grou sports ਪਾਉ running ਲਈ ਭੇਜੋ ਜਿਮ 'ਤੇ ਜੋ ਹਾਂ ਜਿਮ ਦੀ ਪ੍ਰੋਮੋਸ਼ਨ ਹੁਣ ਜੰਕ ਫੂਡ ਬਹੁਤ ਹੋ ਗਿਆ ਨਾ 92 ਉਦੋਂ ਤੇ ਸੀ 15 ਸਾਲ ਤਮਨ ਲੱਗਦਾ ਜੰਕ ਖਾਦਾ ਹੀ ਨਹੀਂ ਹੁੰਨਾ ਤੁਸੀਂ ਨਹੀਂ ਉਸ ਟਾਈਮ ਤੇ ਨਹੀਂ ਖਾਦਾ ਸੀ ਬਹੁਤ ਘੱਟ ਖਾਦਾ ਸੀ ਜੰਕ ਸਟਾਰਟ ਕੀਤਾ ਸੀ ਆਫਟਰ ਸਕੂਲ ਯੈਸ 12th ਤੋਂ ਬਾਅਦ ਉਦੋਂ ਵੀ ਜੰਕ ਜਾਂ ਸਮੋਸੇ ਹੋਣਾ ਜਾਂ ਇਦਾਂ ਦਦ ਬਰਗਰਸ ਉਦੋਂ ਇਦਾਂ ਨਹੀਂ ਸੀ KFC ਐਂਡ ਮੈਕਡੋਨਲਡਜ਼ ਐਂਡ ਆਲ ਉਦੋਂ ਆ ਦੂਜੇ ਵਾਲੇ 버ਗਰ ਰੈਡੀ ਵਾਲੇ ਜਿਹੜੇ ਮਿਲਦੇ ਸੀ ਆਲੂ ਟਿੱਕੀ ਚੰਨੇ ਕੁਲਚੇ ਰਾਈਟ ਕੁਲਚੇ ਸੋ ਹੁਣ ਦਾ ਫੂਡ ਬਿਲਕੁਲ ਅਲੱਗ ਹੀ ਹੋ ਗਿਆ ਤੇ ਹੁਣ ਤਾਂ ਜਨਰੇਸ਼ਨ ਵੀ 5-5 ਸਾਲ ਬਾਅਦ ਚੇਂਜ ਹੋ ਰਹੀ ਹੈ ਪਹਿਲਾਂ 20 ਸਾਲਾਂ ਬਾਅਦ ਜਨਰੇਸ਼ਨ ਚੇਂਜ ਹੁੰਦੀ ਸੀ ਯਾ 5 ਟੂ 10 ইয়ার্স ਦੇ ਵਿੱਚ ਚੇਂਜ ਹੋ ਜਾਂਦਾ ਸੀ ਸਹੀ ਗੱਲ ਮੈਂ ਕਦੇ ਸੋਚਿਆ ਨਹੀਂ ਸੀ ਮੇਰੇ ਪਾਪਾ ਕਦੇ ਬਹੁਤ ਡਾਂਟਦੇ ਹੁੰਦੇ ਸੀ ਉਹ ਬਟਨ ਵਾਲਾ ਫੋਨ ਚਲਾਉਂਦੇ ਸੀ ਉਹ ਵੀ ਨਹੀਂ ਪੇਜਰ ਹੁੰਦਾ ਸੀ ਪਹਿਲਾਂ ਤਾਂ ਮੈਂ ਹੁਣ ਦੇਖਦਾ ਫੇਸਬੁੱਕ ਤੇ ਲਾਈਕ ਕਰ ਦਿੰਦੇ ਕਮੈਂਟ ਕਰ ਦਿੰਦੇ ਮੈਂ ਕਿਹਾ ਵੀ ਬਹੁਤ ਚੇਂਜ ਆ ਚੁੱਕਾ ਹੁਣ ਤੇ ਆਉਣ ਵਾਲੇ 20 ਸਾਲਾਂ 'ਚ ਪਤਾ ਨਹੀਂ ਕੀ ਹੋ ਸਕਦਾ ਏਆਈ ਆ ਗੱਡੀਆਂ ਗੁੱਡੀਆਂ ਹਵਾ 'ਚ ਉੱਡਣ ਗਈਆਂ ਪਤਾ ਨਹੀਂ ਇਹਦੇ ਬਾਰੇ ਤੁਸੀਂ ਫਿਰ ਤੁਸੀਂ ਉਹੀ ਕੁਐਸਚਨ ਪੁੱਛੋ ਦਵਾਰਕਾ ਤੋਂ ਗੱਡੀ ਕਮਾਈ ਮੈਂ ਆ ਰਹੀ ਹਾਂ ਇੱਥੇ ਲੈਂਡਿੰਗ ਉੱਪਰ ਲੈਂਡਿੰਗ ਉੱਪਰ ਯਾਰ ਕੁਝ ਵੀ ਹੋ ਸਕਦਾ ਇਹ ਐਰੋਪਲੇਨ ਉੱਡ ਸਕਦਾ ਤਾਂ ਕਾਫੀ ਕੁਝ ਹੋ ਸਕਦਾ ਸੋ ਮੈਂ ਬਹੁਤ ਥਾਟਫੁਲ ਹੋ ਗਿਆ ਸੀ ਅੱਛਾ ਰਾਤ ਨੂੰ ਮੈਂ ਆਹ ਚੀਜ਼ਾਂ ਬਹੁਤ ਦੇਖਦਾ ਸਾਇੰਸ ਵਾਲੀਆਂ ਇੱਕ ਜੈਮ ਟੀਵੀ ਹੈਗਾ ਵਈ ਅਰਥ ਕਿਵੇਂ ਘੁੰਮਦੀ ਆ ਹੈ ਜੀਆਂ ਚੀਜ਼ਾਂ ਫੂਡ ਚੈਨਲ ਜ਼ਿਕਦਮ ਹੈ ਮੈਂ ਰਾਤ ਨੂੰ ਫੂਡ ਚੈਨਲ ਦੇਖਦੀ ਹਾਂ ਮੈਂ ਵੀ ਫੂਡ ਚੈਨਲ ਇੱਕੋ ਬਜ਼ੁਰਗ ਹੈਗੇ ਨੇ ਦਾਦੀ ਟਾਈਪ ਉਹ ਬਣਾਉਂਦੇ ਨੇ ਬਲਕ ਵਿੱਚ ਤੇ ਉਹ ਬਾਅਦ ਚੋਂ ਸਰਵ ਕਰ ਦਿੰਦੇ ਨੇ ਜਾ ਕੇ ਸੋ ਇਦਾਂ ਦੀ ਚੀਜ਼ਾਂ ਦੇਖਦਾ ਸੋ ਮਨ ਨੂੰ ਵਧੀਆ ਲੱਗਿਆ ਇਹਦਾ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਮੇਬੀ ਆ ਲਾਈਵ ਸਾਨੂੰ ਇਦਾਂ ਦਾ ਲੱਗਿਆ ਤੁਹਾਨੂੰ ਐਜ਼ ਆ ਭਈ ਜੋ ਅਸੀਂ ਅੱਜ ਪਰਫਾਰਮ ਕੀਤਾ ਜਾਂ ਗੱਲਾਂ ਕੀਤੀਆਂ ਤਾਂ ਤੁਹਾਨੂੰ ਵੀ ਉਦਾਂ ਲੱਗਿਆ ਹੋਊਗਾ ਆ ਬਾਕੀ ਕਮੈਂਟਸ ਕਰਕੇ ਦੱਸਿਓ ਯਾਰ ਵੀ ਕੀ ਕੁਐਸਚਨਸ ਹੈਗੇ ਨੇ ਤੁਹਾਡੇ ਵੀ ਆਰਥ रिलेटेड ਹੋ ਸਕਦੇ ਆ ਫਿਟਨੈਸ रिलेटेड ਹੋ ਸਕਦੇ ਆ ਜਾਂ ਕੋਈ ਹਾਈਟ रिलेटेड ਹੋ ਸਕਦੇ ਨੇ ਮੈਂ ਕਿਉਂਕਿ ਮੈਂ ਦੇਖਿਆ ਅੱਜ ਕੱਲ ਮੁੰਡੇ ਕੁੜੀਆਂ ਥੋੜੇ ਜੇ ਹਾਈਟ ਨਹੀਂ ਕਹਿੰਦੇ ਇਨਕਰੀਜ਼ ਹੁੰਦੀ ਸੋ ਹੁਣੇ ਤੋਂ ਸਟਾਰਟ ਕਰ ਦੋ ਜੇ ਟਿਊਸ਼ਨਸ ਲੈਣੀਆਂ ਤਾਂ ਮੈਮ ਨੂੰ ਕੰਟੈਕਟ ਕਰੋ ਜਿਹੜੇ ਦਿੱਲੀ ਵਾਲੇ ਨੇ ਦੁਆਰ ਕਾਲੇ ਨੇ ਤੇ ਹੋਰ ਤੁਸੀਂ ਕੁਝ ਕਹਿਣਾ ਚਾਹੋ थैंक यू ਸੋ ਮੱਚ ਮੈਨੂੰ ਬੁਲਾਉਣ ਲਈ ਐਂਡ ਬਹੁਤ ਮਜ਼ਾ ਆਇਆ ਸਪੈਸ਼ਲੀ ਲਾਈਫ ਮੈਂ ਹਮੇਸ਼ਾ ਤੁਹਾਡੇ ਪੋਡਕਾਸਟ ਦੇਖਿਆ ਸੋ ਇਟ ਵਾਸ ਗੁੱਡ ਸੋ ਅਸੀਂ ਖਾਣੇ ਆ ਡਾਰਕ ਫੈਂਟੈਸੀ ਚੋਕੋ ਫਿਲਸ ਹਾਂ ਸੈਂਡਵਿਚ ਲੈ ਆਓ ਤੇ ਅੱਜ ਦਾ ਪੋਡਕਾਸਟ ਇੱਥੇ ਤੱਕ ਰੱਖਦੇ ਆ ਯਾਰ ਮੈਂ ਮਿਲਦਾ ਤੁਹਾਨੂੰ ਨੈਕਸਟ ਪੋਡਕਾਸਟ ਵਿੱਚ ਤਦ ਤੱਕ ਲਈ ਕਿਦਾ ਵੀਰੇ ਹੈਗਾ ਹੈਗਾ ਹਾਂ ਮੇਰੇ ਮੈਂ ਬਹੁਤ ਪਹਿਲਾਂ ਜਿਮ ਕੀਤਾ ਹੁਣ